الحمد لله الحمد لله رب العالمين والصلاة والسلام على سيد المرسلين أما بعد فأعوذ بالله من الشيطان الرجيم بسم الله الرحمن الرحيم وما أرسلناك إلا رحمة للعالمين إن الله وملائكته يصلون على النبي يا أيها الذين آمنوا صلوا عليه وسلموا تسليما الصلاة والسلام عليك يا سيدي يا رسول الله الصلاة والسلام عليك يا سيدي يا حبيب الله الصلاة والسلام عليك يا سيدي يا رسول الله وعلى آلك وأصحابك يا سيدي يا حبيب الله الله وحده لا شريك نبی پاک صلی اللہ علیہ وآلہ وسلم دے وسیلہ جلیلہ نال اج دی عظیم و شان پیارے آقا دے ذکر پاک دی عظیم و شان روحانی محفل پاک دے اندر اللہ سالی سب دی حاضری نو اپنی پاک بارگاہ دے اندر قبول فرمائے دوستاں نے جس عقیدت نال جس محبت نال جس ذوق و شوق نال اس پیاری محفل پاک دا انتظام اہتمام فرمایا ہر بندے دی نیت نو اللہ دی ذات پاک بخوبی جان دین اللہ تعالیٰ اس محفل پاک نو دنیا واسطے قبر اور حشر واسطے آپ سب حضرات واسطے مجھ گناہگار واسطے اور بالخصوص میزبانہ واسطے ذریعہ نجات دا سبب بنائے ایک دعا سارے ساتھی ہن بھی منگو اور جب تک زندگی دے ساں باقی نے اس دعا نو ہمیشہ منگدے رہو وہ دعا ہے کہ اللہ سارا سب دا خاتمہ ایمان تے فرمائے جس بندے دا خاتمہ ایمان تے ہو گیا جس بندے دی اخیر اچھی ہو گئی او دا ساری زندگی دا سفر کامیاب ہو گیا پریا بھی اسے بندے دا توڑ چڑھیا منزل ہوتے بھی وہ خوش نصیب بندہ ہی پہنچیا مقام جنت بھی اللہ دے اس بندے دے حصے وچ آئی جس بندے دی اخیر بہتر ہو گئی درد دل دعا فرماؤ کہ اللہ ساڈا کردار نہ ویکھے ساڈا نامہ اعمال نہ ویکھے اپنا بندہ سمجھ کے اپنے محبوب دا امتی سمجھ کے اللہ ساری ساریاں دی اخیر اپنی رحمت دے نال بہترین بنا دے میں میرے پیارے بھائی جناب محترم حاجی الطاف صاحب انہوں کا حکم سی کہ میں گناہگار اس محفل پاک وچ حاضر ہوں میرے نال وعدہ فرمایا گیا کہ اسا تینوں آقا دے غلاماں دی زیارت کرنے دا موقع دیاں گے میری خوش نصیبی ہے کہ اتنے سارے کریم آقا دے غلاماں دی زیارت کرنے دا شرف حاصل کر رہے ہیں
ਇਸ ਬਾਥਰੂਮ ਮੇਰਾ ਅੱਲਾ ਬਿਹਤਰ ਜਾਣਦਾ ਹੈ। ਹੋ ਸਕਦਾ ਹੈ ਕਿ ਇਸ ਮਹਿਫਲ ਪਾਕ ਦੇ ਅੰਦਰ ਜਿਹੜਾ ਸਭ ਤੋਂ ਅਖੀਰ ਵਿੱਚ ਬੰਦਾ ਬੈਠਾ ਹੈ, ਅੱਲਾ ਨੂੰ ਉਹ ਸਭ ਤੋਂ ਜ਼ਿਆਦਾ ਪਸੰਦ ਹੋਵੇ। ਇਹ ਵੀ ਸਾਰੇ ਸਾਥੀ ਇੱਕ ਵਾਰੀ ਦੁਆ ਫਰਮਾਓ ਕਿ ਅੱਲਾ ਜਿਸ ਬੰਦੇ ਦਾ ਬੈਠਣਾ, ਜਿਸ ਬੰਦੇ ਦਾ ਮਹਿਫਲ ਪਾਕ ਵਿੱਚ ਹਾਜ਼ਰ ਹੋਣਾ ਤੇਰੀ ਬਾਰਗਾਹ ਦੇ ਅੰਦਰ ਪਸੰਦ ਹੈ, ਉਸ ਨੇਕ ਔਰ ਮਕਬੂਲ ਬੰਦੇ ਦੀ ਬਰਕਤ ਨਾਲ ਸਾਡੀ ਸਾਰਿਆਂ ਦੀ ਹਾਜ਼ਰੀ ਨੂੰ ਆਪਣੀ ਪਾਕ ਬਾਰਗਾਹ ਦੇ ਅੰਦਰ ਕਬੂਲ ਔਰ ਮਨਜ਼ੂਰ ਫਰਮਾਏ। ਬੇਟਾ ਰੋਸ਼ਨੀ ਬੰਦ ਕਰ ਲਓ ਮੇਰਾ ਪੁੱਤਰ। ਅੱਜ ਦੀ ਇਸ ਮਹਿਫਲ ਪਾਕ ਦਾ ਆਗਾਜ਼ ਮੈਂ ਇਹਨਾਂ ਲਫਜ਼ਾਂ ਤੋਂ ਸ਼ੁਰੂ ਕਰਨਾ ਚਾਹੁੰਦਾ। ਅੱਲਾ ਰੱਬੁਲ ਇੱਜ਼ਤ ਨੇ ਇਸ ਕਾਇਨਾਤ ਦੇ ਅੰਦਰ ਹਰ ਚੀਜ਼ ਦੀ ਕੋਈ ਨਾ ਕੋਈ ਹੱਦ ਰੱਖੀ ਹੈ, ਲੇਕਿਨ ਦੋ ਚੀਜ਼ਾਂ ਐਸੀਆਂ ਹਨ ਕਿ ਜਿਨ੍ਹਾਂ ਦੀ ਖਾਲਕ ਕਾਇਨਾਤ ਨੇ ਹੱਦ ਨਹੀਂ ਰੱਖੀ। ਇਹ ਗੱਲ ਇੱਕ ਵਾਰੀ ਜ਼ਰਾ ਫੇਰ ਸੁਣੋ ਸਾਰੇ ਸਾਥੀ। ਅੱਲਾ ਦੀ ਇਸ ਪੂਰੀ ਕਾਇਨਾਤ ਵਿੱਚ ਹਰ ਚੀਜ਼ ਦੀ ਸੋਹਣੇ ਅੱਲਾ ਨੇ ਕੋਈ ਨਾ ਕੋਈ ਹੱਦ ਰੱਖੀ ਹੈ, ਲੇਕਿਨ ਦੋ ਚੀਜ਼ਾਂ ਐਸੀਆਂ ਹਨ ਕਿ ਜਿਨ੍ਹਾਂ ਦੀ ਸੋਹਣੇ ਅੱਲਾ ਕੋਈ ਹੱਦ ਨਹੀਂ ਰੱਖੀ। ਮੇਰਾ ਇਹ ਦਿਲ ਚਾਹੁੰਦਾ ਹੈ ਕਿ ਇੱਕ ਮਰਤਬਾ ਤੀਸਰੀ ਮਰਤਬਾ ਵੀ ਮੈਂ ਜਨਾਬ ਦੀ ਬਾਇਜ਼ਤ ਬਾਰਗਾਹ ਵਿੱਚ ਇਹੀ ਲਫ਼ਜ਼ ਦੁਬਾਰਾ ਅਰਜ਼ ਕਰਾਂ। ਅੱਲਾ ਦੀ ਇਸ ਪੂਰੀ ਕਾਇਨਾਤ ਵਿੱਚ ਹਰ ਚੀਜ਼ ਦੀ ਕੋਈ ਨਾ ਕੋਈ ਹੱਦ ਹੈ, ਹਰ ਚੀਜ਼ ਦਾ ਕੋਈ ਨਾ ਕੋਈ ਹੱਦ ਬੰਨਾ ਮੌਜੂਦ ਹੈ, ਹਰ ਚੀਜ਼ ਦਾ ਅੱਲਾ ਕੋਈ ਨਾ ਕੋਈ ਬਾਰਡਰ ਰੱਖਿਆ ਹੈ। ਲੇਕਿਨ ਦੋ ਚੀਜ਼ਾਂ ਐਸੀਆਂ ਹਨ ਕਿ ਜਿਨ੍ਹਾਂ ਦੀ ਸੋਹਣੇ ਅੱਲਾ ਨੇ ਕੋਈ ਹੱਦ ਨਹੀਂ ਰੱਖੀ, ਕੋਈ ਬਾਰਡਰ ਨਹੀਂ ਰੱਖਿਆ। ਪਹਿਲੇ ਇਹਨਾਂ ਗੱਲਾਂ ਦੀ ਵੰਡ ਕਰਨੇ ਆ, ਫਿਰ ਅੱਗੇ ਟੁਰਾਂਗੇ। ਮੁਲਾਜ਼ਮ ਹੁਸੈਨ, ਇਸ ਬਾਤ ਉੱਤੇ ਤੇਰੇ ਕੋਲ ਕੀ ਦਲੀਲ ਹੈ ਕਿ ਅੱਲਾ ਹਰ ਸ਼ੈ ਦੀ ਕੋਈ ਹੱਦ ਰੱਖੀ ਹੈ? ਇਹਦੇ ਉੱਤੇ ਕੋਈ ਦਲੀਲ ਦੇ। ਤੁਸੀਂ ਜਿਤਨੇ ਵੀ ਸਰਕਾਰ ਦੇ ਗੁਲਾਮ ਇਸ ਵਕਤ ਮੇਰੇ ਸਾਹਮਣੇ ਤਸ਼ਰੀਫ ਰੱਖਦੇ ਹੋ, ਤੁਸੀਂ ਸਾਰੇ ਇਸ ਵਕਤ ਜ਼ਮੀਨ ਉੱਤੇ ਬੈਠੇ ਹੋ। ਇਸ ਜ਼ਮੀਨ ਦੀ ਵੀ ਅੱਲਾ ਇੱਕ ਹੱਦ ਰੱਖੀ ਹੈ। ਇੱਕ ਜਗ੍ਹਾ ਐਸੀ ਆ ਜਾਂਦੀ ਹੈ ਜਿੱਥੇ ਜ਼ਮੀਨ ਮੁੱਕ ਜਾਂਦੀ ਹੈ, ਅੱਗੋਂ ਪਾਣੀ ਸ਼ੁਰੂ ਹੋ ਜਾਂਦਾ। ਅੱਜ ਦੀ ਇਹ ਮਹਿਫਲ ਪਾਕ ਰਾਤ ਦੇ ਟਾਈਮ ਹੋ ਰਹੀ ਹੈ, ਇਸ ਰਾਤ ਦੀ ਵੀ ਅੱਲਾ ਹੱਦ ਰੱਖੀ ਹੈ। ਹੋਰ ਪੰਜਾਂ ਛੇਆਂ ਘੰਟਿਆਂ ਤੋਂ ਬਾਅਦ ਰਾਤ ਮੁੱਕ ਜਾਏਗੀ, ਦਿਨ ਸ਼ੁਰੂ ਹੋ ਜਾਏਗਾ। ਅਸਾਂ ਜਿਸ ਹਜ਼ੂਰ ਦੇ ਜ਼ਿਕਰ ਪਾਕ ਦੀ ਮਹਿਫਲ ਪਾਕ ਵਿੱਚ ਹਾਜ਼ਰ ਹਾਂ, ਇਸ ਮਹਿਫਲ ਦੀ ਵੀ ਹੱਦ ਹੈ। ਘੰਟੇ ਤੋਂ ਬਾਅਦ, ਡੇਢ ਤੋਂ ਬਾਅਦ, ਦੋ ਤੋਂ ਬਾਅਦ ਦਰੂਦ ਸਲਾਮ ਹੋਵੇਗਾ, ਲੰਗਰ ਸ਼ਰੀਫ ਹੋਵੇਗਾ, ਦੁਆ ਮੰਗੀ ਜਾਏਗੀ, ਇਸ ਮਹਿਫਲ ਦੀ ਵੀ ਹੱਦ ਹੈ। ਅੱਲਾ ਸਾਨੂੰ ਜ਼ਿੰਦਗੀ ਅਤਾ ਕੀਤੀ, ਇਹ ਜ਼ਿੰਦਗੀ ਦੀ ਵੀ ਹੱਦ ਹੈ। ਕਿਸੇ ਬੰਦੇ ਨੂੰ ਅੱਲਾ 10 ਸਾਲ ਜ਼ਿੰਦਗੀ ਦਿੱਤੀ ਹੈ, 20 ਸਾਲ ਦਿੱਤੀ ਹੈ, 30 ਸਾਲ ਦਿੱਤੀ ਹੈ, 40 ਸਾਲ ਦਿੱਤੀ ਹੈ, 50 ਸਾਲ ਦਿੱਤੀ ਹੈ, ਆਖਰ ਖੇਡ ਮੁੱਕ ਜਾਣੀ ਹੈ। ਇਹ ਜ਼ਿੰਦਗੀ ਦੀ ਵੀ ਇੱਕ ਹੱਦ ਹੈ। ਹਰ ਚੀਜ਼ ਦੀ ਅੱਲਾ ਕੋਈ ਨਾ ਕੋਈ ਹੱਦ ਰੱਖੀ ਹੈ, ਹਰ ਚੀਜ਼ ਦਾ ਕੋਈ ਨਾ ਕੋਈ ਬਾਰਡਰ ਰੱਖਿਆ, ਲੇਕਿਨ ਦੋ ਚੀਜ਼ਾਂ ਦੀ ਅੱਲਾ ਦੀ ਕਾਇਨਾਤ ਵਿੱਚ ਕੋਈ ਹੱਦ ਨਹੀਂ। ਆਕਾ ਦੇ ਜਿਤਨੇ ਗੁਲਾਮ ਤੁਸੀਂ ਤਸ਼ਰੀਫ ਫਰਮਾਓ, ਮੈਂ ਸਾਰੇ ਬਾਇਜ਼ਤ ਮਜਮੇ ਨੂੰ ਮੁਤਵਜੇ ਕਰਕੇ ਅਰਜ਼ ਲੱਗਿਆ ਕਰਨ ਕਿ ਦੋ ਚੀਜ਼ਾਂ ਦਾ ਅੱਲਾ ਬਾਰਡਰ ਨਹੀਂ ਬਣਾਇਆ,
ਦੋ ਚੀਜ਼ਾਂ ਦਾ ਅੱਲਾ ਹੱਦ ਬੰਨਾ ਨਹੀਂ ਰੱਖਿਆ, ਦੋ ਚੀਜ਼ਾਂ ਦੀ ਹੱਦ ਅੱਲਾ ਰੱਖੀ ਕੋਈ ਨਹੀਂ। ਉਹ ਕਿਹੜੀਆਂ ਦੋ ਚੀਜ਼ਾਂ ਜਿਹਨਾਂ ਦੀ ਅੱਲਾ ਹੱਦ ਨਹੀਂ ਰੱਖੀ, ਮੈਂ ਗੱਲ ਕਰਕੇ ਤੁਹਾਡੇ ਸੀਨੇ 'ਚ ਠੰਡ ਪਾਵਾਂਗਾ, ਤੁਸੀਂ ਬੋਲੋਗੇ ਮੈਨੂੰ ਖੁਸ਼ੀ ਹੋਵੇਗੀ। ਜਿਹੜੀਆਂ ਦੋ ਚੀਜ਼ਾਂ ਦੀ ਅੱਲਾ ਹੱਦ ਨਹੀਂ ਰੱਖੀ ਉਹ ਦੋ ਚੀਜ਼ਾਂ ਇਹ ਨੇ, ਇੱਕ ਅੱਲਾ ਆਪਣੀ ਸ਼ਾਨ ਦੀ ਹੱਦ ਨਹੀਂ ਰੱਖੀ, ਇੱਕ ਜ਼ਹਰਾ ਦੇ ਬਾਬੇ ਦੀ ਸ਼ਾਨ ਦੀ ਹੱਦ ਨਹੀਂ ਰੱਖੀ। ਮੈਂ ਇੱਕ ਵਾਰੀ ਦੁਬਾਰਾ ਅਰਜ਼ ਕਰਨਾ, ਜ਼ਰਾ ਫਿਰ ਸ਼ਫਕਤ ਕਰੋਗੇ। ਦੋ ਚੀਜ਼ਾਂ ਦਾ ਅੱਲਾ ਹੱਦ ਬੰਨਾ ਨਹੀਂ ਰੱਖਿਆ, ਦੋ ਚੀਜ਼ਾਂ ਦਾ ਅੱਲਾ ਬਾਰਡਰ ਨਹੀਂ ਰੱਖਿਆ, ਤੇ ਜਦੋਂ ਅੱਲਾ ਹੱਦ ਰੱਖੀ ਨਹੀਂ ਸਾਨੂੰ ਲੱਭਣ ਦੀ ਲੋੜ ਵੀ ਨਹੀਂ। ਬਈ ਅੱਲਾ ਫਰਮਾਉਂਦਾ ਮੈਂ ਦੋ ਚੀਜ਼ਾਂ ਦੀ ਹੱਦ ਨਹੀਂ ਰੱਖੀ, ਤੇ ਹੁਣ ਕੋਈ ਬੰਦਾ ਆਪ ਫੀਤਾ ਚੁੱਕ ਲਵੇ ਕਿ ਮੈਂ ਨਾਪਣਾ ਤੇ ਹੱਦ ਲੱਭਣੀ ਹੈ। ਕੋਈ ਬੰਦਾ ਆਖੇ ਜੀ ਮੈਂ ਤੱਕੜੀ ਤੇ ਤਰਾਜ਼ੂ ਚੁੱਕ ਕੇ ਇਹਨੂੰ ਤੋਲਣਾ ਹੈ, ਦੋ ਚੀਜ਼ਾਂ ਦੀ ਹੱਦ ਲੱਭਣੀ ਹੈ। ਮੇਰਾ ਖਿਆਲ ਹੈ ਕਿ ਉਹਨੂੰ ਹਰ ਅਕਲਮੰਦ ਬੰਦਾ ਆਖੇਗਾ ਕਿ ਨਿਹਾਇਤ ਹੀ ਬੇਵਕੂਫ ਆਦਮੀ ਹੈ, ਜਦੋਂ ਮਾਲਕ ਹੱਦ ਨਹੀਂ ਰੱਖੀ ਤੈਨੂੰ ਖੱਜਲ ਖਰਾਬ ਹੋਣ ਦੀ ਜ਼ਰੂਰਤ ਕੀ ਹੈ। ਜਿਹੜੀਆਂ ਦੋ ਚੀਜ਼ਾਂ ਦੀ ਅੱਲਾ ਹੱਦ ਨਹੀਂ ਰੱਖੀ, ਮੇਰੀ ਪਹਿਲੀ ਗੱਲ ਦੇ ਉੱਤੇ ਜ਼ਰਾ ਨਿਹਾਇਤ ਮੁਹੱਬਤ ਨਾਲ ਗੌਰ ਵ ਫਿਕਰ ਫਰਮਾਓ। ਇਹਨੂੰ ਆਂਦੇ ਨੇ ਗੱਲ ਦੀ ਵੰਡ ਕਰਨਾ, ਗੱਲ 'ਤੇ ਟੱਕ ਲਾਉਣਾ, ਨਤੀਜਾ ਕਰਨਾ, ਨੁਕਤਾ ਕਰਨਾ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ। ਮੈਂ ਪਹਿਲੀ ਵੰਡ ਜਨਾਬ ਦੀ ਬਾਰਗਾਹ 'ਚ ਪੇਸ਼ ਪਿਆ ਕਰਨਾ, ਪਹਿਲੀ ਮੇਰੀ ਗੱਲ ਪੱਲੇ ਬੰਨੋ ਕਿ ਦੋ ਚੀਜ਼ਾਂ ਦੀ ਅੱਲਾ ਹੱਦ ਨਹੀਂ ਰੱਖੀ, ਦੋ ਚੀਜ਼ਾਂ ਦਾ ਅੱਲਾ ਬਾਰਡਰ ਨਹੀਂ ਬਣਾਇਆ, ਇੱਕ ਅੱਲਾ ਆਪਣੀ ਸ਼ਾਨ ਦੀ ਹੱਦ ਨਹੀਂ ਰੱਖੀ, ਇੱਕ ਹੁਸੈਨ ਦੇ ਨਾਨੇ ਦੀ ਸ਼ਾਨ ਦੀ ਹੱਦ ਨਹੀਂ ਰੱਖੀ। ਇਹ ਮੇਰੀ ਗੱਲ ਜਨਾਬ ਦੇ ਸਮਝ 'ਚ ਆਈ ਹੈ? ਜਿਹੜੇ ਬੰਦਿਆਂ ਦੇ ਸਮਝ 'ਚ ਆਈ ਹੈ ਉਹਨਾਂ ਸੁਬਹਾਨ ਅੱਲਾ ਇਰਸ਼ਾਦ ਵੀ ਫਰਮਾਇਆ, ਅਤੇ ਜਿਹੜੇ ਬੰਦੇ ਨਹੀਂ ਬੋਲੇ ਉਹਨਾਂ ਦੀ ਬਾਰਗਾਹ ਵਿੱਚ ਮੈਂ ਇੱਕ ਦੁਆ ਲੱਗਿਆ ਕਰਨ, ਉਹ ਦੁਆ ਨੂੰ ਸੁਣ ਲਵੋ, ਚੰਗੀ ਲੱਗੇ ਤਾਂ ਫਿਰ ਸ਼ਾਮਿਲ ਹੋ ਜਾਈਓ, ਕਬੂਲੀਅਤ ਇਨਸ਼ਾਅੱਲਾ ਯਕੀਨਨ ਹੋਵੇਗੀ, ਕਿਉਂਕਿ ਆਕਾ ਦੀ ਮਹਿਫਲ ਵਿੱਚ ਮੰਗੀ ਹੋਈ ਦੁਆ ਕਦੀ ਵੀ ਮਾਲਕ ਰੱਦ ਨਹੀਂ ਫਰਮਾਉਂਦਾ। ਯਾ ਅੱਲਾ ਜਿਹੜਾ ਉੱਚੀ ਸੁਬਾਨ ਅੱਲਾ ਆਖੇ ਉਹਨੂੰ ਸਾਰੀ ਜ਼ਿੰਦਗੀ ਸ਼ੂਗਰ ਨਾ ਹੋਵੇ। ਮੈਂ ਇੱਕ ਵਾਰੀ ਫਿਰ ਦੁਆ ਮੰਗਣਾ, ਕਿਉਂਕਿ ਮੇਰੇ ਇਸ ਪਾਸੇ ਇੱਕ ਬੰਦੇ ਨੇ ਦੁਆ ਵੀ ਨਹੀਂ ਮੰਗੀ ਅਤੇ ਨਿਹਾਇਤ ਘੂਰ ਕੇ ਮੈਨੂੰ ਵੇਖ ਰਿਹਾ, ਏਡਾ ਘੂਰ ਘੂਰ ਕੇ ਵੇਖ ਰਿਹਾ ਨਾ। ਬਈ ਦੋ ਚਾਰ ਮਿੰਟਾਂ ਤੋਂ ਬਾਅਦ ਮੈਂ ਦੱਸ ਦੇਣਾ ਵੀ ਆਹ ਉਹ ਬੰਦਾ ਹੈ, ਕਿਉਂਕਿ ਹੋ ਸਕਦਾ ਕੋਈ ਮੇਰੀ ਗਲਤੀ ਹੋਵੇ, ਵੀ ਮੈਂ ਇਸ ਵਾਸਤੇ ਦੱਸਣਾ ਵੀ ਮੈਨੂੰ ਮਾਫ਼ੀ ਲੈ ਦੇਈਓ। ਮੈਂ ਇੱਕ ਵਾਰੀ ਫਿਰ ਦੁਆ ਪਿਆ ਕਰਨਾ, ਸਾਰੇ ਸਾਥੀ ਇਸ ਦੁਆ ਵਿੱਚ ਸ਼ਾਮਿਲ ਹੋ ਜਾਓ, ਮੈਂ ਸਿਰਫ ਵੰਡਾਂ ਕਰਨੀਆਂ ਨੇ, ਤਕਰੀਰ ਸ਼ਕਰੀਰ ਸਾਨੂੰ ਆਉਂਦੀ ਕੋਈ ਨਹੀਂ, ਦੋ ਚਾਰ ਵੰਡਾਂ ਕਰਨੀਆਂ ਨੇ ਇਨਸ਼ਾਅੱਲਾ। ਸਾਈਆਂ ਦੀ ਸ਼ਾਨ ਤੋਂ ਗੱਲ ਸ਼ੁਰੂ ਕੀਤੀ ਹੈ ਅਤੇ ਆਕਾ ਦੀ ਨਾਤ ਪੜਾਂਗੇ ਅਤੇ ਫਿਰ ਸੁਹਾਬਾ ਦਾ ਪਾਕ ਅਜ਼ਮਤ ਬਿਆਨ ਕਰਾਂਗੇ ਅਤੇ ਫਿਰ ਮੌਲਾ ਕਾਇਨਾਤ ਦਾ ਕਸੀਦਾ ਪੜਾਂਗੇ, ਆਖਿਰ ਵਿੱਚ ਇੱਕ ਗੱਲ ਨਮਾਜ਼ ਦੀ ਕਰਾਂਗੇ। ਚਾਰ ਯਾਰਾਂ ਦੇ ਨਾਂ 'ਤੇ ਗੱਲਾਂ ਚਾਰ ਕਰਾਂਗੇ, ਭਾਵੇਂ ਘੰਟੇ ਵਿੱਚ ਕਰਾਂ ਅਤੇ ਭਾਵੇਂ ਦੋ ਘੰਟੇ ਵਿੱਚ ਕਰਾਂ, ਕਰਨੀਆਂ ਚਾਰ ਨੇ, ਕਿਉਂਕਿ ਚਾਰ ਯਾਰਾਂ ਦੀ ਨਿਸਬਤ ਨਾਲ ਸੁਬਾਨ ਅੱਲਾ ਉਹ ਬੰਦਾ ਆਖੇ ਜਿਹੜਾ ਚਾਹੁੰਦਾ ਕਿ ਸ਼ੂਗਰ ਨਾ ਹੋਵੇ। ਵੈਸੇ ਅਗਰ ਕਿਸੇ ਬੰਦੇ ਨੂੰ ਸ਼ੂਗਰ ਹੋਵੇ, ਕਿਸੇ ਬੰਦੇ ਨੂੰ ਵੀ ਸ਼ੂਗਰ ਹੋਵੇ, ਉਹਨੂੰ ਮੈਂ ਅੱਧਾ ਵਲੀ ਤਸਲੀਮ ਕਰਨਾ। ਇਸ ਮਹਿਫਲ ਵਿੱਚ ਅਗਰ ਕੋਈ ਬੰਦਾ ਇਸ਼ਾਰਾ ਕਰੇ ਅਤੇ ਬਾਂਹ ਖੜੀ ਕਰੇ, ਉਹ ਆਖੇ ਮੁਲਾਜ਼ਮ ਹੁਸੈਨ ਡੋਗਰ ਸਾਹਿਬ ਮੈਨੂੰ ਸ਼ੂਗਰ ਹੈ, ਮੈਂ ਉਹਨੂੰ ਸਭ ਤੋਂ ਪਹਿਲੇ ਅੱਧਾ ਵਲੀ ਮੰਨਣਾ। ਮਾਨਣਾ ਜਿਹਨੇ ਅੱਧਾ ਵਲੀ ਵੇਖਣਾ ਬੰਦਾ ਵੇਖ ਲਓ ਉਹਦੀ ਦਲੀਲ। ਜਿਹੜੇ ਬੰਦੇ ਨੂੰ ਵੀ ਸ਼ੂਗਰ ਹੋਈ ਹੈ ਨਾ, ਉਸ ਬੰਦੇ ਦੀ ਮੈਂ ਕਮਾਲ ਵੇਖੀ ਹੈ ਵੀ ਪੌਣਾ ਕਿਲੋ ਬਰਫੀ ਖਾ ਲੈਣੀ ਹੈ, ਆਖਣਾ ਚਾਹ ਵਿੱਚ ਮਿੱਠਾ ਨਾ ਪਾਓ ਮੈਨੂੰ ਸ਼ੂਗਰ ਹੈ। ਇਹ ਪਰਹੇਜ਼ ਕੋਈ ਅੱਲਾ ਦਾ ਵਲੀ ਕਰ ਸਕਦਾ ਹੈ, ਆਮ ਬੰਦਾ ਕਰ ਹੀ ਨਹੀਂ ਸਕਦਾ। ਉੱਚੀ ਆਵਾਜ਼ ਨਾਲ ਆਖੋ ਜ਼ਰਾ ਬੋਲੋ, ਅੱਲਾ ਕਿੰਨੀਆਂ ਛਾਵਾਂ ਦੀ ਹੱਦ ਨਹੀਂ ਰੱਖੀ? ਜ਼ਰਾ ਪਿਆਰ ਨਾਲ ਬੋਲੋ ਤੇ ਸਾਰੇ ਬੋਲੋ, ਕਿੰਨੀਆਂ ਛਾਵਾਂ ਦੀ? ਇੱਕ ਅੱਲਾ ਆਪਣੀ ਸ਼ਾਨ ਦੀ ਹੱਦ ਨਹੀਂ ਰੱਖੀ, ਇੱਕ ਸਿੱਦੀਕ ਅਕਬਰ ਦੇ ਆਕਾ ਦੀ ਸ਼ਾਨ ਦੀ ਹੱਦ ਨਹੀਂ ਰੱਖੀ, ਇੱਕ ਆਪਣੀ ਸ਼ਾਨ ਦੀ ਹੱਦ ਨਹੀਂ ਰੱਖੀ, ਇੱਕ ਫਰੂਕ ਆਜ਼ਮ ਦੇ ਆਕਾ ਦੀ ਸ਼ਾਨ ਦੀ ਹੱਦ ਨਹੀਂ ਰੱਖੀ, ਇੱਕ ਆਪਣੀ ਸ਼ਾਨ ਦੀ ਹੱਦ ਨਹੀਂ ਰੱਖੀ, ਇੱਕ ਉਸਮਾਨੇ ਗਨੀ ਦੇ ਆਕਾ ਦੀ ਸ਼ਾਨ ਦੀ ਹੱਦ ਨਹੀਂ ਰੱਖੀ, ਇੱਕ ਅੱਲਾ ਆਪਣੀ ਸ਼ਾਨ ਦੀ ਹੱਦ ਨਹੀਂ ਰੱਖੀ, ਇੱਕ ਮੌਲਾ ਅਲੀ ਦੇ ਆਕਾ ਦੀ ਸ਼ਾਨ ਦੀ ਹੱਦ ਨਹੀਂ ਰੱਖੀ,
ਇਹ ਮੈਂ ਚਾਰ ਯਾਰਾਂ ਦਾ ਨਾਂ ਲਿਆ ਜਿਹੜੇ ਜਿਹੜੇ ਬੰਦੇ ਦੇ ਕਲੇਜੇ ਵਿੱਚ ਠੰਡ ਪਈ ਏ ਉਹ ਆਪਣੀ ਠੰਡ ਜ਼ਹਿਰ ਕਰੇ ਤੇ ਸੁਭਾਨ ਅੱਲਾਹ ਇਰਸ਼ਾਦ ਫਰਮਾਏ। ਮੈਨੂੰ ਇੱਕ ਅਰਸਾ ਗੁਜ਼ਰ ਗਿਆ ਤਕਰੀਰ ਕਰਦਿਆਂ, ਤਕਰੀਬਨ 28 ਸਾਲ ਮੈਂ ਤਬਲੀਗ ਕਰ ਬੈਠਾ, ਤਕਰੀਰ ਕਰ ਬੈਠਾ, ਕਾਫੀ ਅਰਸਾ 28 ਸਾਲ ਬੜਾ ਅਰਸਾ ਹੈ। ਮੈਂ ਇੱਕ ਨਤੀਜਾ ਕੱਢਿਆ, ਮੈਂ ਜਨਾਬ ਦੇ ਸਾਹਮਣੇ ਪੇਸ਼ ਲੱਗਿਆ ਕਰਨ, ਜਿਹੜਾ ਇਸ ਗੱਲ ਉੱਤੇ ਜ਼ਰਾ ਬੋਲੇਗਾ ਮੈਂ ਉਹਦਾ ਖਸੂਸੀ ਤੌਰ ਸ਼ੁਕਰੀਆ ਅਦਾ ਕਰਾਂਗਾ। ਇਹ ਮੇਰਾ ਹਿਸਾਬ ਏ, ਮੈਂ ਜ਼ਾਤੀ ਤੌਰ ਇਹਦਾ ਤਜਰਬਾ ਕੀਤਾ ਕਿ ਹਜ਼ਰਤ ਉਮਰ ਦਾ ਨਾਂ ਆ ਜਾਏ ਤੇ ਸ਼ੈਤਾਨ ਦੇ ਪੱਲੇ ਕੱਖ ਨਹੀਂ ਰਹਿੰਦਾ, ਅਲੀ ਦਾ ਨਾਂ ਆ ਜਾਏ ਮੁਨਾਫਿਕ ਦੇ ਪੱਲੇ ਕੱਖ ਨਹੀਂ ਰਹਿੰਦਾ। ਜਿਹੜੇ ਜਿਹੜੇ ਬੰਦੇ ਨਹੀਂ ਬੋਲੇ ਉਹਨਾਂ ਨੂੰ ਹਿਲਾ ਦਿਓ ਥੋੜਾ ਜਿਹਾ, ਹੋ ਸਕਦਾ ਦਿਲ ਦੀ ਮਰਜ਼ੀ ਪੁਰਬਾਸ਼ ਹੋ ਗਏ ਹੁਣ। ਚਲੋ ਸੂਰਤ ਯਾਸੀਨ ਤੇ ਪੜ੍ਹੀਏ ਨਾ। ਮੈਂ ਇਸ ਗੱਲ ਨੂੰ ਫੇਰ ਲੱਗਿਆ ਕਹਿਣ, ਵੱਤ ਲੱਗਿਆ ਕਹਿਣ, ਵਲਾ ਲੱਗਿਆ ਕਹਿਣ, ਮੁੜ ਲੱਗਿਆ ਕਹਿਣ, ਮੁਕਰਰ ਕਰਨ ਲੱਗਿਆ। ਮੈਨੂੰ ਕਿਸੇ ਨਹੀਂ ਆਖਿਆ, ਆਪ ਦੁਬਾਰਾ ਅਰਜ਼ ਪਿਆ ਕਰਨਾ ਕਿਉਂਕਿ ਤੁਹਾਨੂੰ ਸਵਾਦ ਨਹੀਂ ਆਇਆ, ਮੈਨੂੰ ਤੇ ਆ ਗਿਆ ਨਾ। ਹਜ਼ਰਤ ਫਾਰੂਕ ਆਜ਼ਮ ਦਾ ਨਾਂ ਲਵੋ ਤੇ ਸ਼ੈਤਾਨ ਦੇ 12 ਵੱਜ ਜਾਂਦੇ ਨੇ, ਉਹਦੇ ਪੱਲੇ ਕੱਖ ਨਹੀਂ ਰਹਿੰਦਾ। ਜਿਵੇਂ ਹਜ਼ਰਤ ਉਮਰ ਦਾ ਨਾਂ ਆਵੇ ਸ਼ੈਤਾਨ ਦਾ ਤੀਲਾ ਨਹੀਂ ਰਹਿੰਦਾ, ਇਵੇਂ ਅਲੀ ਦਾ ਨਾਂ ਆਵੇ ਮੁਨਾਫਕ ਦਾ ਤੀਲਾ ਨਹੀਂ ਰਹਿੰਦਾ। ਸੁੰਨੀ ਤੇਰੇ ਅਕੀਦੇ ਤੋਂ ਸਦਕੇ ਜਾਵਾਂ, ਹਜ਼ਰਤ ਉਮਰ ਦਾ ਨਾਂ ਆਵੇ ਤਾਂ ਤੇਰੇ ਕਲੇਜੇ ਵਿੱਚ ਠੰਡ ਪੈਂਦੀ ਏ, ਅਲੀ ਦਾ ਨਾਂ ਆਵੇ ਤਾਂ ਕਲੇਜੇ ਵਿੱਚ ਠੰਡ ਪੈਂਦੀ। ਠਹਿਰ ਠਹਿਰ ਕੇ ਤਕਰੀਰ ਕਰਨੀ ਹੈ ਹੌਸਲੇ ਨਾਲ, ਕੋਈ ਜਜ਼ਬਾ ਨਹੀਂ, ਕੋਈ ਹੱਥ ਨਹੀਂ ਹਿਲਾਣੇ ਬਹੁਤੇ, ਤੇ ਕੋਈ ਜਜ਼ਬਾ ਸ਼ਜ਼ਬਾ ਆਪਾਂ ਕਰਨਾ ਕੋਈ ਨਹੀਂ, ਤਸੱਲੀ ਨਾਲ ਗੱਲਾਂ ਦੋ ਚਾਰ ਦੀ ਵੰਡ ਕਰਨੀ ਹੈ। ਤੇ ਜੇ ਮੇਰੀ ਤਕਰੀਰ ਪਸੰਦ ਆ ਗਈ ਠੀਕ ਹੈ, ਨਾ ਪਸੰਦ ਆਈ ਤੇ ਮਾਫ਼ੀ ਚ ਮੰਗਾਂਗੇ ਮੀਆਂ ਵੀ ਗਲਤੀ ਹੋ ਗਈ ਹੈ ਤੇ ਇਹਦੀ ਮਾਫ਼ੀ ਚ ਦਿਓ, ਉਸ ਗੱਲ ਤੇ ਸਿਰਫ ਇੰਨੀ ਹੈ ਨਾ ਬਈ। ਲੇਕਿਨ ਇਹ ਮੇਰਾ ਦਿਲ ਚਾਹੁੰਦਾ ਵੀ ਹੁਣ ਮੈਂ ਤਕਰੀਰ ਸ਼ੁਰੂ ਕਰ ਲਈਏ, ਵੰਡਾਂ ਮੈਂ ਸ਼ੁਰੂ ਕਰ ਲਈਆਂ। ਜਿਹੜਾ ਬੰਦਾ ਨਹੀਂ ਨਾ ਬੋਲਦਾ, ਮੈਂ ਕੋਈ 10-15 ਮਿੰਟਾਂ ਉਹਦੇ ਮੂੰਹ ਵੱਲ ਵੇਖਣਾ, 10-15 ਮਿੰਟੋਂ ਬਾਅਦ ਕੁਰਸੀ ਵੀ ਛੱਡ ਦੇਣੀ ਹੈ, ਸਪੀਕਰ ਵੀ ਛੱਡ ਦੇਣਾ, ਮਜਮੇ ਦੇ ਮੈਂ ਵਿੱਚ ਆ ਜਾਣਾ। ਜਿਹੜਾ ਬੰਦਾ ਨਹੀਂ ਬੋਲਦਾ ਉਹਨੂੰ ਖੜਾ ਕਰਾਂਗਾ, ਨਾਲੇ ਉਹਦੇ ਕੋਲੋਂ ਜਨਾਜ਼ੇ ਵਾਲੀ ਦੁਆ ਸੁਣਾਂਗਾ, ਨਾਲੇ ਵਿਤਰਾਂ ਵਾਲੀ ਦੁਆ ਸੁਣਾਂਗਾ। ਉਹ ਤੁਹਾਨੂੰ ਆਣੀ ਕੋਈ ਨਹੀਂ, ਇੱਜ਼ਤ ਬਚਾਓ, ਸੁਭਾਨ ਅੱਲਾਹ ਕਹੋ, ਚੰਗੇ ਰਹੋਗੇ। ਤਵੱਜੋ ਹੈ ਸਾਰੇ ਦੋਸਤਾਂ ਦੀ ਕਿ ਨਹੀਂ? ਕਿੰਨੀਆਂ ਸ਼ਬਾਂ ਦੀ ਯਾਦ ਨਹੀਂ? ਬੋਲੋ ਜ਼ਰਾ ਖੜਕੇ ਨਾਲ ਤੇ ਉੱਚੀ ਆਵਾਜ਼ ਨਾਲ ਸਾਰੇ ਸਾਥੀ। ਮੈਂ ਮਿੰਨਤ ਪਿਆ ਕਰਨਾ, ਬੁਲਾਉਣ ਦਾ ਮਕਸਦ ਇਹ ਵੇ ਗੱਲਾਂ ਤੁਹਾਡੇ ਸਮਝ 'ਚ ਆ ਜਾਣ, ਸਾਦਾ ਬੰਦਾ ਵੀ ਗੱਲ ਸਮਝੇ। ਤਕਰੀਰ ਦੇ ਦੋ ਤਰੀਕੇ ਹੁੰਦੇ ਨੇ, ਇੱਕ ਤਰੀਕਾ ਕਿ ਰੌਲਾ ਪਾਓ, ਗੱਲ ਫਬਾਓ, ਕਿਸੇ ਨੂੰ ਸਮਝ ਆਵੇ ਨਾ ਆਵੇ ਬਸ ਰੌਲਾ ਪਾ ਛੱਡੋ, ਸਿਰ ਲਾਓ ਅਤੇ ਹੱਥ ਲਾਓ, ਬੰਦੇ ਆਖਣ ਮੌਲਵੀ ਨੂੰ ਕੁਝ ਹੋ ਗਿਆ ਅਤੇ ਬੱਲੇ ਬੱਲੇ ਸਮਝ ਕਿਸੇ ਦੇ ਪੱਖ ਇਕੱਲੇ। ਦੂਜੀ ਗੱਲ ਇਹ ਵੀ ਤਕਰੀਰ ਸਮਝਾਓ, ਮੈਂ ਤਕਰੀਰ ਸੁਣਾਉਣੀ ਨਹੀਂ, ਤਕਰੀਰ ਸਮਝਾਉਣੀ ਏ, ਏਡੀ ਸਾਦੀ ਕਰਕੇ ਸਮਝਾਉਣੀ ਏ ਵੀ ਪਤੀਸਾ ਵਿੱਚ ਲੈ ਲੈਨੂੰ ਵੀ ਗੱਲ ਇਨਸ਼ਾਅੱਲਾ ਸਮਝ ਆ ਜਾਏਗੀ, ਮਦੀਨੇ ਵਾਲੇ ਨਬੀ ਦੀ ਨਿਗਾਹ ਨਾਲ। ਇਹ ਪਹਿਲੀ ਗੱਲ ਏ ਜਿਹਨੂੰ ਤਵੱਜੋ ਨਾਲ ਅਰਮਾਲ ਦੇ ਵੀ ਮੇਰਾ, ਇਹ ਪਹਿਲੀ ਗੱਲ ਨੂੰ ਗੰਢ ਦਿਓ ਤੇ ਗੰਢ ਮਾਰੋ। ਪੁਰਾਣੇ ਦੌਰ ਵਿੱਚ ਬੰਦੇ ਗੱਲ ਨੂੰ ਗੰਢ ਦਿੰਦੇ ਸਨ। ਅੱਜ ਤੋਂ 40 ਸਾਲ ਪਹਿਲੇ ਜਦੋਂ ਕੋਈ ਘਰ ਦਾ ਬੰਦਾ ਸ਼ਹਿਰ ਜਾਂਦਾ ਸੀ ਤੇ ਘਰ ਦੇ ਆਉਂਦੇ ਸਨ, ਫਲਾਣੀ ਸ਼ਾਹ ਵੀ ਲੈ ਆਈ, ਉਹ ਜ਼ਾਕਿਆ ਮੈਨੂੰ ਗੱਲ ਭੁੱਲ ਜਾਂਦੀ ਹੈ ਤੇ ਉਹ ਆਉਂਦੇ ਸੀ ਵੀ ਜ਼ਰਾ ਗੰਢ ਦੇ ਲੈ, ਤੇ ਜਦੋਂ ਗੰਢ ਤੇਰੇ ਸਾਹਮਣੇ ਆਈ ਤੇ ਸ਼ਾਹ ਯਾਦ ਆਏਗੀ। ਆ ਪਹਿਲੀ ਗੱਲ ਨੂੰ ਚੰਗੀ ਤਰ੍ਹਾਂ ਗੰਢ ਦੇ ਲਵੋ। ਕੋਈ ਬੰਦਾ ਤੁਹਾਡੇ ਕੋਲੋਂ ਕੱਲ੍ਹ ਪੁੱਛੇ ਵੀ ਹਾਜੀ ਅਬਦੁਲ ਸਤਾਰ ਸਾਹਿਬ ਨੇ ਜਿਹੜਾ ਮੌਲਵੀ ਬੁਲਾ ਕੇ ਦਿੱਤਾ ਹੈ ਉਸ ਕਿਹੜਾ ਨੁਕਤਾ ਬਿਆਨ ਕੀਤਾ ਹੈ, ਉਹਨੂੰ ਆਖੋ ਜੀ ਪਹਿਲੀ ਗੱਲ ਤਾਂ ਡਾਢਮ ਦੀ ਕਰ ਗਈ ਏ, ਬਾਕੀ ਸੁਰ ਸ਼ੁਰ ਤਾਂ ਹੱਸ ਕੇ ਨਾ ਤੇ ਕੋਈ ਏਡੀ ਤਕਰੀਰ ਸ਼ਕਰੀਰ ਦਾ ਤਰੀਕਾ ਕਹਿਣਾ, ਲੇਕਿਨ ਪਹਿਲੀ ਗੱਲ ਨੂੰ ਡਾਢਮ ਦੀ ਕੀਤੀ ਏ ਵੀ ਦੋ ਸ਼ਾਵਾਂ ਦੀ ਅੱਲਾਹ ਹੱਦ ਨਹੀਂ ਰੱਖੀ। ਕਿਹੜੀਆਂ ਸ਼ਾਵਾਂ ਦੀ? ਆਖੋ ਇੱਕ ਅੱਲਾਹ ਆਪਣੀ ਸ਼ਾਨ ਦੀ ਹੱਦ ਨਹੀਂ ਰੱਖੀ, ਇੱਕ ਬਤੂਲ ਦੇ ਬਾਬੇ ਦੀ ਸ਼ਾਨ ਦੀ ਹੱਦ ਨਹੀਂ ਰੱਖੀ। ਆਓ ਜੀ ਹੁਣ ਦੂਸਰੀ ਗੱਲ ਸ਼ੁਰੂ ਕਰਨੇ ਆ, ਜਿਹੜੀ ਅੱਲਾਹ ਦੀ ਸ਼ਾਨ ਦੀ ਹੱਦ ਨਹੀਂ। ਇਧਰ ਮੈਨੂੰ ਜਵਾਬ ਦਿਓ ਨਾ, ਮੈਂ ਕੀ ਪੁੱਛਿਆ? ਬੋਲੋ ਜਿਹੜੀ, ਜਿਹੜਾ ਜਿਹੜਾ ਬੰਦਾ ਅੱਲਾਹ ਨੂੰ ਮੰਨਦਾ ਜ਼ਰਾ ਤਕੜਾ ਹੋ ਕੇ ਬੋਲੋ, ਜਿਹੜੀ ਅੱਲਾਹ ਨੂੰ ਸਾਰੇ ਮੰਨਦੇ ਨੇ। ਜਿਹੜਾ ਬੰਦਾ ਅੱਲਾਹ ਨੂੰ ਨਹੀਂ ਮੰਨਦਾ ਉਹ ਬੰਦਾ ਹੀ ਨਹੀਂ। ਉਹ ਕਾਹਦਾ ਬੰਦਾ ਜਿਹੜਾ ਅੱਲਾਹ ਨੂੰ ਨਾ ਮੰਨੇ? ਅੱਲਾਹ ਨੂੰ ਮੰਨਣ ਦਾ ਹੀ ਇਹ, ਉਹ ਜਿਹੜਾ ਬੰਦਾ ਹੋਵੇ। ਮੈਂ ਸਾਰੇ ਸਰਕਾਰ ਦੇ ਗੁਲਾਮਾਂ ਦੀ ਬਾਰਗਾਹ ਵਿੱਚ ਮਿੰਨਤ ਪਿਆ ਕਰਨਾ ਹੱਥ ਬੰਨ ਕੇ, ਆਪਣੇ ਮਾਲਕ ਦਾ ਨਾਂ ਖੁਸ਼ ਹੋ ਕੇ ਲਵੋ, ਤੇਰੇ ਮੱਥੇ ਦਾ ਮੁਸਕਰਾਹਟ ਦੱਸੇ ਕਿ ਅੱਲਾਹ ਦੇ ਨਾਂ ਤੇ ਕਿਤਨਾ ਰਾਜ਼ੀ ਹੋਇਆ। ਬੋਲੋ ਜਿਹੜੀ ਅੱਲਾਹ ਦੀ ਸ਼ਾਨ ਦੀ ਹੱਦ ਕੋਈ ਨਹੀਂ, ਉਹ ਅੱਲਾਹ ਦੀ ਜ਼ਾਤੀ ਸ਼ਾਨ ਏ, ਅੱਲਾਹ ਨੂੰ ਕਿਸੇ ਦਿੱਤੀ ਨਹੀਂ।
ਤਵਜੋ ਹੈ ਸਾਰੇ ਦੋਸਤਾਂ ਦੀ ਜੀ। ਮੈਂ ਆਹਨਾਂ ਜਿਹੜੀ ਅੱਲਾ ਦੀ ਸ਼ਾਨ ਦੀ ਹੱਦ ਨਹੀਂ, ਉਹ ਅੱਲਾ ਦੀ ਜ਼ਾਤੀ ਸ਼ਾਨ ਹੈ, ਅੱਲਾ ਨੂੰ ਕਿਸੇ ਦਿੱਤੀ ਨਹੀਂ। ਜਿਹੜੀ ਅੱਲਾ ਦੀ ਸ਼ਾਨ ਦੀ ਹੱਦ ਕੋਈ ਨਹੀਂ, ਅੱਲਾ ਨੂੰ ਇਹ ਸ਼ਾਨ ਨਾ ਕਿਸੇ ਮੌਲਵੀ ਦਿੱਤੀ ਹੈ, ਅੱਲਾ ਨੂੰ ਇਹ ਸ਼ਾਨ ਨਾ ਕਿਸੇ ਪੀਰ ਦਿੱਤੀ ਹੈ, ਅੱਲਾ ਨੂੰ ਇਹ ਸ਼ਾਨ ਨਾ ਕਿਸੇ ਵਲੀ ਦਿੱਤੀ ਹੈ, ਅੱਲਾ ਨੂੰ ਇਹ ਸ਼ਾਨ ਨਾ ਕਿਸੇ ਗੌਸ ਦਿੱਤੀ ਹੈ, ਅੱਲਾ ਨੂੰ ਇਹ ਸ਼ਾਨ ਨਾ ਕਿਸੇ ਕੁਤਬ ਦਿੱਤੀ ਹੈ। ਜਿਹੜੀ ਅੱਲਾ ਦੀ ਸ਼ਾਨ ਦੀ ਹੱਦ ਕੋਈ ਨਹੀਂ, ਅੱਲਾ ਨੂੰ ਇਹ ਸ਼ਾਨ ਨਾ ਕਿਸੇ ਅਬਦਾਲ ਦਿੱਤੀ ਹੈ। ਜਿਹੜੀ ਅੱਲਾ ਦੀ ਸ਼ਾਨ ਦੀ ਹੱਦ ਕੋਈ ਨਹੀਂ, ਅੱਲਾ ਨੂੰ ਇਹ ਸ਼ਾਨ ਨਾ ਕਿਸੇ ਸੁਹਾਬੀ ਦਿੱਤੀ ਹੈ, ਨਾ ਕਿਸੇ ਨਬੀ ਦਿੱਤੀ ਹੈ। ਹੁਣ ਤੇਰੀ ਬਲਾ ਜਾਣੇ ਮੈਂ ਕੀ ਪਿਆ ਆਨਾ, ਜੇ ਤੇਰੇ ਸਮਝ ਚ ਆ ਜਾਣ ਨਾ ਗੱਲਾਂ ਵੀ ਮੈਂ ਕੀ ਪਿਆ ਕਰਨਾ, ਤੇ ਤੈਨੂੰ ਹੋਰ ਜ਼ਿਆਦਾ ਸਵਾਦ ਆਏ, ਮੈਂ ਫੇਰ ਅਰਜ਼ ਕਰਨਾ ਬਈ ਜਿਹੜੀ ਅੱਲਾ ਦੀ ਸ਼ਾਨ ਦੀ ਹੱਦ ਨਹੀਂ, ਇਹ ਅੱਲਾ ਦੀ ਜ਼ਾਤੀ ਸ਼ਾਨ ਹੈ, ਅੱਲਾ ਨੂੰ ਕਿਸੇ ਦਿੱਤੀ ਨਹੀਂ। ਅੱਲਾ ਸ਼ਾਨ ਲੈਣ ਵਿੱਚ ਕਿਸੇ ਦਾ ਮੁਹਤਾਜ ਨਹੀਂ, ਕਾਇਨਾਤ ਦਾ ਹਰ ਬੰਦਾ ਰੱਬ ਦਾ ਮੁਹਤਾਜ ਹੈ, ਰੱਬ ਕਿਸੇ ਦਾ ਮੁਹਤਾਜ ਨਹੀਂ। ਜਿਹਨੂੰ ਸਮਝ ਆ ਰਹੀ ਉਹ ਤੇ ਬੋਲੋ ਯਾਰ ਮੈਂ ਕੀ ਆਖ ਰਿਹਾ। ਜਿਹੜੀ ਅੱਲਾ ਦੀ ਸ਼ਾਨ ਦੀ ਹੱਦ ਹੈ ਬੋਲੋ, ਅੱਲਾ ਦੀ ਜ਼ਾਤੀ ਸ਼ਾਨ ਹੈ, ਆਪਣੀ ਸ਼ਾਨ ਹੈ, ਵਹਿਦ ਮਾਲਕ ਹੈ, ਕਾਇਨਾਤ ਦਾ ਜ਼ਰਾ ਜ਼ਰਾ ਅੱਲਾ ਦਾ ਮੁਹਤਾਜ ਹੈ, ਕਾਇਨਾਤ ਦਾ ਹਰ ਇਨਸਾਨ ਅੱਲਾ ਦਾ ਮੁਹਤਾਜ ਹੈ। ਅੱਲਾ ਉਹ ਹੈ ਜਿਹੜਾ ਕਿਸੇ ਦਾ ਮੁਹਤਾਜ ਨਹੀਂ, ਉਹ ਵਹਿਦ ਮਾਲਕ ਹੈ ਤੇ ਵਾਹਦਹੁ ਲਾ ਸ਼ਰੀਕ ਹੈ। ਜਿਹੜੀ ਅੱਲਾ ਦੀ ਸ਼ਾਨ ਦੀ ਹੱਦ ਕੋਈ ਨਹੀਂ, ਉਹ ਅੱਲਾ ਦੀ ਜ਼ਾਤੀ ਸ਼ਾਨ ਹੈ, ਤੇ ਜਿਹੜੀ ਜ਼ਹਰਾ ਦੇ ਬਾਬੇ ਦੀ ਸ਼ਾਨ ਦੀ ਹੱਦ ਕੋਈ ਨਹੀਂ, ਉਹ ਮੇਰੇ ਨਬੀ ਦੀ ਜ਼ਾਤੀ ਨਹੀਂ, ਅੱਲਾ ਆਪਣੇ ਸੱਜਣ ਨੂੰ ਆਪ ਅਤਾ ਕੀਤੀ ਹੈ। ਸੁਭਾਨ ਅੱਲਾ ਢਿੱਲੀ ਹੈ ਤੇ ਬਾਕੀ ਡੱਲ ਮੋਲ ਵਾਲਿਆਂ ਦੀ ਸਾਰੀ ਗੱਲ ਠੀਕ ਹੈ, ਇਹਦਾ ਸੁਭਾਨ ਅੱਲਾ ਉੱਚੀ ਕਰੋ। ਇਹ ਤਰੀਕਾ ਠੀਕ ਹੈ ਤਕਰੀਰ ਦਾ ਜਾਂ ਸੁਰ ਸ਼ੋਰ ਵਾਲਾ ਕੰਮ ਕਰੀਏ ਬਾਈ? ਮੇਰੇ ਦੋ ਭਰਾ ਪੜ੍ਹੇ ਨੇ ਤੇ ਬੜੇ ਕਮਾਲ ਦਰਜੇ ਦੇ, ਤੇ ਨਕੀਬ ਸਾਹਿਬ ਤੇ ਵੈਸੇ ਮੁਹੱਬਤ ਵਾਲੇ ਬੰਦੇ ਨੇ, ਉਹ ਤੇ ਪਿਆਰ ਵਾਲੇ ਬੰਦੇ ਨੇ, ਜਿਹੜਾ ਕਲਾਮ ਪੜ੍ਹਿਆ ਨੇ ਸੋਹਣਾ ਪੜ੍ਹਿਆ, ਇਹਦਾ ਉਸਤਾਦ ਵੀ ਲਾਜਵਾਬ, ਇਹ ਵੀ ਲਾਜਵਾਬ, ਸਾਰਾ ਪ੍ਰੋਗਰਾਮ ਹੀ ਬੜਾ ਸੋਹਣਾ ਹੈ। ਹਜ਼ੂਰ ਦੇ ਸਾਰੇ ਗੁਲਾਮ ਤਸ਼ਰੀਫ ਫਰਮਾਓ, ਆਕਾ ਦੇ ਸਾਰੇ ਮੰਨਣ ਵਾਲੇ ਅਸਾਂ ਬੈਠੇ ਹਾਂ, ਮਗਰ ਗੱਲ ਦੀ ਵੰਡ ਸੁਣ। ਜਿਹੜੀ ਅੱਲਾ ਦੀ ਸ਼ਾਨ ਦੀ ਹੱਦ ਕੋਈ ਨਹੀਂ, ਉਹ ਅੱਲਾ ਦੀ ਜ਼ਾਤੀ ਸ਼ਾਨ ਹੈ, ਅੱਲਾ ਨੂੰ ਕਿਸੇ ਨਹੀਂ ਦਿੱਤੀ। ਮੈਂ ਮੌਲਾ ਅਲੀ ਸ਼ਹਿਨ ਸ਼ਾਹੇ ਵਿਲਾਇਤ ਦਾ ਇੱਕ ਲਫ਼ਜ਼ ਲੱਗਿਆ ਪੜ੍ਹਨ, ਜੇ ਕਿਸੇ ਨੂੰ ਸਾਰੇ ਮਜਮੇ 'ਚੋਂ ਸਮਝ 'ਚ ਆ ਜਾਏ ਨਾ ਇੱਕ ਬੰਦੇ ਨੂੰ, ਮੈਂ ਉਹਦੇ ਉੱਤੇ ਕੰਨਾਂ ਤੱਕ ਰਾਜ਼ੀ ਹਾਂ, ਇੱਕ ਬੰਦਾ ਸਿਰ ਸ਼ਰ ਮਾਰ ਦਿਓ ਤੇ ਮੈਂ ਰਾਜ਼ੀ ਹਾਂ। ਮੌਲਾ ਅਲੀ ਫਰਮਾਉਂਦੇ ਨੇ ਕਿ ਮੇਰਾ ਰੱਬ ਮੁਹਤਾਜੇ ਇਬਾਦਤ ਨਹੀਂ, ਲੈ ਕੇ ਇਬਾਦਤ ਹੈ। ਮੈਂ ਦੁਬਾਰਾ ਅਰਜ਼ ਕਰਨਾ, ਹਜ਼ਰਤ ਅਲੀ ਸਰਕਾਰ ਫਰਮਾਉਂਦੇ ਨੇ ਰੱਬ ਮੁਹਤਾਜੇ ਇਬਾਦਤ ਨਹੀਂ, ਸਾਰੀ ਕਾਇਨਾਤ ਉਹਦੀ ਇਬਾਦਤ ਕਰੇ ਤੇ ਉਹ ਫੇਰ ਵੀ ਰੱਬ ਹੈ, ਪੂਰੀ ਕਾਇਨਾਤ ਉਹਦੀ ਇਬਾਦਤ ਨਾ ਕਰੇ ਉਹ ਫੇਰ ਵੀ ਰੱਬ ਹੈ, ਉਹ ਇਬਾਦਤ ਵਿੱਚ ਮੁਹਤਾਜ ਕਿਸੇ ਦਾ ਨਹੀਂ। ਮੌਲਾ ਅਲੀ ਫਰਮਾਉਂਦੇ ਨੇ ਅੱਲਾ ਮੁਹਤਾਜ ਇਬਾਦਤ ਨਹੀਂ, ਅੱਲਾ ਲੈ ਕੇ ਇਬਾਦਤ, ਅੱਲਾ ਹੈ ਹੀ ਇਤਨਾ ਅੱਲਾ ਕਿ ਉਹਦੀ ਇਬਾਦਤ ਕੀਤੀ ਜਾਏ। ਆਏ ਹਾਏ ਜਿਹੜੇ ਬੰਦੇ ਨਾਰਾ ਮਾਰਿਆ ਵੀ ਬੜੀ ਮਿਹਰਬਾਨੀ ਹੈ, ਬੜਾ ਸ਼ੁਕਰੀਆ, ਚੰਗਾ ਕੀਤਾ ਜੀ, ਅੱਲਾ ਦਾ ਨਾਂ ਬੁਲੰਦ ਕੀਤਾ ਜੀ, ਸਰਕਾਰ ਦਾ ਨਾਂ ਬੁਲੰਦ ਕੀਤਾ ਜੀ, ਅਤੇ ਅੱਗੋਂ ਗਿੱਲੀਆਂ ਲੱਕੜੀਆਂ ਇਹਨਾਂ ਨੂੰ ਕੋਈ ਅੱਗ ਲੱਗਣੀ ਹੈ? ਕਈ ਬੰਦੇ ਵੇਖ ਰਹਿਣ ਵੀ ਨਾਰਾ ਵੱਜ ਕੇ ਮੇਰੇ ਹੈ, ਜਦੋਂ ਮਾਲਕ ਦਾ ਨਾਰਾ ਹੋਵੇ ਤਾਂ ਸਾਰੇ ਉੱਚੀ, ਅੱਲਾ ਦਾ ਨਾਰਾ ਸਭ ਤੋਂ ਵੱਡਾ ਨਾਰਾ ਹੈ, ਸਾਰੇ ਨਬੀਆਂ ਨਾਰਾ ਲਗਾਇਆ। ਇੱਕ ਵਾਰੀ ਮੈਂ ਮਾਲਕ ਦੇ ਨਾਂ ਦਾ ਨਾਰਾ ਲੱਗਿਆ ਲਗਾਉਣ, ਹਰ ਬੰਦਾ ਸ਼ਾਮਿਲ ਹੋਵੇ, ਨਾਰੇ ਤਕਬੀਰ, ਇਸ ਤਕਬੀਰ ਨਾਲ ਤੇ ਮੁਰਗੀ ਵੀ ਜ਼ਬਾਨ ਨਹੀਂ ਹੁੰਦੀ। ਜ਼ਰਾ ਤਕੜੇ ਹੋ ਕੇ ਬੋਲੋ, ਨਾਰੇ ਤਕਬੀਰ, ਨਾਰੇ ਰਿਸਾਲਤ, ਨਾਰੇ ਤਹਕੀਕ, ਨਾਰੇ ਹੈਦਰੀ, ਪਾਕਿਸਤਾਨ, 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 ਪਾਕ ਫੌਜ, ਪਾਕ ਫੌਜ, ਮਦੀਨੇ ਵਾਲਾ ਨਬੀ, ਮਦੀਨੇ ਵਾਲਾ ਨਬੀ, ਮਦੀਨੇ ਵਾਲਾ ਨਬੀ, ਮਸਲਕ ਹੱਕ ਅਹਿਲੇ ਸੁਨਤ ਵਾਲ ਜਮਾਤ, ਮਸਲਕ ਹੱਕ ਅਹਿਲੇ ਸੁਨਤ ਵਾਲ ਜਮਾਤ। ਹੁਣ ਆਖੋ ਇੱਕ ਵਾਰੀ ਜ਼ਰਾ ਸੁਭਾਨ ਅੱਲਾਹ, ਤਾਰ ਨਾ ਤੋੜ ਯਾਰ। ਇੱਕ ਤੇ ਹਾਜੀ ਸਾਹਿਬ ਸਾਡਾ ਵੱਡਾ ਭਰਾ, ਅਸੀਂ ਕਹਿ ਕੁਝ ਨਹੀਂ ਸਕਦੇ, ਤਾਰ ਨਾ ਤੋੜ, ਕੋਈ ਗੱਲ ਨਹੀਂ,
ਕੋਈ ਇੱਕ ਅੱਧੀ ਨਾ ਵੀ ਭਰੇਗੀ ਕਹਿ ਕੇ ਸਿਰ ਫੇਰ ਵੀ ਖੈਰ ਏ ਆ ਮੰਨ ਜਾ ਤੇਰੀ ਮਿਹਰਬਾਨੀ ਏ ਜ਼ਰਾ ਤਬਲੀਗ ਕਰ ਲੈਣ ਦੇ ਯਾਰ ਤੇਰੀ ਮਿਹਰਬਾਨੀ ਜ਼ਰਾ ਗਰਮੀ ਦੀ ਮੌਸਮ ਏ ਤੇ ਜ਼ਰੇ ਕਦੀ ਖੁੱਲ੍ਹੀ ਮੌਸਮ ਹੋਈ ਹਵਾ ਸ਼ਵਾ ਚੱਲਦੀ ਹੋਈ ਫਿਰ 5-7 ਲਾ ਦਈਓ ਇਕੱਠੇ ਕਰਕੇ ਜਾਂ ਮੈਂ ਭਾਵੇਂ ਮਰ ਜਾਵਾਂ ਤੁਹਾਡੀ ਉਦੋਂ ਸੀਡੀ ਠੀਕ ਬਣੇ ਹਾਜੀ ਸਾਹਿਬ ਸਾਡਾ ਸੱਕਾ ਭਰਾ ਇੱਕ ਵਾਰੀ ਸਾਰਾ ਬਾਇਜ਼ਤ ਮਜਮਾ ਵੇਖੋ ਨਾ ਕੈਮਰਾ ਬੰਦ ਹੋਇਆ ਤੇ ਪਿੱਛੇ ਹਜ਼ੂਰ ਦੇ ਆਸ਼ਿਕ ਮੈਨੂੰ ਦਿਸੇ ਨ ਇੱਕ ਵਾਰੀ ਸੱਜੇ ਹੱਥ ਦੀ ਜ਼ਿਆਰਤ ਕਰਾਓ ਜਿਹੜਾ ਜਿਹੜਾ ਬੰਦਾ ਮੇਰੇ ਰੱਬ ਦੀ ਵਹਦਾਨੀਅਤ ਸੁਣ ਕੇ ਖੁਸ਼ ਹੋਇਆ ਇੱਕ ਵਾਰੀ ਅੱਲਾ ਦੀ ਸ਼ਾਨ ਉੱਤੇ ਸੁਭਾਨ ਅੱਲਾ ਉੱਚੀ ਆਵਾਜ਼ ਨਾਲ ਫਰਮਾ ਦੇ ਇਹ ਮੈਂ ਕਿੰਨੀਆਂ ਗੱਲਾਂ ਕਰ ਲਈਆਂ ਨੇ ਪਹਿਲੀ ਮੈਂ ਗੱਲ ਕੀਤੀ ਇਹ ਦੋ ਸ਼ੈਵਾਂ ਦੀ ਹੱਦ ਕੋਈ ਨਹੀਂ ਦੂਜੀ ਮੈਂ ਗੱਲ ਕੀਤੀ ਇਹ ਵੀ ਜਿਹੜੀ ਅੱਲਾ ਦੀ ਸ਼ਾਨ ਦੀ ਹੱਦ ਕੋਈ ਨਹੀਂ ਅੱਲਾ ਦੀ ਜ਼ਾਤੀ ਸ਼ਾਨ ਏ ਅੱਲਾ ਨੂੰ ਕਿਸੇ ਦਿੱਤੀ ਨਹੀਂ ਤੇ ਜਿਹੜੀ ਸਾਡੀ ਸਰਕਾਰ ਦੀ ਸ਼ਾਨ ਦੀ ਹੱਦ ਕੋਈ ਨਹੀਂ ਉਹ ਸਾਡੇ ਨਬੀ ਦੀ ਜ਼ਾਤੀ ਨਹੀਂ ਮੇਰੇ ਆਕਾ ਨੇ ਇਸਲਾਮ ਦੀ ਆਪਣੀ ਨਹੀਂ ਇਹ ਸ਼ਾਨ ਮੇਰੇ ਮਹਿਬੂਬ ਦੀ ਜ਼ਾਤੀ ਸ਼ਾਨ ਨਹੀਂ ਅੱਲਾ ਨੇ ਸ਼ਾਨ ਮਦੀਨੇ ਵਾਲੇ ਮੁਸਤਫਾ ਨੂੰ ਅਤਾ ਕੀਤੀ ਏ ਇਹੀ ਅਹਲੇ ਸੁਨਨਤ ਦਾ ਕੀਤਾ ਹੈ ਇਹੀ ਕੁਰਾਨ ਔਰ ਹਦੀਸ ਦਾ ਫੈਸਲਾ ਆਇਆ ਹੈ ਇੱਥੇ ਹੁਣ ਇੱਕ ਬਰੀਕੜੀ ਜੀ ਗੱਲ ਏ ਜ਼ਰਾ ਮੌਜੂ ਤੋਂ ਹਟ ਕੇ ਮਾਸ਼ਾਅੱਲਾ ਤਵੱਜੋ ਕਰੋਗੇ ਤੇ ਫਿਰ ਸਮਝ ਆ ਜਾਏਗੀ ਨਹੀਂ ਬਰੀਕੜੀ ਜੀ ਬਾਤ ਤੇ ਮੈਂ ਅਰਜ਼ ਕਰ ਦਿਆਂਗਾ ਆ ਬਰੀਕ ਗੱਲ ਤੁਹਾਨੂੰ ਪਤਾ ਬਰੀਕ ਸਭ ਦੇ ਸਮਝ ਨਹੀਂ ਆਉਂਦੀ ਨਾਤ ਜਦੋਂ ਸੁਣੀ ਜਾਂਦੀ ਹੈ ਸਾਰੇ ਸੁਣਦੇ ਨੇ ਫਿਰ ਇੱਕ ਨਾਤ ਖਾਂ ਵਿੱਚ ਸੁਰ ਮਾਰਦਾ ਇੱਕ ਉਹ ਫਿਰ ਸਾਰੇ ਨਹੀਂ ਸਮਝ ਆਉਂਦੀ ਉਹ ਫਿਰ ਕੋਈ ਬੰਦਾ ਉਹ ਹਿਲਦਾ ਹੋਊਗਾ ਵਾਹ ਸਹੀ ਵਾਹ ਵਾਹ ਸਹੀ ਵਾਹ ਇਹ ਯਾਨੀ ਬਰੀਕੜੀ ਗੱਲ ਹੁੰਦੀ ਹੈ ਨਾ ਆ ਇੱਕ ਬਰੀਕੜੀ ਬਾਤ ਆ ਗਈ ਹੈ ਜਿਹੜਾ ਸਮਝੇ ਮੈਂ ਉਹਦੇ ਉੱਤੇ ਰਾਜ਼ੀ ਹਾਂ ਇੱਜ਼ਤ ਜਿਸ ਨੂੰ ਵੀ ਅਤਾ ਕਰਦਾ ਹੈ ਮੁਹੰਮਦ ਦਾ ਰੱਬ ਅਤਾ ਕਰਦਾ ਆ ਮੈਂ ਹੱਥ ਬੰਨ ਕੇ ਗੱਲ ਪਿਆ ਕਰਨਾ ਕਿਉਂਕਿ ਅੱਜ ਕੱਲ੍ਹ ਬਲੱਡ ਪ੍ਰੈਸ਼ਰ ਬੜਾ ਹੈ ਅਤੇ ਹੱਥ ਬੰਨਣ ਨਾਲ ਬਲੱਡ ਪ੍ਰੈਸ਼ਰ ਦਾ ਥੱਲੇ ਹੋ ਜਾਂਦਾ ਮੈਂ ਹੱਥ ਬੰਨ ਕੇ ਇੱਕ ਗੱਲ ਪਿਆ ਕਰਨਾ ਇਹਨੂੰ ਚੰਗੀ ਤਰ੍ਹਾਂ ਗੰਢ ਦੇ ਲੈ ਜਿਹਨੂੰ ਅੱਲਾ ਇੱਜ਼ਤ ਦੇਵੇ ਅਤੇ ਜਿਸ ਨੂੰ ਅੱਲਾ ਸ਼ਾਨ ਦੇਵੇ ਅਤੇ ਜਿਸ ਨੂੰ ਅੱਲਾ ਮਕਾਮ ਦੇਵੇ ਉਸ ਬੰਦੇ ਦਾ ਅਗਰ ਕੋਈ ਬੰਦਾ ਗਿਲਾ ਕਰੇ ਜਾਂ ਕੋਈ ਬੰਦਾ ਚਾਹ ਦੇ ਹੋਟਲ 'ਤੇ ਬਹਿ ਕੇ ਜਾਂ ਬਾਜ਼ਾਰ ਵਿੱਚ ਬਹਿ ਕੇ ਉਸ ਬੰਦੇ ਦੇ ਖਿਲਾਫ ਗੱਲਾਂ ਕਰੇ ਉਸ ਬੰਦੇ ਨੂੰ ਟੈਨਸ਼ਨ ਨਹੀਂ ਲੈਣੀ ਚਾਹੀਦੀ ਕਿਉਂ ਕਿਉਂਕਿ ਜਦੋਂ ਇੱਜ਼ਤ ਦਿੱਤੀ ਅੱਲਾ ਹੈ ਤਾਂ ਬੰਦਾ ਕਿਵੇਂ ਖੋ ਲਵੇਗਾ ਬੋਲੇ ਨਹੀਂ ਤੁਸੀਂ ਮੇਰੇ ਨਾਲ ਮੈਂ ਕੀ ਆਖਿਆ ਯਾਰ ਗੱਲ ਬਰੀਕੜੀ ਸੀ ਨਾ ਬਈਆ ਸਾਡਾ ਮਸਜਿਦ ਦਾ ਇਮਾਮ ਬੈਠਾ ਹੈ ਇਹਨਾਂ ਨਮਾਜ਼ ਇਸ਼ਾ ਪੜ੍ਹਾਈ ਹੈ ਇੱਥੇ ਮਸਜਿਦ ਵਿੱਚ ਜਿੱਥੇ ਇਮਾਮ ਸਾਹਿਬ ਦੇ ਪੈਰ ਸਨ ਉੱਥੇ ਅਸਾਂ ਸਾਰਿਆਂ ਨੇ ਆਪਣਾ ਸਰ ਝੁਕਾਇਆ ਇਹਦੇ ਪੈਰਾਂ ਵਾਲੀ ਜਗ੍ਹਾ ਇਹ ਇੱਜ਼ਤ ਕੁਰਾਨ ਦੀ ਬਰਕਤ ਨਾਲ ਇਹਨੂੰ ਕਿਸ ਦਿੱਤੀ ਹੈ ਮੁਹੰਮਦ ਦੇ ਰੱਬ ਹੁਣ ਜੇ ਮੈਂ ਉੱਥੇ ਖਲੋ ਕੇ ਆਖਾਂਗੇ ਜੀ ਮੈਂ ਇਮਾਮ ਸਾਹਿਬ ਦੀ ਇੱਜ਼ਤ ਨਹੀਂ ਕਰਨੀ ਤੇ ਮੈਂ ਖੋ ਲੈਣੀ ਹੈ ਮੇਰਾ ਖਿਆਲ ਹੈ ਮੈਨੂੰ ਬੇਵਾਕੂਫੀ ਦਾ ਇਲਾਜ ਕਰਾਉਣਾ ਚਾਹੀਦਾ ਹੈ ਤੇ ਇਮਾਮ ਸਾਹਿਬ ਨੂੰ ਟੈਨਸ਼ਨ ਨਹੀਂ ਲੈਣੀ ਚਾਹੀਦੀ ਕਿਉਂਕਿ ਜੇ ਤੇ ਇੱਜ਼ਤ ਦਿੱਤੀ ਹੁੰਦੀ ਬੰਦੇ ਤੇ ਫਿਰ ਇਹਨਾਂ ਨੂੰ ਪਰੇਸ਼ਾਨ ਹੋਣਾ ਚਾਹੀਦਾ ਸੀ ਕਿ ਬੰਦੇ ਖੋ ਨਾ ਲੈਣ ਜਦੋਂ ਇੱਜ਼ਤ ਦੇਣ ਵਾਲਾ ਹੀ ਰੱਬ ਏ ਤੇ ਬੰਦੇ ਜੋ ਕੁਝ ਵੀ ਕਰਨ ਬੰਦੇ ਖੋ ਨਹੀਂ ਸਕਦੇ ਜਦੋਂ ਖੋਵੇਗਾ ਅੱਲਾ ਖੋਵੇਗਾ ਮੈਂ ਹਰ ਇੱਜ਼ਤਦਾਰ ਬੰਦੇ ਨੂੰ ਆਨਾ ਜਦੋਂ ਅੱਲਾ ਇੱਜ਼ਤ ਅਤਾ ਫਰਮਾਏ ਫਿਰ ਬੰਦਿਆਂ ਤੋਂ ਟੈਨਸ਼ਨ ਨਾ ਲਿਆ ਕਰ ਤੂੰ ਵਿੱਚੋਂ ਅੱਲਾ ਨਾਲ ਬਣਾ ਕੇ ਰੱਖ ਜਦ ਤੱਕ ਰੱਬ ਨਾਲ ਤੇਰੀ ਬਣੀ ਰਹੇਗੀ ਬੰਦੇ ਤੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ ਕਿਉਂਕਿ ਦੇਣ ਵਾਲਾ ਰੱਬ ਏ ਵਾਪਸ ਜਦੋਂ ਲਵੇਗਾ ਮੁਹੰਮਦ ਦਾ ਰੱਬ ਲਵੇਗਾ ਇਨਸਾਨ ਇੱਜ਼ਤ ਵਾਪਸ ਲੈ ਹੀ ਨਹੀਂ ਸਕਦੇ ਬੜਾ ਖੁਸ਼ ਹੋ ਗਿਆ ਜੀ ਮੈਂ ਸਮਝਦਾ ਸੀ ਵੀ ਬੰਦੇ ਸਾਰੇ ਸਰੈਕੀ ਨਾਲ ਜਿਹੜਾ ਹੁਣ ਰੋਟੀ ਲੈ ਕੇ ਆਇਆ ਉਹ ਵੀ ਸਰੈਕੀ ਬੋਲ ਰਿਹਾ ਸੀ ਜਿਹਨੇ ਉੱਥੇ ਫਰੂਟ ਲਿਆਉਂਦੇ ਨੇ ਉਹ ਵੀ ਸਰੈਕੀ ਚਾਹ ਵਾਲਾ ਵੀ ਸਰੈਕੀ ਮਰਿੰਡੇ ਵਾਲਾ ਵੀ ਸਰੈਕੀ ਸਿਰਹਾਣਾ ਦੇਣ ਵਾਲਾ ਵੀ ਸਰੈਕੀ ਸਾਰੇ ਹੀ ਸਰੈਕੀ ਮੈਂ ਕਿਹਾ ਵੀ ਡੋਗਰਾ ਮਰ ਗਿਆ ਬੰਦੇ ਸਾਰੇ ਸਰੈਕੀ ਨੇ ਅਤੇ ਤੂੰ ਪੰਜਾਬੀ ਏ ਸ਼ੋਧਾ ਮੁਹਾਜਰ ਮਗਰ ਆ ਨਾਰਿਆਂ ਤੋਂ ਪਤਾ ਲੱਗਿਆ ਵੀ ਮਾਸ਼ਾਅੱਲਾ ਜਿਹੜੇ ਜਿਹੜੇ ਬੰਦੇ ਨੂਰ ਜਹਾਨ ਨੂੰ ਸਮਝ ਸਕਦੇ ਨੇ ਉਹ ਸਾਰੇ ਬੰਦੇ ਮੈਨੂੰ ਸਮਝ ਰਹੇ ਨੇ ਮੈਂ ਗੱਲਾਂ ਡਾਡਮ ਦੀਆਂ ਕਰ ਰਿਹਾ ਜਾਂ ਨਹੀਂ ਕਰ ਰਿਹਾ ਅੱਛਾ ਫਿਰ ਇੱਜ਼ਤ ਦਾ ਅਸਾਂ ਆਪਣਾ ਮਿਆਰ ਬਣਾਇਆ ਹੋਇਆ ਯਾਰ ਬੰਦੇ ਕਈ ਬੰਦੇ ਆਉਂਦੇ ਨੇ ਫਲਾਣੇ ਬੰਦੇ ਨੂੰ ਅੱਲਾ ਨੇ ਬੜੇ ਪੈਸੇ ਦਿੱਤੇ ਨੇ ਅਤੇ ਬੜੇ ਪੈਸੇ ਦਿੱਤੇ ਨੇ ਅਤੇ ਬੜੀ ਇੱਜ਼ਤ ਅੱਲਾ ਦਿੱਤੀ ਏ ਅਤੇ ਸਾਡੇ ਘਰ ਇੱਕ ਟਾਈਮ ਪੱਕਦੀ ਏ ਅਤੇ ਇੱਕ ਟਾਈਮ ਨਹੀਂ ਪੱਕਦੀ ਅਤੇ ਉਸ ਕੋਲ ਹੀ ਬੜੀ ਇੱਜ਼ਤ ਏ
ਮੈਂ ਨਿਹਾਇਤ ਅਦਬ ਨਾਲ, ਨਿਹਾਇਤ ਇਹਤਰਾਮ ਨਾਲ, ਨਿਹਾਇਤ ਪਿਆਰ ਨਾਲ, ਨਿਹਾਇਤ ਮੁਹੱਬਤ ਨਾਲ ਤੇਰੀ ਬਾਇੱਜ਼ਤ ਤੇਰੀ ਸੋਚ ਹੈ ਕਿ ਜਿਹਦੇ ਕੋਲ ਦੌਲਤ ਜ਼ਿਆਦਾ ਤੇ ਪੈਸਾ ਜ਼ਿਆਦਾ ਹੈ ਉਹਦੀ ਇੱਜ਼ਤ ਹੈ। ਇੱਜ਼ਤ ਉਸ ਬੰਦੇ ਦੀ ਹੈ ਜਿਸ ਦਿਲ ਵਿੱਚ ਖੁਦਾ ਵੀ ਵਸਦਾ ਹੈ, ਮਦੀਨੇ ਵਾਲਾ ਮੁਸਤਫਾ ਵੀ ਵਸਦਾ ਹੈ। ਇਹ ਗੱਲ ਉੱਤੇ ਤੇ ਮੈਂ ਬਾਅਦ ਚ ਬੋਲਾਂਗਾ, ਪਹਿਲੇ ਮੈਨੂੰ ਇੱਕ ਹੋਰ ਨੁਕਤਾ ਯਾਦ ਆ ਗਿਆ ਤੇ ਮੈਂ ਬੁਖਲ ਨਾ ਕਰਾਂ। ਸੋਹਣਾ ਬੋਲਿਓ ਤੇ ਮੈਂ ਤੁਹਾਨੂੰ ਇੱਕ ਹੋਰ ਬੜਾ ਸੋਹਣਾ ਜਿਹਾ ਨੁਕਤਾ ਦੇਆਂ। ਮੇਰੀ ਸਰਕਾਰ ਨੇ ਫਰਮਾਇਆ ਵੀ ਕਿਸੇ ਬੰਦੇ ਦਾ ਪੁੱਠਾ ਨਾਂ ਨਾ ਲਵੋ। ਤੁਸੀਂ ਜਵਾਬ ਦਿਓ ਮੈਂ ਕੀ ਆਖਿਆ, ਕਿਸੇ ਬੰਦੇ ਦਾ ਉੱਚੀ ਆਖੋ। ਜਿਹੜਾ ਬੰਦਾ ਕਿਸੇ ਦਾ ਨਾਂ ਪੁੱਠਾ ਲਵੇ ਸਰਕਾਰ ਨੂੰ ਇਹ ਗੱਲ ਪਸੰਦ। ਹਜ਼ੂਰ ਨੇ ਫਰਮਾਇਆ ਕਿਸੇ ਦਾ ਨਾਂ ਪੁੱਠਾ ਨਾ ਲਵੋ, ਬਲਕਿ ਸੁਹਾਬਾ ਨੇ ਅਰਜ਼ ਕੀਤੀ ਯਾ ਰਸੂਲਲਾ ਅਗਰ ਸਾਡਾ ਦਿਲ ਚਾਹੇ ਕਿ ਫਲਾਂ ਬੰਦੇ ਦੇ ਦਿਲ 'ਚ ਮੇਰੀ ਮੁਹੱਬਤ ਪੈਦਾ ਹੋ ਜਾਏ ਤੇ ਉਹਦਾ ਤਰੀਕਾ ਦੱਸੋ। ਯਾਨੀ ਮੈਂ ਚਾਹੁੰਦਾ ਕਿ ਹਾਜੀ ਅਲਤਾਫ ਸਾਹਿਬ ਦੇ ਦਿਲ 'ਚ ਮੇਰਾ ਪਿਆਰ ਪੈਦਾ ਹੋ ਜਾਏ, ਨਕੀਬ ਸਾਹਿਬ ਦੇ ਦਿਲ 'ਚ ਮੇਰੀ ਮੁਹੱਬਤ ਪੈਦਾ ਹੋ ਜਾਏ, ਮੁਲਾਜ਼ਮ ਹੁਸੈਨ ਰਾਜੇ ਦੇ ਦਿਲ 'ਚ ਮੇਰਾ ਪਿਆਰ ਪੈਦਾ ਹੋ ਜਾਏ। ਸੁਹਾਬਾ ਨੇ ਅਰਜ਼ ਕੀਤੀ ਆਕਾ ਅਗਰ ਕਿਸੇ ਦਾ ਦਿਲ ਚਾਹੇ ਕਿ ਫਲਾਂ ਬੰਦੇ ਦੇ ਦਿਲ 'ਚ ਮੇਰੀ ਮੁਹੱਬਤ ਪੈਦਾ ਹੋ ਜਾਏ ਉਹਦਾ ਕੋਈ ਤਰੀਕਾ ਹੈ? ਸਰਕਾਰ ਫਰਮਾਇਆ ਦੋ ਤਰੀਕੇ ਨੇ, ਆਕਾ ਕਿਹੜੇ? ਫਰਮਾਇਆ ਇੱਕ ਤੇ ਮਹਿਫਲ ਵਿੱਚ ਉਹਨੂੰ ਜਗ੍ਹਾ ਦਿਓ, ਯਾਨੀ ਤੁਸੀਂ ਕਿਸੇ ਦੇ ਦਿਲ 'ਚ ਪਿਆਰ ਪਾਉਣਾ ਚਾਹੁੰਦੇ ਹੋ ਤੇ ਜਦੋਂ ਮਹਿਫਲ 'ਚ ਆਵੇ ਉਹਨੂੰ ਆਖੋ ਭਾਈ ਜੀ ਇੱਥੇ ਬਹਿ ਜਾ, ਤੁਸੀਂ ਨਹੀਂ ਆਖੋਗੇ ਬਹਿ ਤੇ ਉਸ ਜਾਣਾ। ਇਹਨੇ ਕਹਿਣ ਨਾਲ ਉਹਦੇ ਦਿਲ 'ਚ ਤੁਹਾਡੀ ਮੁਹੱਬਤ ਪੈਦਾ ਹੋ ਜਾਏਗੀ ਕਿ ਯਾਰ ਹਜ਼ਾਰਾਂ ਦਾ ਇਜਤਮਾ ਸੀ, ਬੰਦੇ ਮੈਨੂੰ ਜਗ੍ਹਾ ਦਿੱਤੀ ਹੈ। ਇੱਕ ਤੇ ਹੈ ਵੀ ਕਿਸੇ ਨੂੰ ਮਹਿਫਲ ਵਿੱਚ ਜਗ੍ਹਾ ਦਿਓ, ਦੂਸਰੀ ਬਾਤ ਹੀ ਉਹਦਾ ਨਾਂ ਪੂਰਾ ਲਵੋ। ਹਜ਼ੂਰ ਨੇ ਫਰਮਾਇਆ ਕਿ ਪੁੱਠਾ ਨਾਂ ਨਾ ਲਵੋ, ਪੁੱਠਾ ਨਾਂ ਲੈਣ ਵਾਲਾ ਬੰਦਾ ਮੈਨੂੰ ਪਸੰਦ ਨਹੀਂ। ਯਾਨੀ ਨਾ ਅੱਲਾਹ ਦਿੱਤਾ ਹੋਵੇ ਤੇ ਤੁਸੀਂ ਦਿੱਤੂ ਨਹੀਂ ਕਹਿ ਸਕਦੇ, ਨਾ ਜਿੱਦ ਵੱਡਾ ਹੋਵੇ ਤੁਸੀਂ ਜਿੰਦੂ ਨਹੀਂ ਕਹਿ ਸਕਦੇ। ਬੋਲਦੇ ਨਹੀਂ ਤੁਸੀਂ ਯਾਰ, ਚੁੱਪ ਕਰ ਜਾਂਦੇ ਹੋ। ਆ ਜਦੋਂ ਤੁਸੀਂ ਨਹੀਂ ਬੋਲਦੇ ਫਿਰ ਮੈਨੂੰ ਸ਼ੱਕ ਪੈਂਦੀ ਹੈ ਵੀ ਇੱਥੇ ਸ਼ਾਇਦ ਬੰਦੇ ਇੰਜ ਕਰਦੇ ਨੇ ਵੀ ਅੱਲਾਹ ਦਿੱਤੇ ਨੂੰ ਦਿੱਤੂ ਆਂਦੇ ਨੇ। ਬਈ ਨਾ ਹੋਵੇ ਅੱਲਾਹ ਦਿੱਤਾ ਤੁਸੀਂ ਦਿੱਤੂ ਨਹੀਂ ਆਖ ਸਕਦੇ। ਸਰਕਾਰ ਆਂਦੇ ਨੇ ਕਿਸੇ ਦਾ ਨਾ ਪੁੱਠਾ ਨਾ ਲਵੋ, ਨਾ ਅਗਰ ਅੱਲਾਹ ਵਸਾਇਆ ਤੇ ਅੱਲਾਹ ਵਸਾਇਆ ਕਹਿ ਵਸੂ ਨਾਖ, ਨਾ ਜਿੰਦ ਵੰਡਾ ਤੇ ਜਿੰਦ ਵੱਡਾ ਕਹਿ ਜਿੰਦੂ ਨਾਖ। ਕਿਸੇ ਦਾ ਨਾ ਪੁੱਠਾ ਨਾ ਲਵੋ। ਮੈਂ ਚੈੱਕ ਲੱਗਿਆ ਕਰਨ, ਝੰਗ ਤੋਂ ਜ਼ਿਆਦਾ ਗਵੇੜੀ ਮਜਮਾ ਪੂਰੇ ਮੁਲਕ ਵਿੱਚ ਕੋਈ ਨਹੀਂ, ਤੇ ਜੇ ਝੰਗ ਦੇ ਅੰਦਰ ਨੁਕਤੇ ਦਾ ਕਦਰ ਨਾ ਹੋਇਆ ਤੇ ਫਿਰ ਮੈਂ ਕਿੱਥੇ ਬਿਆਨ ਕਰਾਂਗਾ। ਜਿਹੜਾ ਨਬੀ ਆਂਦਾ ਕਿਸੇ ਦਾ ਨਾ ਪੁੱਠਾ ਨਾ ਨਾ ਲਵੋ, ਉਸ ਨਬੀ ਪਾਕ ਨੇ ਮੱਕੇ ਦੇ ਚੌਕ ਵਿੱਚ ਖਲੋ ਕੇ ਇੱਕ ਬੰਦੇ ਨੂੰ ਆਖਿਆ ਸੀ ਤੂੰ ਅਬੂ ਜਹਿਲ ਹੈ। ਹਾਏ ਮੇਰਾ ਰੱਬਾ, ਨੁਕਤਾ ਮੇਰਾ ਜ਼ਾਇ ਹੋ ਗਿਆ, ਮੈਂ ਦੁਬਾਰਾ ਅਰਜ਼ ਕਰਨਾ। ਬਈ ਅਬੂ ਜਹਿਲ ਦਾ ਨਾਂ ਅਬੂ ਜਹਿਲ ਨਹੀਂ, ਇਹਦਾ ਨਾਂ ਜਿਹੜਾ ਵੀ ਹੈ ਮੈਨੂੰ ਜ਼ੁਬਾਨੀ ਯਾਦ ਹੈ। ਅਗਰ ਕੋਈ ਬੰਦਾ ਪੁੱਛਣਾ ਚਾਹੇ ਮੈਂ ਦੱਸ ਸਕਦਾ। ਮੈਂ ਅਰਜ਼ ਪਿਆ ਕਰਨਾ ਕਿ ਅਬੂ ਜਹਿਲ ਦਾ ਨਾਂ ਅਬੂ ਜਹਿਲ ਨਹੀਂ, ਮਾਂ ਨੇ ਉਹਦਾ ਨਾਂ ਅਬੂ ਜਹਿਲ ਨਹੀਂ ਸੀ ਰੱਖਿਆ, ਲੇਕਿਨ ਸਰਕਾਰ ਨੇ ਆਖਿਆ ਇਹ ਅਬੂ ਜਹਿਲ ਹੈ। ਸਰਕਾਰ ਨੇ ਚੌਕ ਵਿੱਚ ਖਲੋ ਕੇ ਆਖਿਆ ਤੂੰ ਅਬੂ ਜਹਿਲ ਹੈ। ਹਜ਼ੂਰ ਨੇ ਬੰਦਿਆਂ ਵਿੱਚ ਆਖਿਆ ਤੂੰ ਅਬੂ ਜਹਿਲ ਹੈ। ਹਜ਼ੂਰ ਨੇ ਪਰਾਂ ਵਿੱਚ ਖਲੋ ਕੇ ਆਖਿਆ ਤੂੰ ਅਬੂ ਜਹਿਲ ਹੈ। ਸੋਚਣ ਵਾਲੀ ਗੱਲ ਹੈ, ਜੇ ਸਰਕਾਰ ਆਖਿਆ ਕਿਸੇ ਦਾ ਨਾ ਪੁੱਠਾ ਨਾ ਲਵੋ, ਉਸ ਆਕਾ ਨੇ ਮੱਕੇ ਦੇ ਚੌਧਰੀ ਤੇ ਨੰਬਰਦਾਰ ਦਾ ਨਾਂ ਪੁੱਠਾ ਕਿਉਂ ਇਰਸ਼ਾਦ ਫਰਮਾਇਆ? ਜਦੋਂ ਤੁਹਾਡੀ ਤਬੀਅਤ ਬਣ ਜਾ ਸੁਭਾਨ ਲਾ ਕਹੀਓ ਮੈਂ ਅੱਜ ਇੱਥੇ ਹੀ ਹਾਂ ਤੇ ਮੇਰੇ ਕੋਲੋਂ ਬਾਅਦ ਪੜ੍ਹਨਾ ਵੀ ਕਿਸੇ ਨਹੀਂ, ਮੈਂ ਆਖਰੀ ਹਾਂ। ਮੈਂ ਜਦੋਂ ਤੁਹਾਡੀ ਜਾਨ ਛੱਡ ਦੇਣੀ ਉਦੋਂ ਬਾਅਦ ਸਿਰਫ ਚਾਵਲਾਂ ਦਾ ਲੰਗਰ ਹੈ। ਡੋਗਰ ਹੋਣ ਤੁਹਾਡੀ ਜਿੰਦ ਛੱਡ ਦੇਵੇ ਤੇ ਚਾਵਲ ਸ਼ਰੀਫ ਹੈਗੇ ਜੀ। ਉਹ ਮੈਂ ਇੱਕ ਜਗ੍ਹਾ ਐਲਾਨ ਕਰ ਬੈਠਾ, ਮੈਂ ਕਿਹਾ ਤਕਰੀਰ ਤੋਂ ਬਾਅਦ ਲੰਗਰ ਸ਼ਰੀਫ ਵੀ ਹੈ। ਉਹ ਮੈਂ ਗੱਡੀ 'ਚ ਬਹਿ ਗਿਆ ਤੇ ਬੰਦਿਆਂ ਦੀਆਂ ਕਤਾਰਾਂ ਲੱਗ ਗਈਆਂ। ਮੈਂ ਕਿਹਾ ਕਾਰਟ ਲੈਣਾ ਜੇ, ਆਹ ਨੰਬਰ ਲੈਂਦੇ ਨਾ ਬੰਦੇ ਫੋਨ ਨੰਬਰ, ਉਹਨਾਂ ਆਖਿਆ ਚਾਵਲ। ਉਦੋਂ ਬਾਅਦ ਫਿਰ ਮੈਂ ਹੁਣ ਪੁੱਛ ਲੈਂਦਾ ਵੀ ਐਨ ਤੇ ਠੀਕ ਹੈ, ਵਰਨਾ ਗੱਡੀ ਦੇ ਸ਼ੀਸ਼ੇ ਕਿਹੜਾ ਤੁੜਾਏ ਬਾਈ। ਤੁਹਾਨੂੰ ਪਤਾ ਨਾ ਵੀ ਬਰੇਲ ਵੀ ਪੂਰੀ ਮਿਲਾ ਸੁਣਦੇ ਨੇ ਤੇ ਚਾਵਲਾਂ ਦੇ ਪਾਰੋ ਇੱਕ ਦੂਜੇ ਉੱਤੇ ਫਿਰ ਚੜ੍ਹਾਈ ਵੀ ਕਰ ਦਿੰਦੇ ਨੇ, ਬਕਾਇਦਾ ਹੱਲ ਤੜਾ ਲੜਾਈ ਵੀ ਹੋ ਜਾਂਦੀ ਹੈ। ਮਿਲਾਦ ਕਬੂਲ ਹੀ ਉਦੋਂ ਹੁੰਦੀ ਹੈ ਜਦੋਂ ਚਾਵਲਾਂ ਤੇ ਬੰਦਾ ਲੜ ਪਵੇ। ਜਿਹੜੇ ਬੰਦਿਆਂ ਨੇ ਚਾਵਲਾਂ ਤੇ ਲੜਨਾ ਉਹਨੂੰ ਮੇਰਾ ਨੁਕਤਾ ਸਮਝ ਨਹੀਂ ਆ ਰਿਹਾ। ਜਿਹੜਾ ਬੰਦਾ ਸਮਝ ਸਕਦਾ ਨਿਹਾਇਤ ਮੁਹੱਬਤ ਨਾਲ ਦੁਬਾਰਾ ਅਰਜ਼ ਪਿਆ ਕਰਨਾ, ਬਈ ਜੇ ਸਾਡੇ ਪਾਕ ਆਕਾ ਫਰਮਾਇਆ ਕਿਸੇ ਦਾ ਨਾ ਪੁੱਠਾ ਨਾ ਲਵੋ, ਉਸ ਨਬੀ ਪਾਕ ਨੇ ਮੱਕੇ ਦੇ ਚੌਕ ਵਿੱਚ ਖਲੋ ਕੇ ਆਖਿਆ ਤੂੰ ਅਬੂ ਜਹਿਲ ਹੈ।
ਛਲ ਜਦੋਂ ਤੱਕ ਸੁਭਾਨ ਅੱਲਾ ਦੀ ਨਹੀਂ ਵਜੇਗੀ ਆਪਾਂ ਤੇ ਵੰਡ ਨਹੀਂ ਨਾ ਕਰਨੀ। ਮੈਨੂੰ ਇੱਕ ਵੱਡੇ ਸਾਰੇ ਬਾਇਜ਼ਤ ਆਲਮੇ ਦੀਨ ਫਰਮਾਇਆ, ਉਸ ਹੈਗਾ ਨੁਕਤੇ ਛੁਕਤੇ ਚੰਗੇ ਬਿਆਨ ਕਰ ਲੈਂਦਾ। ਮੈਂ ਕਿਹਾ ਜੀ, ਉਸ ਹੈਗਾ ਇਹਦੇ ਵਿੱਚ ਕੀ ਨੁਕਤਾ, ਕੁੰਡੀ ਕੀ ਇਹ, ਨੁਕਤਾ ਕੀ ਇਹ, ਵੰਡ ਕੀ ਇਹ, ਟੱਕ ਲਾ ਇਸ ਗੱਲ 'ਤੇ ਕਿ ਸਰਕਾਰ 'ਤੇ ਆਉਂਦੇ ਨਾ ਪੁੱਠਾ ਨਾ ਲਵੋ, ਅਤੇ ਸਰਕਾਰ ਮੱਕੇ ਦੇ ਇੱਕ ਚੌਧਰੀ ਨੂੰ ਅਤੇ ਨੰਬਰਦਾਰ ਨੂੰ ਫਰਮਾਉਂਦੇ ਨੇ ਵੀ ਤੂੰ ਅਬੂ ਜਹਿਲ ਹੈ, ਯਾਨੀ ਇਹਦਾ ਮਾਨਾ ਬਣਦਾ ਤੂੰ ਜਹਿਲਾਂ ਦਾ ਅੱਬਾ ਹੈ। ਮੈਂ ਕਿਹਾ ਅੱਛਾ, ਕਿਹਾ ਅੱਗੇ ਫਿਰ ਇਹ ਸਰਕਾਰ ਨੇ ਪੁੱਠਾ ਕਿਉਂ ਲਿਆ? ਮੈਂ ਕਿਹਾ ਤੈਨੂੰ ਅਤੇ ਮੈਨੂੰ ਗਲਤ ਫਹਿਮੀ ਹੈ, ਮੇਰੇ ਆਕਾ ਪੁੱਠਾ ਨਹੀਂ ਲਿਆ ਹੈ ਵਜ੍ਹਾ। ਮੈਂ ਕਿਹਾ ਮਾਂ ਨੇ ਅਬੂ ਜਹਿਲ ਦਾ ਨਾਂ ਪੁੱਠਾ ਰੱਖਿਆ ਸੀ, ਨਬੀ ਨੇ ਸਿੱਧਾ ਕੀਤਾ ਸੀ। ਆਏ ਹਾਏ, ਇੱਜ਼ਤ ਉਸ ਬੰਦੇ ਦੀ ਏ ਜਿਸ ਦਿਲ ਦੇ ਅੰਦਰ ਖੁਦਾ ਦੀ ਵਹਦਾਨੀਅਤ ਵੀ ਏ ਤੇ ਮੁਹੰਮਦ ਦੀ ਰਿਸਾਲਤ ਵੀ ਏ, ਜਿਸ ਦਿਲ ਵਿੱਚ ਖੁਦਾ ਵੀ ਵਸਦਾ ਹੈ, ਮਦੀਨੇ ਵਾਲਾ ਮੁਸਤਫਾ ਵੀ ਵਸਦਾ ਹੈ, ਅੱਲਾਹ ਉਹਨੂੰ ਇੱਜ਼ਤ ਅਦਾ ਕਰਦਾ ਹੈ ਜਿਹਦੇ ਦਿਲ ਦੇ ਅੰਦਰ ਜ਼ਹਰਾ ਦੇ ਬਾਬੇ ਦਾ ਪਿਆਰ ਪੈਦਾ ਹੋ ਜਾਂਦਾ। ਅਜ਼ੀਜ਼ਾਂ ਨੇ ਗ੍ਰਾਮੀ, ਇਹੀ ਵਜ੍ਹਾ ਕਿ ਤੇਰੇ ਤੇ ਮੇਰੇ ਪਿਆਰੇ ਪੈਗੰਬਰ ਸਰਕਾਰੇ ਮਦੀਨਾ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਮਿਹਰਾਜ ਸ਼ਰੀਫ ਵਾਲੀ ਰਾਤ ਮੇਰੇ ਆਕਾ ਅਲੈਹਿ ਸਲਾਮ ਫਰਮਾਉਂਦੇ, ਜਦੋਂ ਮੈਂ ਲਾ ਮਕਾਨਾਂ ਤੇ ਗਿਆ ਤੇ ਮੈਂ ਵੇਖਿਆ ਬਿਲਾਲ ਦੇ ਪੈਰਾਂ ਦੀ ਜੁੱਤੀ ਦਾ ਖੜਕਾ, ਮੈਂ ਰੱਬ ਦੀ ਜੰਨਤ ਵਿੱਚ ਆਪ ਸੁਣ ਕੇ ਆਇਆ ਵਾਂ। ਉੱਚੀ ਆਖੋ ਜ਼ਰਾ, ਮੈਂ ਜੰਨਤ ਵਿੱਚ ਪਿਆ ਜਾਂਦਾ ਸਾਂ ਸਰਕਾਰਾਂ ਦੇ ਮਿਰਾਸ਼ਰੀ ਵਾਲੀ ਰਾਤ, ਅਤੇ ਮੈਂ ਸੁਣਿਆ ਹਜ਼ਰਤ ਬਿਲਾਲੇ ਹਬਸ਼ੀ ਦੇ ਪੈਰਾਂ ਦੀ ਜੁੱਤੀ ਦਾ ਕਣਕਾ ਕਿੱਥੇ ਸੀ? ਬੋਲੋ ਅੱਲਾ ਦੀ, ਬੋਲੋ ਬੋਲੋ ਅੱਲਾ ਦੀ। ਇਹ ਹਜ਼ਰਤ ਬਿਲਾਲੇ ਹਬਸ਼ੀ ਕਿੱਥੇ ਸਨ? ਮੱਕੇ ਦੀ ਗਲੀ ਵਿੱਚ, ਅਤੇ ਪੈਰਾਂ ਦੀ ਜੁੱਤੀ ਦਾ ਕਣਕਾ ਕਿੱਥੇ? ਰੱਬ ਦੀ ਜੰਨਤ ਵਿੱਚ। ਇਹ ਇੱਜ਼ਤ ਕਿਵੇਂ ਮਿਲੀ? ਇਹ ਹਜ਼ੂਰ ਦੀ ਨਿਸਬਤ ਦੀ ਵਜ੍ਹਾ ਨਾਲ, ਅੱਲਾ ਦੀ ਵਹਦਾਨੀਅਤ ਨੂੰ ਮੰਨਣ ਦੀ ਵਜ੍ਹਾ ਨਾਲ, ਜ਼ਹਰਾ ਦੇ ਬਾਬੇ ਦੀ ਰਿਸਾਲਤ ਉੱਤੇ ਇਮਾਨ ਔਰ ਅਕੀਦਾ ਰੱਖਣ ਦੀ ਵਜ੍ਹਾ ਨਾਲ, ਮੇਰਾ ਆਕਾ ਫਰਮਾਉਂਦਾ ਕਿ ਮੈਂ ਬਿਲਾਲ ਦੇ ਪੈਰਾਂ ਦੀ ਜੁੱਤੀ ਦਾ ਖੜਕਾ ਰੱਬ ਦੀ ਜੰਨਤ ਵਿੱਚ ਸੁਣਿਆ, ਤੇ ਫਿਰ ਮੰਨਣਾ ਪਵੇਗਾ ਜਿਹੜਾ ਪਾਕ ਆਕਾ ਬਿਲਾਲ ਦੇ ਪੈਰਾਂ ਦੀ ਜੁੱਤੀ ਦਾ ਖੜਕਾ ਰੱਬ ਦੀ ਦਿੱਤੀ ਤਾਕਤ ਨਾਲ ਰੱਬ ਦੀ ਜੰਨਤ ਵਿੱਚ ਸੁਣ ਸਕਦਾ ਹੈ, ਉਹ ਮੇਰਾ ਨਬੀ ਰੱਬ ਦੀ ਦਿੱਤੀ ਤਾਕਤ ਨਾਲ ਨਬੀ ਪਾਕ ਦੇ ਆਸ਼ਕਾਂ ਦਾ ਦਰੂਦੋ ਸਲਾਮ ਜਿਹੜਾ ਝੰਗ ਵਿੱਚ ਪੜਿਆ ਜਾਏ ਉਹ ਰੋਜ਼ਾ ਰਸੂਲ ਵਿੱਚ ਰਹਿ ਕੇ ਵੀ ਸੁਣ ਸਕਦਾ ਹੈ। ਆਪਣੀ ਮਰਜ਼ੀ ਨਾਲ ਕਰਨ ਦੇ, ਮੇਰਾ ਬੱਚਾ ਸਿਆਣਾ ਬਣੀਦਾ। ਆ ਕਈ ਬੰਦੇ ਨੂੰ ਆਦਤ ਹੁੰਦੀ ਹੈ ਨਾ, ਉਹ ਆਂਦੇ ਨੇ ਮੇਰੇ ਪਿੱਛੇ ਚੱਲੋ ਬਾਈ, ਨਹੀਂ ਨਹੀਂ ਸਾਡੇ ਪਿੱਛੇ ਚੱਲੋ ਪੁੱਤਰ, ਤੁਸੀਂ ਸਾਡੇ ਪਿੱਛੇ। ਸੁਭਾਨ ਅੱਲਾਹ, ਕੌਦਰਾ ਉੱਚੀ ਆਵਾਜ਼ ਨਾਲ, ਦੋ ਸ਼ਾਵਾਂ ਦੀ ਹੱਦ ਕੋਈ ਨਹੀਂ, ਅੱਲਾ ਦੀ ਜ਼ਾਤੀ ਅਤੇ ਸਰਕਾਰ ਦੀ ਜਿਹੜੀ ਇੱਜ਼ਤ ਏ ਅੱਲਾ ਅਤਾ ਫਰਮਾਈ ਏ। ਮੈਂ ਤੀਸਰੀ ਵੰਡ ਲੱਗਿਆ ਕਰਨ, ਮੈਨੂੰ ਕੋਈ ਜਗ੍ਹਾ ਐਸੀ ਨਹੀਂ ਲੱਭੀ। ਇੱਕ ਵਾਰੀ ਤੁਸੀਂ ਮੈਨੂੰ ਇਰਸ਼ਾਦ ਫਰਮਾ ਕੇ ਸੁਣਾਓ ਮੈਂ ਕੀ ਅਰਜ਼ ਕੀਤਾ ਤਾਲਬ ਇਲਮ ਨੇ, ਮੈਨੂੰ ਕੋਈ ਜਗ੍ਹਾ ਐਸੀ ਨਹੀਂ ਲੱਭੀ। ਬਈ 28 ਸਾਲ ਹੋ ਗਏ ਨੋਲਾ ਮੈਂ ਅੱਕਾ ਦੀਆਂ ਜੁੱਤੀਆਂ ਸਿੱਧੀਆਂ ਕਰਨਾ, ਸੈਯਦ ਫਕੀਰ ਦਾ ਇਹਤਰਾਮ ਕਰਨਾ, ਬਾਸ਼ਾਂ ਖੜੀ ਕਰਕੇ ਆਪਣੇ ਨੂੰ ਅਲਾਮਾ ਆਖਿਆ ਕਦੀ ਨਹੀਂ, ਅਤੇ ਨਾ ਮੈਂ ਹਾਂ ਗੱਲਬਾਤ ਚੰਗੀ ਕਰ ਲੈਂਦਾ, ਅੱਗੇ ਪਿੱਛੇ ਦਾ ਆਪਾਂ ਨੂੰ ਪਤਾ ਕੋਈ ਨਹੀਂ, ਅਤੇ ਨਾਲੇ ਉੱਚਾ ਹੋਵੇ ਅਤੇ ਬੰਦਾ ਅਤੇ ਫਿਰ ਬੰਦੇ ਦਾ ਗਾਟਾ ਟੁੱਟਦਾ, ਅਤੇ ਨੀਵਾਂ ਹੋਵੇ ਚਾਰ ਦਿਹਾੜੇ ਚੰਗੇ ਲੰਘ ਜਾਂਦੇ ਨੇ। ਬੰਦਾ ਆਖੇ ਮੈਂ ਲੱਖ ਦਾ ਅਤੇ ਉਹਦੇ ਪੱਲੇ ਕੱਖ ਨਹੀਂ ਹੁੰਦਾ, ਜਿਹੜਾ ਆਖੇ ਮੈਂ ਕੱਖ ਦਾ ਵੀ ਨਹੀਂ ਉਹਦਾ ਭਰਮ ਚੰਗਾ ਰਹਿ ਜਾਂਦਾ। ਬੋਲੋ ਵੀ ਸਹੀ, ਪਹਿਲੇ ਇਹਦੀ ਮਿਸਾਲ ਦਿੰਦਾ ਫਿਰ ਅੱਗੇ ਤੁਰਨੇ ਆ। ਕਿਸੇ ਅੱਲਾ ਦੇ ਨੇਕ ਬੰਦੇ ਨੇ, ਕਿਸੇ ਦਰਵੇਸ਼ ਨੇ, ਕਿਸੇ ਮਰਦੇ ਕਲੰਦਰ ਨੇ ਜ਼ਮੀਨ 'ਤੇ ਸਵਾਲ ਕਰ ਦਿੱਤਾ, ਆਹ ਜਿਹੜੀ ਜ਼ਮੀਨ ਹੈ। ਜ਼ਮੀਨ ਨੂੰ ਕਹਿਣ ਲੱਗਿਆ ਵੀ ਜ਼ਮੀਨ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ, ਉਹ ਸਕਾ ਪੁੱਛ, ਉਸ ਘਰ ਸ਼ਾਇਦ ਤੇਰੇ 'ਚੋਂ ਨਹੀਂ ਪਈ ਨਿਕਲਦੀ ਏ, ਸੋਨਾ ਤੇਰੇ ਵਿੱਚੋਂ, ਚਾਂਦੀ ਤੇਰੇ ਵਿੱਚੋਂ, ਲੋਹਾ ਤੇਰੇ ਵਿੱਚੋਂ, ਹਰ ਕਿਸਮ ਦਾ ਫਰੂਟ ਤੇਰੇ ਵਿੱਚੋਂ, ਅਨਾਜ ਤੇਰੇ ਵਿੱਚੋਂ, ਹਰ ਸ਼ਾਇਦ ਤੇਰੇ ਵਿੱਚੋਂ ਪਈ ਨਿਕਲਦੀ ਏ, ਆਖਿਰ ਤੇਰੇ ਵਿੱਚ ਜਿਹੜੀ ਕਿਹੜੀ ਕਿਹੜੀ ਖੂਬੀ ਐਸੀ
ਜੋ ਹਰ ਸ਼ੈ ਰੱਬ ਨੇ ਤੇਰੇ ਵਿੱਚ ਰੱਖੀ ਏ। ਉਹ ਜ਼ਮੀਨ ਕਹਿਣ ਲੱਗੀ, ਯਾ ਅੱਲਾ ਜੇ ਮੈਨੂੰ ਜ਼ੁਬਾਨ ਦੇਵੇ ਤੇ ਮੈਂ ਇਸ ਮਰਦੇ ਕਲੰਦਰ ਨਾਲ ਗੱਲ ਨਾ ਕਰਾਂ। ਅੱਲਾ ਜ਼ੁਬਾਨ ਦਿੱਤੀ ਤੇ ਜ਼ਮੀਨ ਬੋਲੀ। ਗੰਢ ਦੇ ਲਵੋਗੇ ਗੱਲ ਨੂੰ ਤੇ ਜ਼ਿੰਦਗੀ ਭਰ ਯਾਦ ਰਹੇਗੀ। ਮੈਂ ਮਰ ਵੀ ਗਿਆ ਤੇ ਇਹ ਗੱਲ ਤੁਹਾਨੂੰ ਵਕਤੇ ਜ਼ਰੂਰਤ ਕੰਮ ਦੇਵੇਗੀ। ਗੰਢ ਨਾ ਦਿਓਗੇ ਤੇ ਮੈਂ ਫੇਰ ਵੀ ਹੋਕਾ ਲੱਗਿਆ ਦੇਣ, ਮੇਰਾ ਕੰਮ ਹੀ ਅਜ਼ਾਨ ਦੇਣਾ। ਕੋਈ ਮਸੀਤੇ ਆਵੇ ਨਾ ਆਵੇ ਮੇਰੀ ਜ਼ਿੰਮੇਦਾਰੀ ਨਹੀਂ। ਮੀਰ ਆਲਮ ਮਿਰਾਸੀ ਦਾ ਕੰਮ ਹੈ ਕਾਰਡ ਦੇਣਾ, ਕੋਈ ਜੰਜੇ ਨਾ ਚੜੇ ਤੇ ਮੀਰ ਆਲਮ ਨੂੰ ਲੰਮਿਆ ਕੋਈ ਨਹੀਂ ਪਾਉਂਦਾ। ਮੈਂ ਹੋਕਾ ਪਿਆ ਦਿੰਦਾ, ਪੈਗਾਮ ਪਿਆ ਦਿੰਦਾ। ਵਲੀ ਨੇ ਜ਼ਮੀਨ ਕੋਲੋਂ ਪੁੱਛਿਆ, ਹਰ ਸ਼ੈ ਤੇਰੇ ਵਿੱਚੋਂ, ਸੋਨਾ ਤੇਰੇ ਵਿੱਚੋਂ, ਚਾਂਦੀ ਤੇਰੇ ਵਿੱਚੋਂ, ਹਰ ਕਿਸਮ ਦਾ ਪੈਟਰੋਲ ਤੇਰੇ ਵਿੱਚੋਂ, ਹਰ ਕਿਸਮ ਦਾ ਫਰੂਟ ਤੇ ਅਨਾਜ ਤੇਰੇ ਵਿੱਚੋਂ, ਇਹ ਤੇਰੇ ਵਿੱਚ ਐਸੀ ਕਿਹੜੀ ਖੂਬੀ ਹੈ ਵੀ ਰੱਬ ਹਰ ਸ਼ੈ ਤੇਰੇ ਅੰਦਰ ਰੱਖੀਏ। ਮਿੱਟੀ ਜਿਹੜੀ ਗੱਲ ਕੀਤੀ ਹੈ ਨਾ, ਮੈਨੂੰ ਬੰਦੇ ਕੋਈ ਪੰਜ ਸੱਤ ਚਾਹੀਦੇ ਨੇ ਵੀ ਜਿਹੜੇ ਗੱਲ ਸੁਣ ਕੇ ਵੰਡ ਕਰਕੇ ਬੋਲ ਕੇ ਜਵਾਬ ਦੇਣ ਤੇ ਮੈਂ ਖੁਸ਼ ਹੋਵਾਂ। ਮਿੱਟੀ ਕਹਿਣ ਲੱਗੀ, ਹਰ ਸ਼ੈ ਇਸ ਵਾਸਤੇ ਅੱਲਾ ਮੇਰੇ 'ਚ ਰੱਖੀਏ, ਮੈਂ ਤਕੱਬਰ ਕਦੀ ਨਹੀਂ ਕੀਤਾ ਕਿਉਂਕਿ ਮੈਂ ਮਿੱਟੀ ਹਾਂ ਤੇ ਜਿਹੜੀ ਸ਼ੈ ਮਿੱਟ ਜਾਏ ਅੱਲਾ ਹਰ ਸ਼ੈ ਉਹਦੀ ਜੁੱਤੀ ਦੇ ਥੱਲੇ ਰੱਖ ਦਿੰਦਾ। ਹੁਣ ਮੇਰਾ ਖਿਆਲ ਗਰਮੀ ਬਹੁਤੀ ਲੱਗੀ, ਹੁਣ ਸੁਭਾਲਣਾ ਵੀ ਬੰਦ ਹੋ ਗਈ ਏ ਤੇ ਬੋਲਣਾ ਵੀ ਬੰਦ ਹੋ ਗਿਆ ਤੇ ਸੱਪ ਸੁੰਘ ਗਿਆ। ਜਿਤਨੀ ਆਜਜ਼ੀ ਕਰ ਹਰ ਸ਼ੈ ਜੁੱਤੀ ਦੇ ਥੱਲੇ। ਮੈਨੂੰ ਕੋਈ ਜਗ੍ਹਾ ਐਸੀ ਨਹੀਂ ਲੱਭੀ ਬਈ ਜਿੱਥੇ ਅੱਲਾ ਦਾ ਜ਼ਿਕਰ ਹੋਵੇ ਤੇ ਸਾਡੀ ਸਰਕਾਰ ਦਾ ਜ਼ਿਕਰੇ ਖੈਰ ਨਾ ਹੋਵੇ। ਮੈਨੂੰ ਕੋਈ ਜਗ੍ਹਾ ਨਹੀਂ ਲੱਭੀ ਜਿੱਥੇ ਅੱਲਾ ਦਾ ਨਾਂ ਹੋਵੇ ਤੇ ਸਾਡੇ ਆਕਾ ਦਾ ਨਾਂ ਨਾ ਹੋਵੇ। ਮੈਨੂੰ ਕੋਈ ਜਗ੍ਹਾ ਐਸੀ ਨਹੀਂ ਲੱਭੀ ਜਿੱਥੇ ਅੱਲਾ ਦੀ ਵਹਦਾਨੀਅਤ ਹੋਵੇ ਤੇ ਆਕਾ ਦੀ ਰਿਸਾਲਤ ਦਾ ਜ਼ਿਕਰ ਨਾ ਹੋਵੇ, ਸਿਰਫ ਇੱਕ ਜਗ੍ਹਾ ਤੋਂ ਬਗੈਰ। ਇੱਕ ਬੰਦਾ, ਦੋ ਬੰਦੇ, ਤਿੰਨ ਬੰਦੇ ਐਸੇ ਨੇ ਜਿਨ੍ਹਾਂ ਨੇ ਬੋਲੇ ਕੋਈ ਨਹੀਂ ਤੇ ਫਿਰ ਉਹਨਾਂ ਇਹ ਗੱਲ ਸੁਣ ਕੇ ਆਖਿਆ, ਮੈਂ ਝੂਠ ਬੋਲਾਂ ਤੇ ਮੈਨੂੰ ਸਰਕਾਰ ਮੇਰੀ ਨੀਅਤ ਪਵੇ ਦੇ ਲਾ ਇਲਾ ਇਲਾ ਮੁਹੰਮਦ ਰਸੂਲ। ਤਿੰਨ ਬੰਦੇ ਇੰਜ ਕੀਤਾ। ਇਹ ਮੇਰਾ ਜ਼ਾਤੀ ਤਜਰਬਾ ਵੀ ਜਦੋਂ ਬੰਦੇ ਇੰਜ ਲੱਗ ਜਾਣ ਨਾ ਕਰਨ, ਉਹ ਅਗਲੀ ਜੁਮੇਰਾਤ ਮਸਾ ਕੱਢ ਦੇਣ। ਆ ਜਿਹੜੇ ਬੰਦੇ ਇੰਜ ਸਿਰ ਪਹਿਲਾਉਂਦੇ ਨੇ, ਉਹਨਾਂ ਦੀ ਔਲਾਦ ਬੈਠੀ ਹੋਵੇ ਤੇ ਅੱਬੇ ਨੂੰ ਸੁਬਾਹ ਕੰਪਿਊਟਰ ਸੈਂਟਰ ਤੇ ਲੈ ਜਾਓ, ਜਿਹੜੀ ਜਦਾਦ ਨਾ ਹੈ ਅੰਗੂਠਾ ਲਾ ਲਓ, ਅੱਬਾ ਤੁਹਾਡਾ ਮੁੱਕਣ ਵਾਲਾ ਜੇ। 5 ਕਿਲੋ ਦਾ ਸਿਰ ਲਾਨਾ, ਸ਼ਟਾਕੀ ਦੀ ਜ਼ੁਬਾਨ ਲਾ, ਗੱਲ ਉੱਚੀ ਪਿਆ ਕਰਨਾ। ਇੱਕ ਜਗ੍ਹਾ ਐਸੀ ਏ ਜਿੱਥੇ ਅੱਲਾ ਦੇ ਨਾਂ ਨਾਲ ਸਾਡੇ ਨਬੀ ਦਾ ਨਾਂ ਕੋਈ ਨਹੀਂ। ਕਿਹੜਾ ਮੋੜ ਏ? ਬੋਲਿਓ ਜ਼ਰਾ, ਫੇਰ ਆਖੋ ਜ਼ਰਾ, ਔਖਾ ਮੇਰੀ ਜ਼ੁਬਾਨ ਤੇ ਨਹੀਂ ਚੜਦਾ। ਲਓ ਜੀ, ਆ ਡਾਲ ਮੋੜ ਵਾਲੇ ਸਰਕਾਰ ਦੇ ਆਸ਼ਕਿਓ, ਮੈਂ ਇੱਕ ਐਲਾਨ ਲੱਗਿਆ ਕਰਨ, ਮੇਰਾ ਐਲਾਨ ਸੁਣੋ ਹਜ਼ਰਾਤ, ਇੱਕ ਜ਼ਰੂਰੀ ਐਲਾਨ ਸੁਣੋ। ਸਿਰਫ ਇੱਕ ਜਗ੍ਹਾ ਐਸੀ ਏ ਜਿੱਥੇ ਅੱਲਾ ਦੇ ਨਾਂ ਨਾਲ ਸਾਡੇ ਨਬੀ ਦਾ ਨਾਂ ਕੋਈ ਨਹੀਂ। ਐਲਾਨ ਖਤਮ ਹੋਇਆ। ਮੈਂ ਜੇ ਵੰਡ ਠੀਕ ਕਰ ਰਿਹਾ ਤੇ ਬੋਲੋ, ਤੇ ਜੇ ਸੁਰ ਚਾਹੀਦੀ ਏ ਫਿਰ ਮਨਸੂਰ ਮਲੰਗੀ ਕੋਲ ਜਾਂਦਾ, ਉਹਦੀ ਕਬਰ ਤੇ ਜਾਂਦਾ, ਉਹਨੂੰ ਕਹਿੰਦਾ ਕਿ ਦਰਵੇਸ਼ਾ ਕੋਈ ਦੁਆ ਕਰ ਮੈਂ ਸੁਰੀਲਾ ਹੋ ਜਾਵਾਂ। ਗੁਰ ਦੀਆਂ ਗੱਲਾਂ ਪਿਆ ਕਰਨਾ, ਸੁਭਾਨ ਅੱਲਾ ਦੀ ਛਾਲ ਮਾਰ, ਵੰਡ ਕਰਾਂ ਵੀ ਕਿਹੜੀ ਜਗ੍ਹਾ ਜਿੱਥੇ ਸਰਕਾਰ ਦਾ ਜ਼ਿਕਰ ਨਹੀਂ। ਅੱਲਾਹੁ ਅਕਬਰ, ਮਾਸ਼ਾ ਅੱਲਾਹ। ਕਿੰਨੀਆਂ ਜਗ੍ਹਾ ਨੂੰ ਬੋਲੋ, ਉੱਚੀ ਆਖੋ। ਸਾਰਾ ਬੇਇੱਜ਼ਤ ਮਜਮਾ ਇਰਸ਼ਾਦ ਫਰਮਾਇਆ, ਕਿੰਨੀਆਂ ਜਗ੍ਹਾ ਅੱਲਾ ਦਾ ਜ਼ਿਕਰ ਹੈ ਤੇ ਉੱਥੇ ਸਰਕਾਰ ਦਾ ਜ਼ਿਕਰ ਖਾਈ ਨਹੀਂ। ਹੁਣ ਜਿਹੜੇ ਬੰਦੇ ਵਿੱਚੋਂ ਮੈਨੂੰ ਚੰਗਾ ਨਹੀਂ ਸਮਝਦੇ, ਉਹ ਡਿੱਠੇ ਵੇ ਸੀ ਡੋਗਰ ਸਾਹਿਬ ਦੀ, ਆਹ ਗਾਲ ਫਰੋ ਕੇ ਸਟੇ 'ਚ ਤੇ ਇਹ ਵਾਰ ਵੱਡੇ ਮੌਲਵੀਆਂ ਕੋਲ ਚਾ ਵਜੋ, ਜਿਹੜੇ ਕੋਲ ਮਰਜ਼ੀ ਚੁੱਕ ਕੇ ਲੈ ਜਾ ਮੇਰਾ ਪੁੱਤਰੀ। ਇਹ ਗੱਲਾਂ ਹੀ ਬੜੀਆਂ ਪੱਕੀਆਂ ਨੇ। ਕੱਚੀ ਮੈਂ ਕਰਨੀ ਕੋਈ ਨਹੀਂ, ਮੈਂ ਸਹੀ ਇਹਦਾ ਸ਼ਗਿਰਦ ਹਾਂ। ਮੈਂ ਕੋਈ ਕੱਚੀ ਕਰਨੀ ਹੈ ਜਾਂ ਤੇਰੀ ਸਮਝ ਦੇ ਮੁਤਾਬਕ ਮੈਂ ਗੁੰਮਨਾਮ ਆਦਮੀ ਹਾਂ, ਜਾਂ ਤੇਰੀ ਸਮਝ ਦੇ ਮੁਤਾਬਕ ਮੈਂ ਮਾਂ ਦੇ ਗੋਡੇ ਲਾ ਬੈਠਾ।
ਮਾਂ ਦੇ ਗੋਡੇ ਨਾਲ ਬਹਿ ਕੇ ਗੱਲ ਕਰਨਾ ਸੌਖੀ ਤੇ ਪਰੋਂ ਵਿੱਚ ਬਹਿ ਕੇ ਬਾਂਹ ਖੜੀ ਕਰਕੇ ਗੱਲ ਕਰਨਾ ਇਹ ਮੁਹੰਮਦ ਦੇ ਗੁਲਾਮ ਦਾ ਕੰਮ ਹੈ, ਦੂਸਰੇ ਬੰਦੇ ਦਾ ਕੰਮ ਨਹੀਂ। ਸਿਰਫ ਇੱਕ ਜਗ੍ਹਾ ਐਸੀ ਲੱਭੀ ਹੈ ਮੈਨੂੰ ਜਿੱਥੇ ਅੱਲਾਹ ਦਾ ਜ਼ਿਕਰ ਹੈ, ਮੇਰੀ ਸਰਕਾਰ ਦਾ ਜ਼ਿਕਰ ਕੋਈ ਨਹੀਂ, ਸਿਰਫ ਇੱਕ ਜਗ੍ਹਾ। ਸਾਈ ਸੂਈ ਕੱਢ ਲਓ ਤੇ ਫਿਰ ਜਦੋਂ ਤਸੱਲੀ ਹੋ ਜਾਏ, ਗਰਮੀ ਸ਼ਰਮੀ ਬੜੀ ਹੈ, ਤੇ ਫਿਰ ਜ਼ਰਾ ਸੁਭਾਨ ਅੱਲਾਹ ਦੀ ਛਾਲ ਮਾਰ ਲਵੋ ਤੇ ਫਿਰ ਮੈਂ ਉਹ ਜਗ੍ਹਾ ਦੱਸ। ਚਾਵਲ ਮੈਂ ਆਪਣੀ ਅੱਖਾਂ ਨਾਲ ਵੇਖ ਕੇ ਆਇਆ, ਏਡੇ ਸਵਾਦੀ ਬਣੇ ਪੈ ਜੇ ਵੀ ਕਿਆ ਬਾਤ ਹੈ। ਤੇ ਜੀ ਭੈਣ ਜੀ ਨਾ ਮਾਰੋ, ਮੈਂ ਜਾਨ ਛੱਡਾਂਗਾ ਤੇ ਲੱਭਣਗੇ, ਤੇ ਮੈਂ ਉਦੋਂ ਜਾਨ ਛੱਡਣੀ ਹੈ ਜਦੋਂ ਤੁਸੀਂ ਸਾਰਿਆਂ ਸੁਭਾਨ ਅੱਲਾਹ ਆਖਣੀ ਹੈ। ਇਹਦਾ ਮਤਲਬ ਹੁਣੇ ਛੱਡਾ ਨਹੀਂ, ਘੰਟਾ ਮੈਂ ਭਲਣਾ ਜੇ, ਫਿਰ ਘੰਟੇ ਤੋਂ ਬਾਅਦ ਅੱਗੇ ਨਹੀਂ ਮੈਂ ਜਾਣਾ। ਬੇਦਾਰ ਹੋ ਕੇ ਬਵੋ ਤੇ ਜਾਗ ਕੇ ਬਵੋ ਤੇ ਭਾਂਡੇ ਸਿੱਧੇ ਕਰੋ, ਬਰਤਨ ਤੁਹਾਡਾ ਸਿੱਧਾ ਹੋਣਾ ਚਾਹੀਦਾ। ਆਓ ਜਰਾ ਬੰਦ ਸੁਣੋ, ਮੈਂ ਜਗ੍ਹਾ ਲੱਗਿਆ ਦੱਸਣ ਵੀ ਇੱਕ ਜਗ੍ਹਾ ਐਸੀ ਹੈ ਜਿੱਥੇ ਅੱਲਾਹ ਦੇ ਜ਼ਿਕਰ ਦੇ ਨਾਲ ਸਾਡੇ ਪਾਕ ਆਕਾ ਦਾ ਜ਼ਿਕਰ ਖੈਰ ਕੋਈ ਨਹੀਂ। ਮੇਰੀ ਹਾਲ ਤੱਕੋ ਮੈਂ ਜਗ੍ਹਾ ਦੱਸਾਂ ਜਨਾਬ। ਜਦੋਂ ਅਸੀਂ ਜਾਨਵਰ ਜ਼ਿਬਾ ਕਰਨੇ ਆ, ਕੀ ਕਰਨੇ ਆ, ਇਹ ਇੰਜ ਛੁਰੀ ਚੱਕ ਕੇ ਤੇ ਜਾਨਵਰ ਦੀ ਇੱਥੇ ਗਰਦਨ ਤੇ ਰੱਖ ਕੇ ਅਸੀਂ ਪੜ੍ਹਨੇ ਆ ਬਿਸਮਿਲਾਹ ਅੱਲਾਹ ਅਕਬਰ। ਇੱਥੇ ਅੱਲਾਹ ਦਾ ਜ਼ਿਕਰ ਹੈ ਤੇ ਜ਼ਹਰਾ ਦੇ ਬਾਬੇ ਦਾ ਜ਼ਿਕਰ ਕੋਈ ਨਹੀਂ। ਇੱਥੇ ਅੱਲਾਹ ਦਾ ਨਾਂ ਹੈ ਤੇ ਸਾਡੀ ਸਰਕਾਰ ਦਾ ਨਾਂ ਕੋਈ ਨਹੀਂ। ਇੱਥੇ ਅੱਲਾਹ ਦਾ ਨਾਂ ਹੈ ਤੇ ਸਾਡੇ ਪਾਕ ਆਕਾ ਦਾ ਨਾਂ ਕੋਈ ਨਹੀਂ। ਸਿਰਫ ਇੱਕੋ ਹੀ ਜਗ੍ਹਾ ਸੀ ਬਿਸਮਿਲਾਹ ਅੱਲਾਹ ਅਕਬਰ। ਇੱਥੇ ਅੱਲਾਹ ਦਾ ਨਾਂ ਹੈ, ਸਾਡੇ ਆਕਾ ਦਾ ਨਾਂ ਕੋਈ ਨਹੀਂ। ਹੁਣ ਪੁੱਛੋ ਸਾਰੇ ਰਲ ਕੇ ਕਿ ਯਾ ਅੱਲਾ ਕੀ ਰਾਜ਼ ਹੈ ਤੇ ਕੀ ਹਿਕਮਤ ਹੈ, ਤੇ ਇੱਥੇ ਤੇਰੇ ਮਹਿਬੂਬ ਦਾ ਨਾਂ ਕਿਉਂ ਨਹੀਂ, ਤੇ ਕਿਉਂ ਨਹੀਂ ਉਹ ਰੱਖਿਆ, ਕਿਉਂ ਨਹੀਂ ਰੱਖਿਆ? ਵਾਹ ਸਹੀ ਵਾਹ, ਕਿਉਂ ਨਹੀਂ ਰੱਖਿਆ? ਮੈਂ ਭਾਈ ਜਾਫਰ ਕੁਰੇਸ਼ੀ ਨੂੰ ਹਰ ਰੋਜ਼ ਆਨਾ ਵੀ ਮੈਨੂੰ ਸਰੈਕੀ ਸੁਣਾ ਤੇ ਮੈਂ ਵੀ ਕੋਈ ਤਰਲੇ ਛੱਲੇ ਮਾਰਾਂ ਤੇ ਮੇਰਾ ਵੀ ਫਿਰ ਰਿਜ਼ਕ ਵੱਧ ਜਾਏਗਾ ਨਾ, ਨਾਲੇ ਬੰਦੇ ਨੂੰ ਸਰੈਕੀ ਵੀ ਆਉਂਦੀ ਹੋਵੇ। ਇਹ ਵੱਤ ਸਹੀ ਤੇ ਵਲਾ ਸਹੀ ਤੇ ਇਹ ਜਿਵੇਂ ਕਰਦੇ ਹੋ ਤੁਸੀਂ। ਅੱਛਾ ਵੈਸੇ ਇੱਕ ਗੱਲ ਹੈ ਵੀ ਸਰੈਕੀ ਪੰਜਾਬੀ ਵਿੱਚ ਫਰਕ ਕੋਈ ਨਹੀਂ। ਮੈਂ ਪੰਜਾਬੀ ਬੋਲ ਰਿਹਾ, ਮਾਜਰ ਆ, ਮੇਰਾ ਬਾਪ ਇੰਡੀਆ 'ਚੋਂ ਆਇਆ ਸੀ ਹਿਜਰਤ ਕਰਕੇ, ਮੈਂ ਮਾਜਰ ਦੀ ਔਲਾਦ ਹਾਂ। ਸਰੈਕੀ ਆਨ ਜਿਹੜੇ ਇੱਥੋਂ ਦੇ ਰਿਹਾ ਸੀ, ਜਿਹੜਾ ਬੰਦਾ ਆ ਕੇ ਸਰੈਕੀ ਬਹਿਣ ਤੇ ਪੰਜਾਬੀ ਬਹਿਣ ਉਹ ਕਮੀਨਾ ਆਦਮੀ ਹੈ। ਸਰੈਕੀ ਵੀ ਨਬੀ ਦਾ ਗੁਲਾਮ, ਪੰਜਾਬੀ ਵੀ ਨਬੀ ਦਾ ਗੁਲਾਮ। ਕਬਰ ਵਿੱਚ ਤੇਰੀ ਜ਼ੁਬਾਨ ਚੈੱਕ ਨਹੀਂ ਕੀਤੀ ਜਾਣੀ, ਜ਼ਹਰਾ ਦੇ ਬਾਬੇ ਦਾ ਪਿਆਰ ਚੈੱਕ ਕੀਤਾ ਜਾਣਾ। ਪੰਜਾਬੀ ਸਰੈਕੀ ਵਿੱਚ ਫਰਕ ਕੋਈ ਨਹੀਂ, ਲੇਕਿਨ ਵੈਸੇ ਤੁਸੀਂ ਜਿਹੜੇ ਸਰੈਕੀ ਬੰਦੇ ਹੋ ਸਾਡੇ ਮਾਜਰਾ ਨਾਲੋਂ ਜ਼ਿਆਦਾ ਤੇਜ਼ ਹੋ। ਅਸੀਂ ਮਾਜਰੇ ਐਡੇ ਤੇਜ਼ ਨਹੀਂ ਜਿਹੜੇ ਤੁਸੀਂ ਤੇਜ਼ ਹੋ। ਡੋਗਰ ਸਾਹਿਬ ਉਹਦੀ ਵੱਢ ਮੈਂ ਕਰਨਾ ਜੀ, ਇੱਕ ਮਿੰਟ 'ਚ ਕਰ ਦਿੰਦਾ। ਅਸੀਂ ਅਗਰ ਪੰਜਾਬੀਆਂ ਨੇ ਖੀਰ ਪਕਾਉਣੀ ਹੋਵੇ ਨਾ, ਖੀਰ ਅਸੀਂ ਸਭ ਤੋਂ ਪਹਿਲੇ ਦੁੱਧ ਲੈਂਦੇ ਹਾਂ, ਦੁੱਧ ਲੈ ਕੇ ਉਹਦੇ ਵਿੱਚ ਚਾਵਲ ਪਾਉਂਦੇ ਹਾਂ, ਵਿੱਚ ਖੋਪਾ ਦਾਖਾਂ ਮਿੱਠਾ ਚੀਨੀ ਹਰ ਸ਼ਾ ਪਾ ਛਾ ਕੇ ਉਹ ਪੱਕ ਗਈ ਫਰਿੱਜ ਵਿੱਚ ਰੱਖੀ, ਅਤੇ ਫਿਰ ਅਸੀਂ ਸ਼ਾਮ ਨੂੰ ਆਖਿਆ ਕਿ ਜਨਾਬ ਅੱਜ ਰੋਟੀ ਕੋਈ ਨਹੀਂ ਪਕਾਉਣੀ, ਸਾਡੇ ਕੀ ਪੱਕੀ ਹੈ, ਖੀਰ। ਅਤੇ ਤੁਸੀਂ ਐਡੇ ਚਲਾਕ ਲੋਕ ਹੋ ਵੀ ਤੁਸੀਂ ਚਾਵਲ ਵੀ ਬਚਾ ਲੈਂਦੇ ਹੋ, ਖੋਪਾ ਵੀ ਬਚਾ ਲੈਂਦੇ ਹੋ, ਦਾਖਾਂ ਵੀ ਬਚਾ ਲੈਂਦੇ ਹੋ, ਚੀਨੀ ਵੀ ਬਚਾ ਲੈਂਦੇ ਹੋ, ਅਤੇ ਤਾਜ਼ਾ ਗਾਂ ਦਾ ਦੁੱਧ ਚੋਇਆ ਖੀਰ ਪੀਸੋ। ਜਿਹੜਾ ਸੁਭਾਨ ਅੱਲਾਹ ਨਹੀਂ ਕਵੇਗਾ ਉਹਨੂੰ ਮੈਂ ਚਲਾਕ ਸਮਝਾਂਗਾ, ਜਿਹੜਾ ਭੋਲਾ ਪਾਲਾ ਸੁਭਾਨ ਅੱਲਾਹ ਉੱਚੀ ਆ। ਮੈਂ ਅੱਲਾਹ ਸਿਰਫ ਇੱਕ ਜਗ੍ਹਾ ਸੀ ਜਿੱਥੇ ਅੱਲਾਹ ਦੇ ਜ਼ਿਕਰ ਨਾਲ ਸਾਡੇ ਨਬੀ ਪਾਕ ਦਾ ਜ਼ਿਕਰ ਕੋਈ ਨਹੀਂ। ਬਿਸਮਿਲ੍ਲਾਹ ਅੱਲਾਹ ਅਕਬਰ। ਇੱਥੇ ਅੱਲਾਹ ਦਾ ਨਾਂ ਹੈ ਤੇ ਸਰਕਾਰ ਦਾ ਕੋਈ ਨਹੀਂ। ਯਾ ਅੱਲਾਹ ਇੱਥੇ ਆਪਣੇ ਮਹਿਬੂਬ ਦਾ ਨਾਂ ਕਿਉਂ ਨਹੀਂ ਰੱਖਿਆ, ਕਿਉਂ ਨਹੀਂ ਰੱਖਿਆ? ਯਾ ਅੱਲਾਹ ਕੀ ਹਿਕਮਤ ਹੈ, ਕਿਉਂ ਨਹੀਂ ਰੱਖਿਆ? ਇੱਥੇ ਹਜ਼ੂਰ ਦਾ ਨਾਂ ਕਿਉਂ ਨਹੀਂ? ਅੱਲਾ ਸਾਈਆਂ ਇੱਥੇ ਕਿਉਂ ਨਹੀਂ ਰੱਖਾ ਆਪਣੇ ਮਹਿਬੂਬ ਦਾ ਨਾਂ? ਯਾ ਅੱਲਾ ਇੱਥੇ ਸਰਕਾਰ ਦਾ ਨਾਂ ਕਿਉਂ ਨਹੀਂ ਰੱਖਿਆ? ਯਾ ਅੱਲਾ ਇਸ ਜਗ੍ਹਾ 'ਤੇ ਆਪਣੇ ਮਹਿਬੂਬ ਕਾ ਜ਼ਿਕਰ ਖੈਰ ਕਿਉਂ ਨਹੀਂ ਕੀਆ? ਹੁਣ ਜਿਹੜਾ ਜਵਾਬ ਮੇਰੇ ਮਾਲਕ ਦਿੱਤਾ ਹੈ ਤੇ ਕਲੇਜੇ ਠੰਡ ਪਵੇ ਤੇ ਬੋਲੀਓ, ਮਗਰ ਜੇ ਕਲੇਜੇ ਠੰਡ ਨਾ ਪਵੇ ਤੇ ਫਿਰ ਚੁੱਪ ਕਰਕੇ ਬੈਠੇ ਰਹੀਓ, ਤੇ ਜੇ ਕਲੇਜੇ ਠੰਡ ਪਵੇ ਨਾ ਮਹਿਫਲ ਜੰਨਤ ਬਣ ਜਾਏ, ਇੰਜ ਬੋਲੀਓ ਸਕੂਨ ਆ ਜਾਏ। ਅੱਲਾ ਫਰਮਾਉਂਦਾ ਜਦੋਂ ਜਾਨਵਰ ਦੀ ਗਰਦਨ 'ਤੇ ਛੁਰੀ ਫਿਰੀਏ ਉਹ ਤੜਪ ਰਿਹਾ, ਉਹਨੂੰ ਬੇਸਕੂਨੀ ਹੋਈ ਏ। ਮਾਲਕ ਆਂਦਾ ਗੱਲ ਮੈਂ ਪਸੰਦ ਹੀ ਨਹੀਂ ਕਰਦਾ ਕਿ ਨਾ ਮੇਰੇ ਸੱਜਣ ਦਾ ਆਵੇ, ਸ਼ਾਇਦ ਤੜਪਦੀ ਰਹਿ ਜਾਏ।
کیا ماشاء اللہ سبحان اللہ. ایک بار اشارے آکھو با جماعت ہو کے آکھو تے اونچی آواز نال آکھو سبحان اللہ. با جماعت دا مطلب ہے مل کے آکھو. ایک بار پھر سارا مجمع اپنے اللہ دی وحدانیت بیان کرو, ذکر خدا کرو, تسبیح پڑھو, مالک دی اونچی آکھو. جیڑا جیڑا بندہ اپنے رب نال محبت کردا ہے او دے پیار وچ آ کے آکھو ذرا سبحان اللہ. صرف ایس جگہ تو بغیر ہے, بولو ایس جگہ تو. تو جتھے بھی ویکھے گا ساڈے نبی دا نا اللہ دے نا نال تینوں جڑیا دسے گا. ہائیو میرے ربا, کی دسے گا بولو؟ جڑیا, جڑیا دسے گا, جڑیا. ڈوگر صاحب میں کہا جی گل نہیں ڈاٹ ہوندیاں کی تھی نہیں کئی سمجھتا نہیں آئیاں, لیکن کہ سید فقیر دا چنا ہے گال تیری ہیں ڈاڈم دیاں وزریاں تے میری ذرا طبیعت ہی خراب آئی تے والا سبحان اللہ میں آ کے نہیں سکا تے اوے گال ہی ڈاڈم دیاں مگر اے ذرا وزنی گال نہیں بھی کیتی میں کیویں کہ جڑا جڑیا اے دی دلیل. میں کہا دلیلاں تے ٹھے ساریاں نہیں کوئی کافی ہے او دس. میں کہا کلمہ شریف چیک کر جتھے اللہ دی ہے پئی مکدی اے نال کوئی ہور لفظ آیا ہے یا محمد دی میم اوتھے ہے دے نال ہی شروع ہو گئی ہے اہے ہو گئی ہے. میں کہا پھر جڑیا ہے نا. ایک باری سارا بائزت مجمع میرے ال ویکھے ساڈے نبی دا نام کلمے وچ اللہ دے نال ال انج نہیں, انج انج بھی نہیں, اے اس طرح بھی نہیں. بندے آندے جناب فلانے بندے دی فلانے نال ایسی یاری ہے وچو ہوا نہیں ٹپدی. ہائیو میرے ربا, فلانے بندے نال فلانے دی بڑی یاری ہے تے وچو ہوا اے لب کھا رہے ہیں کی کر رہے ہیں او بول بھی صحیح ہو کو گوکو کی کرنا پیا. اچھا ویسے بنا رہے واہ لالچیا انہوں نے 10 روپے نہ دیں. سنو ذرا توجہ نال, بندے آدھے وچو ہوا نہیں لنگ دی تے وتھی کوئی نہیں تے ورل کوئی نہیں تے موری کوئی نہیں تے ایویں یاری ہے تے گوڑا پیار ہے تے وچو ہوا نہیں پہ لنگ دی. اے مثال ہے ساڈے سمجھان واسطے رب نوں تے رب دے نبی واسطے مثال دی لوڑ ہی نہیں. اے مثال ہوندی عقل واسطے تاکہ گل ساڈے ٹھوکے ذہن چ آ جائے. اللہ آندا مینوں وی اپنے محبوب دا ناں انج پیارا ہے تے میں انج اپنے ناں دے نال رکھیا ہے وچ وتھی ہے ہی کوئی نہیں. جتھے اللہ دی ہے مکی ہے نال محمد دی میم شروع ہو گئی ہے. اگے ایک چاس والی گل سنو بھائی, کلمے وچ جتھے ساڈے نبی دے نام دی تختی لگی ہے نا لا الہ الا اللہ, اگے تختی پڑھو اے ساڈے نبی دے نام دی کی لگی ہے تختی. اے جتھے ساڈے سرکار دے نام دی تختی لگی ہے نا ایتھے ساڈے نبی تو پہلے کئی نبیاں دے ناواں دیاں تختیاں لگیاں سن تے پھر لے گئیاں سن. ہاں سیکٹری ہے جی میرا نقیب صاحب, سیکٹری صاحب تمہیں دسنا اگے واسطے نا ڈبل لیا کر فیس, سبحان اللہ دی بھی لیا کر تے تقریر دی بھی لیا کر. اے نہ سبحان اللہ آندے نے تے نہ تقریر سندے جی, کچھ نہیں کردے بیٹھے ن. اوے ڈوگر صاحب ہن پتہ نہیں کیویں جند چھڑے سی ٹھر دے وین دین چاول او نہیں او ٹھر دے کتے نہیں جاندے سبحان اللہ. کودرا اچھی آواز اذانہ تک مینوں ٹائم ہے بھائی عبدستار نے آکھیا اذانہ تک تقریر کر. میں کہا وجہ ہو سکا تینوں 5 سال نہیں سدنا, 5 سالاں دی کٹھی تقریر سنا. انہیں 5 سالاں تو بعد مینوں سدیا, پورے 5 سال لنگ گئے تے میں 5 سالاں تو بعد پھر آنا. پتہ نہیں میں آنا یا میرے بچے آنا, ادھر میں میرا ویزا لگ جانا, میں قبرستان چلیا جانا. سبحان اللہ اچھی کرو گل وڈی ساری پیا کرنا بھائی. کلمے میں جتھے ساڈے نبی دے نام دی تختی لگی ہے ایتھے پہلے ڈھیر سارے نبیاں دے ناواں دیاں تختیاں لگیاں سن تے لے وی گئیاں سن, پر جدو ساڈے آقا دی لگی ہے پھر لتھی نہیں.
ਹੁਣ ਇਲਮ ਵਾਲੇ ਬੰਦੇ ਤੇ ਗੱਲ ਮੇਰੀ ਸਮਝ ਗਏ ਤੇ ਜਿਹੜੇ ਨਹੀਂ ਸਮਝੇ ਉਹਨਾਂ ਨੂੰ ਮੈਂ ਦੋ ਤਿੰਨ ਤਖਤੀਆਂ ਪੜ੍ਹ ਕੇ ਸੁਣਾਉਣਾ। ਪਹਿਲੀ ਤਖਤੀ ਲੱਗਿਆ ਪੜ੍ਹਨ, ਲਾ ਇਲਾਹਾ ਇਲੱਲਾ ਆਦਮ ਸਫੀਉੱਲਾ, ਜਨਾਬ ਆਦਮ ਪਾਕ ਦੇ ਨਾਂ ਦੀ ਤਖਤੀ ਲੱਗੀ। جناب آدم علیہ السلام آخری آرام گاہ وچ تشریف لے گئے، تختی لے گئی۔ اے بابا آدم کون ہے ساڈا؟ بولو ابا جی، بابا جی۔ اج کل دے زبان وچ جڑا لفظ ہے وہ بھی تینوں پتا ہے، لیکن آپ یہی آخنا ہے پرانے بندے ابا جی تے بابا جی۔ ابا آخیے تے منہ بھر جاتا ہے، بابا آخیے ਮੂੰਹ ਭਰ ਜਾਂਦਾ ਹੈ। ਆ ਹੁਣ ਆਏ ਨਾ ਪਾਪੇ ਪੂਪੇ ਤੇ ਆ ਫਲਾਣਾ ਪਤਾ ਨਹੀਂ ਕੀ ਕੁਝ ਆ ਗਿਆ ਜੇ। ਅੱਬਾ ਜੀ ਆਦਮ ਸਾਡਾ ਅੱਬਾ ਹੈ ਤੇ ਜ਼ਰਾ ਤਕੜੇ ਹੋ ਕੇ ਇੱਕ ਵਾਰੀ ਮੇਰੇ ਕਲੇਜੇ ਠੰਨ ਪਵੇ, ਮੈਨੂੰ ਸਾਰੇ ਮਿਲ ਕੇ ਦੱਸੋ ਆਦਮ ਕੀ ਹੈ ਸਾਡੇ ਅੱਬਾ? ਹਜ਼ਰਤ ਅੱਬਾ ਕੌਣ ਨੇ? ਸਾਡੀ ਅੰਮੀ, ਉਹ ਅੰਮੀ ਜੀ, ਇਹ ਅੱਬਾ ਜੀ। ਇਹ ਤਕਰੀਰ ਮੈਂ ਅੱਗੇ ਕੀਤੀ ਹੈ ਤੇ ਮੇਰੀ ਮਹਫੂਜ਼ ਹੈ ਭਾਈ ਕੋਲ, ਜਿਹੜੀ ਮਹਫੂਜ਼ ਹੈ ਉਹ ਮੈਂ ਗੱਲ ਨਹੀਂ ਕਰਦਾ ਇੱਥੇ, ਇੱਕ ਨਵੀਂ ਗੱਲ ਕਰਨਾ ਚਾਹੁੰਦਾ। ਅੱਬੇ ਦੇ ਨਾਂ 'ਤੇ ਢੇਰ ਸਾਰੇ ਬੰਦੇ ਨਹੀਂ ਬੋਲਦੇ, ਮੈਂ ਮੁਲਕ 'ਚ ਫਿਰਨ ਵਾਲਾ ਬੰਦਾ, ਮੈਨੂੰ 28 ਸਾਲ ਤਕਰੀਰ ਕਰਦਿਆਂ ਹੋ ਗਏ। ਨਕੀਬ ਸਾਹਿਬ ਅਗਰ ਮੈਂ ਹਲਫ ਕੋਈ ਕਵੇ ਨਾ, ਮੈਂ ਹਲਫੀਆ ਬਿਆਨ ਦੇ ਸਕਦਾ। ਮੈਨੂੰ 28 ਸਾਲਾਂ 'ਚ ਇੱਕ ਮਜਮਾ ਐਸਾ ਨਹੀਂ ਲੱਭਿਆ ਜਿਹਨੇ ਮੈਨੂੰ ਅਲੱਹਦਾ ਆਖਿਆ ਹੋਵੇ ਰੋਟੀ ਦੇ ਟਾਈਮ, ਡੋਗਰ ਸਾਹਿਬ ਇਹ ਅੱਬੇ ਦੀ ਸ਼ਾਨ ਤਾਂ ਬਿਆਨ ਕਰ ਚਾ। ਮੈਂ ਕਸਮ ਖੁਦਾ ਦੀ ਚੁੱਕਿਆ ਨਾ, ਮੈਨੂੰ ਅੱਜ ਤੱਕ ਇੱਕ ਬੰਦਾ ਨਹੀਂ ਲੱਭਿਆ, ਇਹ ਮੈਨੂੰ ਬੜੇ ਲੱਭੇ ਨੇ। ਅੰਮੀ ਦੀ ਸ਼ਾਨ ਦਾ ਬਿਆਨ ਕਰੇ, ਅੱਬੇ ਦੇ ਨਾਂ ਤੇ ਬੰਦੇ ਬੋਲਦੇ ਨਹੀਂ, ਹਾਲਾਂਕਿ ਮੇਰੀ ਸਰਕਾਰ ਫਰਮਾਉਂਦੇ ਨੇ ਕਿ ਬਾਪ ਜੰਨਤ ਦਾ ਦਰਵਾਜ਼ਾ ਹੈ। ਇੱਕ ਬੰਦਾ 3 ਕਰੋੜ ਦੀ ਕੋਠੀ ਬਣਾਉਂਦਾ ਤੇ ਦਰਵਾਜ਼ਾ ਨਾ ਲਾਵੇ, ਮੇਰਾ ਖਿਆਲ ਹੈ ਇਲਾਕੇ ਦਾ ਬੇਵਕੂਫ ਆਦਮੀ ਹੈ। ਕੋਠੀ ਕਿੰਨੇ ਦੀ ਹੈ ਤੇ ਬੂਹਾ ਲਾਇਆ ਹੀ ਨਹੀਂ, ਚਸਨਾ ਆ ਗਈ ਕੋਠੀ ਦੀ। ਜਿਵੇਂ ਕੋਠੀ ਤੇ ਬੂਹਾ ਨਾ ਹੋਵੇ ਤੇ ਮਜ਼ਾ ਨਹੀਂ ਨਾ ਆਉਂਦਾ। ਜੇ ਜੰਨਤ ਦੀ ਕੋਠੀ ਦਾ ਬੂਹਾ ਵੇਖਣਾ ਹੀ ਤੇ ਬਾਬੇ ਦਾ ਮੱਥਾ ਚੁੰਮ ਜੰਨਤ ਮਾਂ ਦੇ ਕਦਮਾਂ ਦੇ ਥੱਲੇ, ਤੇ ਬਾਬਾ ਜੰਨਤ ਦਾ ਦਰਵਾਜ਼ਾ ਹੈ, ਜੰਨਤ ਤੁਹਾਨੂੰ ਲੱਭਣੀ ਹੈ ਜਿਹਦੇ ਉੱਤੇ ਅੱਬਾ ਵੀ ਰਾਜ਼ੀ ਹੈ, ਅੰਮੀ ਵੀ ਰਾਜ਼ੀ ਹੈ। ਜਿਹੜਾ ਜਿਹੜਾ ਬੰਦਾ ਆਪਣੇ ਅੱਬੇ ਨਾਲ ਬੋਲਦਾ ਹੈ ਤੇ ਅੱਬੇ ਦਾ ਮੁਨਕਰ ਵੀ ਨਹੀਂ ਤੇ ਅੱਬੇ ਨਾਲ ਉਹਦੀ ਬੋਲਚਾਲ ਵੀ ਹੈ, ਇੱਕ ਵਾਰੀ ਉਹ ਬੰਦਾ ਸੁਭਾਨ ਅੱਲਾ ਆਖੇ ਤਾਂ ਕਿ ਮੈਂ ਬੰਦੇ ਜ਼ਰਾ ਚੈੱਕ ਕਰ ਲਾਂ। ਮੈਂ ਬੜੀ ਅੱਬੇ ਦੀ ਸ਼ਾਨ ਬਿਆਨ ਕੀਤੀ ਹੈ, ਲੇਕਿਨ ਅੱਜ ਮੇਰਾ ਦਿਲ ਚਾਹੁੰਦਾ ਵੀ ਇੱਥੇ ਥੋੜ੍ਹੀ ਜਿਹੀ ਅੰਮੀ ਦੀ ਸ਼ਾਨ ਨਾ ਬਿਆਨ ਕਰਾਂ ਅੱਜ, ਫਿਰ ਮੈਂ ਦੂਸਰੀ ਤਖਤੀ ਪੜ੍ਹਨਾ ਇੱਥੇ। ਇੱਕ ਬੰਦੇ ਨੇ ਮੰਨਤ ਮੰਨੀ, ਹੋ ਸਕਿਆ ਯਾ ਅੱਲਾ ਜੇ ਮੈਨੂੰ ਤੌਫੀਕ ਦੇਵੇਂ ਤੇ ਦੌਲਤ ਦੇਵੇਂ ਤੇ ਪੈਸਾ ਦੇਵੇਂ, ਮੈਂ ਤੇਰਾ ਘਰ ਬਣਾਵਾਂ, ਮਸਜਿਦ ਬਣਾਵਾਂ। ਬੰਦੇ ਮੰਨਤ ਕੀ ਮੰਨੀ? ਕੀ ਬਣਾਵਾਂ? ਮਸਜਿਦ। ਜ਼ਰਾ ਉੱਚੀ ਆਖੋ ਕੀ ਬਣਾਵਾਂ? ਆਕਾ ਫਰਮਾਉਂਦੇ ਨੇ ਕਿਸੇ ਬੰਦੇ ਨੂੰ ਮਸਜਿਦ ਦੀ ਖਿਦਮਤ ਕਰਦਿਆਂ ਵੇਖੋ, ਯਾਨੀ ਕੋਈ ਬੰਦਾ ਮਸਜਿਦ ਦੀ ਖਿਦਮਤ ਕਰ ਰਿਹਾ, ਦਰੀ ਵਿਛਾ ਰਿਹਾ, ਟੂਟੀਆਂ ਦਾ ਇੰਤਜ਼ਾਮ ਕਰ ਰਿਹਾ, ਬਲਫ ਦਾ ਇੰਤਜ਼ਾਮ ਕਰ ਰਿਹਾ, ਇਮਾਮ ਮਸਜਿਦ ਦੀ ਤਨਖਾਹ ਦਾ ਇੰਤਜ਼ਾਮ ਕਰ ਰਿਹਾ, ਰੋਸ਼ਨੀ ਦਾ ਇੰਤਜ਼ਾਮ ਕਰ ਰਿਹਾ, ਸਫ਼ਾ ਵਿਛਾ ਰਿਹਾ ਔਰ ਬਾਥ ਲੈਟਰੀਨਾਂ ਸਾਫ਼ ਕਰ ਰਿਹਾ। ਨਬੀ ਫਰਮਾਂਦਾ ਜਿਸ ਬੰਦੇ ਨੂੰ ਵੇਖੋ ਉਹ ਮਸਜਿਦ ਦੀ ਖਿਦਮਤ ਕਰ ਰਿਹਾ ਹੋਵੇ, ਉਹਦੇ ਇਮਾਨ ਦੀ ਗਵਾਹੀ ਦਿਓ, ਕਿਉਂਕਿ ਕਿਸੇ ਮੋਮਨ ਵੇਖਣਾ ਤੇ ਉਹ ਬੰਦਾ ਜਿਹੜਾ ਰੱਬ ਦੇ ਘਰ ਦੀ ਖਿਦਮਤ ਕਰਦਾ ਹੈ, ਉਹਦੇ ਵਿੱਚ ਦੌਲਤ ਹੈ, ਇਮਾਨ ਮੌਜੂਦ ਹੈ। ਇਹ ਮੁਹੰਮਦ ਮੁਸਤਫਾ ਦਾ ਫਰਮਾਨ ਹੈ। ਕਸਮ ਨਾ ਚੁੱਕਿਆ ਕਰੋ ਵੀ ਮਸੀਤ ਦੀ ਦਰੀ ਇਮਾਮ ਸਾਹਿਬ ਵਿਛਾਵੇ ਤੇ ਮਸਜਿਦ ਦੀ ਲੈਟਰੀਨ ਵੀ ਇਮਾਮ ਸਾਫ ਕਰੇ। ਉਹ ਤੇਰਾ ਇਮਾਮ ਏ, ਉਹ ਤੇਰਾ ਸਰਦਾਰ ਏ, ਉਹਦੇ ਕੱਪੜੇ ਤੇਰੇ ਕੋਲੋਂ ਬਿਹਤਰ ਹੋਣੇ ਚਾਹੀਦੇ ਨੇ, ਉਹਦਾ ਲਿਬਾਸ ਤੇਰੇ ਕੋਲੋਂ ਅੱਛਾ ਹੋਣਾ ਚਾਹੀਦਾ। ਮਸਜਿਦ ਦੀ ਖਿਦਮਤ ਕਰਨਾ ਤੇਰੀ ਜ਼ਿੰਮੇਵਾਰੀ ਏ। ਉਹ ਬੰਦੇ ਮੰਨਤ ਮੰਨੀ, ਹੋ ਸਕੇ ਯਾ ਅੱਲਾ ਜੀ ਮੈਨੂੰ ਪੈਸਾ ਦੇਵੇ ਤੇ ਮੈਂ ਮਸਜਿਦ ਬਣਾਵਾਂ। ਮੰਨਤ ਅਜੇ ਮੁੱਕੀ ਨਹੀਂ, ਹੋ ਸਕੇ ਯਾ ਅੱਲਾ ਮਸਜਿਦ ਇੰਝ ਬਣਾਵਾਂ ਵੀ ਜਦੋਂ ਤੇਰਾ ਘਰ ਬਣ ਜਾਏ ਨਾ ਤੇ ਘਰ ਤੇਰੇ ਦਾ ਜਿਹੜਾ ਫਰਸ਼ ਹੈ ਨਾ ਉਹ ਮੈਂ ਜੰਨਤ ਦੀ ਮਿੱਟੀ ਨਾਲ ਲਿਪਾਂ। ਸਾਡੇ ਪੰਜਾਬੀ ਚਾਹੁੰਦੇ ਲਿਪਾਂ ਤੇ ਤੁਸੀਂ ਸਰੈਕੀ ਆਉਂਦੇ ਲਿੰਬਾਂ। ਇਹ ਮੈਂ ਲਿੰਬਾ ਠੀਕ ਆਖਿਆ ਜਾਂ ਕੋਈ ਹੋਰ ਲਫ਼ਜ਼? ਇਹ ਮੈਂ ਬੜਾ ਪਕਾ ਕੇ ਯਾਦ ਕੀਤਾ ਕਿਸੇ ਕੋਲੋਂ, ਮੈਂ ਕਿਹਾ ਤੁਸੀਂ ਸਰੈਕੀ ਵਾਲੇ ਕਿਹਾ ਦਿਓ ਸਾਡੇ ਲਿਪਾਂ ਆਉਂਦੇ ਆ, ਉਹ ਕਿਹਾ ਸਾਡਾ ਲਿੰਬਾ, ਕਿਉਂਕਿ ਤੁਹਾਡਾ ਚੰਨ ਵੱਖਰਾ ਚੜਿਆ ਹੁੰਦਾ ਨਾ ਸਾਡੇ ਨਾਲ, ਰਲਦੇ ਨਹੀਂ ਤੁਸੀਂ। ਅਸੀਂ ਆਉਂਦੇ ਹਾਂ ਲਿਪਾਂ, ਯਾਨੀ ਲਿਪੀਏ ਉਹਨੂੰ ਅਸੀਂ ਲਿਪਿਆ ਆਉਂਦੇ ਹਾਂ, ਤੁਸੀਂ ਆਉਂਦੇ ਹੋ ਲਿੰਬਾ। ਮਸਲਾਂ ਅਸੀਂ ਪਿਆਜ਼ ਆਉਂਦੇ ਹਾਂ, ਤੁਸੀਂ ਬਸਲ ਆਉਂਦੇ ਹੋ ਜਾਣ ਬੁੱਝ ਕੇ।
ਤੁਸੀਂ ਹਰ ਸ਼ਾ ਵੱਖਰੀ ਬਣਾਈ ਹੋਈ ਹੈ। ਮੈਂ ਅਰਜ਼ ਕਰਨਾ ਪਿਆ ਸੁਣੋ ਤੇਰਾ, ਅਸੀਂ ਆਨੇ ਦੋ ਤੁਸੀਂ ਆਨੇ ਦੂ, ਹਾਲਾਂਕਿ ਫਰਕ ਕੋਈ ਨਹੀਂ, ਵੱਖਰਾ ਰਹਿਣਾ ਨਾ। ਉਸ ਆਖਿਆ ਯਾ ਅੱਲਾ ਮਸਜਿਦ ਦਾ ਜਿਹੜਾ ਫਰਸ਼ ਹੈ ਮੈਂ ਜੰਨਤ ਦੀ ਮਿੱਟੀ ਨਾਲ। ਬੰਦੇ ਪਤਾ ਹੀ ਕਹਿਣਾ ਰੁਪਈਆ ਹੀ ਘਰ ਚ ਕਹਿਣੇ ਤੇ ਮਕਾਨ ਬਣ ਗਈ ਹੈ। ਅੱਛਾ ਬੇਟੀ ਦੀ ਸ਼ਾਦੀ ਕਰਨੀ ਹੋਵੇ ਇਹ ਮੁਹੰਮਦ ਦੇ ਰੱਬ ਦੀ ਰਹਿਮਤ ਨਾਲ ਹੁੰਦੀ ਹੈ। ਇੱਥੇ ਇੱਕ ਦੁਆ ਕਰੋ ਕਿ ਯਾ ਅੱਲਾ ਤੈਨੂੰ ਰਸੂਲ ਦੀਆਂ ਚਾਰ ਬੇਟੀਆਂ ਦਾ ਵਾਸਤਾ ਜਿਹਨਾਂ ਨੂੰ ਧੀਆਂ ਦਿੱਤੀਆਂ ਨਾ, ਹਰ ਸ਼ਰੀਫ ਦੀ ਇੱਜ਼ਤ ਨੂੰ ਹਜ਼ੂਰ ਦੀਆਂ ਬੇਟੀਆਂ ਦਾ ਸਦਕਾ ਮਹਿਫੂਜ਼ ਫਰਮਾ। ਬੇਟੀ ਦੀ ਸ਼ਾਦੀ ਅੱਲਾ ਦੀ ਰਹਿਮਤ ਨਾਲ, ਮਸਜਿਦ ਅੱਲਾ ਦੀ ਰਹਿਮਤ ਨਾਲ ਤੇ ਘਰ ਅੱਲਾ ਦੀ ਰਹਿਮਤ ਨਾਲ। ਇਹ ਬੰਦੇ ਦੇ ਪੈਸਿਆਂ ਨਾਲ ਨਹੀਂ ਬਣਦਾ, ਉਹਨੇ ਮੰਨਤ ਮੰਨ ਲਈ, ਅੱਲਾ ਤੋਫੀਕ ਦਿੱਤੀ, ਮਸਜਿਦ ਬਣਨਾ ਸ਼ੁਰੂ ਹੋ ਗਈ, ਮਸਜਿਦ ਮੁਕੰਮਲ ਹੋ ਗਈ। ਹੁਣ ਉਹਨੇ ਕੀ ਕਰਨਾ ਸੀ? ਫਰਸ਼ ਪੰਜ ਉਹਦੇ ਮੁੰਡੇ ਸੀ ਤੇ ਮੁੰਡਿਆਂ ਨੂੰ ਕਹਿਣ ਲੱਗਿਆ, ਹੋ ਸਕਦਾ ਪੁੱਤਰੋ ਮੈਂ ਮੰਨਤ ਉਦੋਂ ਮੰਨੀ ਸੀ ਕਿ ਮੈਂ ਜੰਨਤ ਦੀ ਮਿੱਟੀ ਨਾਲ ਫਰਸ਼ ਲਿਪਣਾ ਤੇ ਮੰਨਤ ਮੇਰੀ ਪੂਰੀ ਹੋ ਗਈ, ਇਹ ਮਸਜਿਦ ਮੁਕੰਮਲ ਹੋ ਗਈ, ਇਹ ਜੰਨਤ ਦੀ ਮਿੱਟੀ ਲੈ ਆਓ। ਚਾਰ ਚਲੇ ਗਿਆ ਘਰੋਂ ਜੰਨਤ ਦੀ ਮਿੱਟੀ ਲੱਭਣ, ਇੱਕ ਬਹਿ ਗਿਆ, ਉਹਨੂੰ ਉਹ ਸਾਦਾ ਸਮਝਦੇ ਸਨ। ਚਾਰ ਬੱਚੇ ਹੋਣ ਨਾ ਬੰਦੇ ਦੇ, ਤਿਤਰੈ ਬੱਚੇ ਪਿਓ ਨੂੰ ਸਲਾਮ ਵੀ ਨਾ ਕਰਨ ਤੇ ਬੋਲਣ ਵੀ ਔਖਾ ਔਖਾ, ਤੇ ਇੱਕ ਅਸਲਾਮੋ ਅਲੈਕਮ ਵੀ ਆਖੇ ਤੇ ਉੱਕੇ ਤੇ ਅੱਗ ਵੀ ਰੱਖ ਕੇ ਦੇਵੇ ਤੇ ਪਿਓ ਨੂੰ ਮੁੱਠ ਮਰੋੜਾ ਵੀ ਕਰੇ ਤੇ ਅੱਬਾ ਵੀ ਆਉਂਦਾ, ਇਹ ਭੋਲੂ ਏ, ਇਹ ਸ਼ੋਦਾ ਏਡੀ ਸਮਝ ਨਹੀਂ ਰੱਖਦਾ। ਮਾਸ਼ਾਅੱਲਾ ਕੁਰਾਨ ਦੇ ਡੂ ਸਾਰੇ 28 ਸਿਪਾਰੀ ਹਿਫਜ਼ ਕੀਤੀ, ਬੰਦੇ ਨਿਮਾਜ਼ ਹੀ ਪੜ੍ਹਦਾ, ਇਹ ਸ਼ੋਦਾ ਇਵੇਂ ਭੋਲਾ? ਇਹ ਭੋਲਾ ਜਿਹੜਾ ਤੇਰੇ ਮਰਨ ਤੋਂ ਬਾਅਦ ਸੂਰਤ ਯਾਸੀਨ ਪੜ੍ਹ ਕੇ ਬਖਸ਼ੇਗਾ? ਭੋਲਾ ਹੀ ਜਿਹੜਾ ਅੱਲਾ ਦੇ ਘਰ ਵਿੱਚ ਜਾਂਦਾ ਪੰਜ ਟਾਈਮ ਰੱਬ ਦੀ ਹਾਜ਼ਰੀ ਵੀ ਦਿੰਦਾ ਤੇ ਤੇਰੀ ਹਾਜ਼ਰੀ ਵੀ ਦਿੰਦਾ, ਭੋਲਾ? ਇਹ ਤੇ ਐਸਾ ਸਿਆਣਾ ਕਿ ਦੁਨੀਆ ਵਿੱਚ ਜੰਨਤ ਪੱਕੀ ਕਰਕੇ ਪਿਆ ਜਾਂਦਾ। ਉਹ ਚਾਰ ਚਲੇ ਗਿਆ ਤੇ ਘਰ ਰਹਿ ਗਿਆ। ਹੁਣ ਆਲਮਾ ਲਿਖਿਆ, ਕਈਆਂ ਆਖਿਆ ਸ਼ਾਮ ਨੂੰ ਵਾਪਸ ਆ ਗਿਆ ਚਾਰ, ਕਈਆਂ ਆਖਿਆ 8 ਦਿਨਾਂ ਤੋਂ ਬਾਅਦ ਆਏ, ਕਈਆਂ ਆਖਿਆ ਮਹੀਨੇ ਤੋਂ ਬਾਅਦ ਆਏ, ਤੇ ਬਾਪ ਆਖਿਆ ਲੈ ਆਓ ਮਿੱਟੀ। ਉਹਨਾਂ ਆਖਿਆ ਅੱਬਾ ਜੀ ਜਿਹੜੇ ਬੰਦੇ ਕੋਲੋਂ ਪੁੱਛੀਏ ਬੰਦੇ ਉਲਟਾ ਮਜ਼ਾਕ ਵੀ ਕਰ ਦੇਣ, ਬੀਬਾ ਵਕੂ ਵਧਣ, ਦੁਨੀਆਂ 'ਤੇ ਵੀ ਜੰਨਤ ਦੀ ਮਿੱਟੀ ਲੱਭਦੀ ਹੈ। ਬਾਪ ਨੇ ਉਹ ਸੱਦ ਲਿਆ, ਹੋ ਸਕਿਆ ਤੂੰ ਨਹੀਂ ਗਿਆ, ਹੋ ਸਕਿਆ ਅੱਬਾ ਜੀ ਤੁਸੀਂ ਬਾਦਸ਼ਾਹ ਹੋ, ਮੈਨੂੰ ਤਾਂ ਤੁਸੀਂ ਆਖਿਆ ਹੀ ਕੋਈ ਨਹੀਂ, ਜੰਨਤ ਦੀ ਮਿੱਟੀ ਲੱਭਣ ਵਾਸਤੇ ਬਾਹਰ ਜਾਣ ਦੀ ਲੋੜ ਹੀ ਕੋਈ ਨਹੀਂ, ਉਹਦੇ ਘਰ ਪਈ ਹੈ, ਜਿੰਨੀ ਮਰਜ਼ੀ ਇਕੱਠੀ ਕਰੋ। ਦਿਲ ਤੇ ਮੇਰਾ ਚਾਹੁੰਦਾ ਜਿਵੇਂ ਬਾਬਾ ਚਿਸ਼ਤੀ ਰੁਸਦਾ ਨਾ ਵੀ ਮੈਂ ਵਹਿੰਦਾ ਪੀਆਂ, ਮੈਂ ਵੀ ਇਵੇਂ ਆਖਾਂ ਸੁਭਾਨ ਅੱਲਾਹ ਕਹੋ, ਮੈਂ ਕਹਿੰਦਾ ਨਹੀਂ। ਗੱਲ ਹੈ ਸਵਾਦੀ ਕਿ ਨਹੀਂ? ਕੈਸੀ ਗੱਲ ਲੱਭ ਕੇ ਲਿਆ ਤੁਹਾਡੇ ਵਾਸਤੇ? ਇਹ ਬਿਲਕੁਲ 0 ਮੀਟਰ ਗੱਲ ਹੈ, ਮੈਂ ਪਹਿਲੇ ਬਿਆਨ ਨਹੀਂ ਕੀਤੀ। ਮੈਂ ਕਿਹਾ ਹਾਜੀ ਅਲਤਾਫ ਜਦੋਂ ਸੱਦੇਗਾ ਇਹ ਉਹਦੀ ਸੀਡੀ ਵਿੱਚ ਆਉਣੀ ਚਾਹੀਦੀ ਹੈ ਤਾਂ ਕਿ ਨੈਟ ਤੇ ਚਾੜੇ ਤੇ ਗੱਲ ਵਿੱਚ ਹੋਵੇ। ਬਾਪ ਆਖਿਆ ਉਹ ਕਿਵੇਂ? ਉਸ ਆਖਿਆ ਮੇਰੀ ਸਰਕਾਰ ਜੋ ਫਰਮਾਇਆ ਜੰਨਤ ਮਾਂ ਦੇ ਕਦਮਾਂ ਦੇ ਥੱਲੇ, ਅੱਬਾ ਜੀ ਜੇ ਜੰਨਤ ਦੀ ਮਿੱਟੀ ਇਕੱਠੀ ਕਰਨੀ ਹੈ ਨਾ ਮੇਰੀ ਮਾਂ ਵਿਹੜੇ ਟੁਰੇਗੀ, ਉਹ ਇੱਕ ਪੈਰ ਚੁੱਕੇਗੀ, ਮੈਂ ਮਿੱਟੀ ਇਕੱਠੀ ਕਰਕੇ ਕੱਪੜੇ 'ਚ ਜਮ੍ਹਾਂ ਕਰਾਂਗਾ, ਉਹ ਦੂਜਾ ਕਦਮ ਚੁੱਕੇਗੀ, ਮਿੱਟੀ ਕੱਪੜੇ 'ਚ ਜਮ੍ਹਾਂ ਕਰਾਂਗਾ। ਇਹ ਮਾਂ ਦੇ ਕਦਮਾਂ ਦੇ ਥਲਵੀਂ ਮਿੱਟੀ ਤੇ ਜੰਨਤ ਦੀ ਮਿੱਟੀ ਹੈ, ਹੋਰ ਜੰਨਤ ਦੀ ਮਿੱਟੀ ਕਿਹੜੀ ਮਿੱਟੀ ਆਏ? ਅਜ਼ੀਜ਼ਾਂ ਨੇ ਕਿਹਾ ਮੀ ਤੇਰੇ ਤੇ ਮੇਰੇ ਪਿਆਰੇ ਪੈਗੰਬਰ ਸਰਕਾਰੇ ਮਦੀਨਾ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਂ ਤੋਂ ਪਹਿਲੇ ਕਈ ਤਖਤੀਆਂ ਲੱਗੀਆਂ ਵੀ ਸਹੀ ਤੇ ਤਖਤੀਆਂ ਲੱਥੀਆਂ ਵੀ ਸਹੀ। ਪਹਿਲੀ ਤਖਤੀ ਹਜ਼ਰਤ ਆਦਮ ਅਲੈਹਿ ਸਲਾਮ ਦੀ, ਲਾ ਇਲਾਹਾ ਇਲੱਲਾਹ ਆਦਮ ਸਫੀਉੱਲਾ। ਜਨਾਬੇ ਆਦਮ ਅਲੈਹਿ ਸਲਾਮ ਆਖਰੀ ਆਰਾਮ ਵਾਗਾਹ ਦੇ ਅੰਦਰ ਚਲੇ ਗਏ, ਆਖਰੀ ਰਿਹਾਇਸ਼ ਗਾਹ ਦੇ ਅੰਦਰ ਚਲੇ ਗਏ, ਨਾਂ ਦੀ ਤਖਤੀ ਉੱਤਰ ਗਈ, ਅਗਲੇ ਨਬੀ ਦੇ ਨਾਂ ਦੀ ਤਖਤੀ ਲੱਗੀ, ਲਾ ਇਲਾਹਾ ਇਲੱਲਾਹ ਨੂਹ ਨਜੀਉੱਲਾ। ਜਨਾਬੇ ਨੂਹ ਅਲੈਹਿ ਸਲਾਮ ਚਲੇ ਗਏ, ਤਖਤੀ ਉੱਤਰ ਗਈ, ਲਾ ਇਲਾਹਾ ਇਲੱਲਾਹ ਇਬਰਾਹੀਮ ਖਲੀਲੁੱਲਾ। ਜਨਾਬੇ ਇਬਰਾਹੀਮ ਅਲੈਹਿ ਸਲਾਮ ਚਲੇ ਗਏ, ਤਖਤੀ ਉੱਤਰ ਗਈ, ਲਾ ਇਲਾਹਾ ਇਲੱਲਾਹ ਹਜ਼ਰਤ ਇਸਮਾਇਲ ਜ਼ਬੀਉੱਲਾ। ਜਨਾਬੇ ਇਸਮਾਇਲ ਅਲੈਹਿ ਸਲਾਮ ਤਸ਼ਰੀਫ ਲੈ ਗਏ, ਨਾਂ ਦੀ ਤਖਤੀ ਉੱਤਰ ਗਈ, ਲਾ ਇਲਾਹਾ ਇਲੱਲਾਹ ਮੂਸਾ ਕਲੀਮੁੱਲਾ। ਹਜ਼ਰਤ ਮੂਸਾ ਅਲੈਹਿ ਸਲਾਮ ਚਲੇ ਗਏ, ਤਖਤੀ ਉੱਤਰ ਗਈ, ਲਾ ਇਲਾਹਾ ਇਲੱਲਾ ਈਸਾ ਰੂਹੁੱਲਾਹ। ਹਜ਼ਰਤ ਈਸਾ ਚੌਥੇ ਅਸਮਾਨ ਤੇ ਚਲੇ ਗਏ, ਤਖਤੀ ਉੱਤਰ ਗਈ। ਇਹ ਤਖਤੀਆਂ ਲੱਗਦੀਆਂ ਵੀ ਰਹੀਆਂ ਤੇ ਲਹਿੰਦੀਆਂ ਵੀ ਰਹੀਆਂ। ਉਸ ਤੋਂ ਬਾਅਦ ਤਖਤੀ ਲੱਗੀ ਲਾ ਇਲਾਹਾ ਇਲੱਲਾ ਮੁਹੰਮਦ ਰਸੂਲ ਅੱਲਾ। ਇਹ ਤਖਤੀ ਲੱਗੀ ਹੈ ਮਗਰ ਕਿਆਮਤ ਤੱਕ ਲੈਣੀ ਨਹੀਂ ਮੇਰੇ ਮੁਸਤਫਾ ਦੇ ਨਾਂ ਦੀ ਤਖਤੀ।
اللہ دا جس قدر بھی ایسا شکریہ ادا کریو کم ہے، اللہ جتنی بہادر فوج ساڈے ملک پاکستان نو عطا کیتی ہے، ایڈی بہادر فوج کسے ملک نو میرے رب نے عطا فرمائی نہیں۔ میں نے ایک بندہ کہنے لگا جی ساڈے ملک دی فوج بہادر کیوں ہے، میں کہا دی میں ایک کوئی دلیل دینا، کسے ملک دی فوج کول نشانے حیدر کوئی نہیں، ساڈی فوج اس واسطے بہادر ہے اودے کول اج وی نشانے حیدر موجود ہے، جی دے کول نشانے حیدر ہے اس فوج دا مقابلہ کوئی نہیں کر سکدا، علی تے آپ حیدر ہے پھر علی دا مقابلہ کون کر سکدا؟ سبحان اللہ۔ عقیدہ الحمدللہ اللہ دی ذات پاک نے سانو بہت اعلیٰ عطا فرمایا ہے، اسی حضور دے غلام ہاں، ایکو ہی ساڈے اندر خامی ہے جیڑی میں آخر وچ ہر جگہ بیان کرنا، وہ خامی ہے نماز دی سستی، نماز دی غفلت۔ صحابہ نے عرض کیتی یا حضرت کوئی ایسا عمل بھی ہے کہ بندہ ستا بھی ساری رات روے تے روے بھی رب دی عبادت وچ؟ کوئی ایسا عمل بھی ہے بھی ساری رات ستا روے لیکن روے بھی اللہ دی عبادت وچ؟ میری سرکار فرمایا ہاں جیڑا بندہ عشاء دی نماز با جماعت پڑھے تے پھر سو جائے تے صبح دی نماز اٹھ کے پھر جماعت نال پڑھ لوے، انج سمجھے کہ انہیں ساری رات عرش والے رب دی عبادت کیتی۔ نماز تے وہی پڑھے گا جی دے تے اللہ راضی ہوئے گا، انج پڑھی نہیں جا سکتی مگر بولو تے صحیح سبحان اللہ تے سارے آکھو نا۔ میری ساری گلیں تھی پیار نال سنی ہیں تو میں وچوں راضی ہوں تو خوش ہاں، مگر ایک گل پوچھنا چاہنا، ذرا دیانتداری نال جواب دیو تاکہ گل دی ونڈ ہوئے۔ بندہ دنیا چ جو کچھ کرتا ہے نک واسطے کرتا ہے، بولو کیدے واسطے؟ یعنی کپڑے چنگے پاندا ہے نک واسطے تاکہ میرا عزت رہ جائے تے نک رہ جائے، چنگی کوٹھی بناندا نک واسطے، چنگی گڈی رکھدا نک واسطے، چار بندیاں نال جرانہ رکھدا نک واسطے، چار بندے دوست احباب بناندا نک واسطے، دعوت صدقہ خیرات کردا نک واسطے، دنیا دے اندر جو کم بھی کردا ولیمہ کردا پتر دی اچھی شادی کردا نک واسطے۔ لیکن ایو ہی بندہ جدو اللہ دی بارگاہ وچ حاضر ہو کے مسجد وچ اپنا نک زمین اتے رگڑدا ہے نا، ادو اللہ دا فرشتے بندے ہو، اے دسو فرشتے ہو میرا بندہ کی پیا کردا ہے؟ یا اللہ اپنے گھر اپنے محلے وچ اپنے علاقے وچ اپنی بستی وچ اپنے شہر وچ اپنے ضلع وچ اے جو کردا رہیا نک واسطے کردا رہیا ہے، مگر تیری بارگاہ وچ آ کے انہیں نک دی پرواہ نہیں کیتی، نک زمین تے پیا رگڑدا ہے۔ اللہ فرماندا ہے میرا بندہ میری بارگاہ چ نک پیا رگڑدا ہے، ہن اے دے پچھلے معاف نہ کراں، مینوں محمد دا رب کسے نہیں جانتا۔ کسے ویلے تے خلوص نیت نال اللہ دی بارگاہ چ حاضر ہو کے سر سجدے وچ رکھ کے تے ایس رک نو زمین اتے رگڑ، جدو بندہ اللہ دی بارگاہ چ حاضر ہوندا ہے تے مسجد وچ حاضر ہوندا ہے تے اپنے جرماں تے گناہاں تے خطاواں دی معافی منگدا ہے، میرا رب آندا ہے بندے دا کم ہے اپنی غلطی دا اقرار کر لینا، میرا کم ہے اودے پچھلے معاف کر دینا۔ جدو بندہ ایک واری آندا ہے یا اللہ میرے جیسا گناہگار کوئی نہیں، فرمایا میں اعلان کرنا جے تیرے جیسا گناہگار کوئی نہیں تے میرے جیسا بخشن ہار بھی کوئی۔ گل ایک موٹی جی اور پوچھنا، ماشاءاللہ سونی ونڈ کیتی جی، آ ونڈ ایک اور بھی کر دیو میں سوکھا سوکھا کر جاواں۔ جنت وچ 72 عورا لبن گیاں کریاں، جنت دے معاملے وچ ہور دی گل سن کے کدی بھی شگل نہ بناؤ، تے جنت دے معاملے وچ وی کدی شگل نہ بناؤ۔ کئی میرے جیسے تھوڑے پڑھے ہوئے نعت خاں اے پڑھ دیں جی میں تھوڑا پڑھے ہاں، وہ آدھن جیڑی جنت دا تو مان کرے نے ملا تیری جنت مول نہ ورسوں، اے غلط گل ہے، اے نہ زندگی چ شیر نہیں پڑھنا۔ جے جنت وچ نہیں جاویں گا تے پھر جائیں گا کہڑے پاسے بھائی؟ جیڑی جنت وچ نبی پاک دی زیارت ہوے گی اوتھے تو جانا نہیں چاہندا، مودی دے گھر جائیں گا؟ کدی زندگی دی اندر نہ جنت ہٹ نہ کر،
ਤੇਰੀ ਹਸੀਅਤ ਕੀ ਹੈ? ਤੂੰ ਜੰਨਤ ਤੇ ਇਤਰਾਜ਼ ਪਿਆ ਕਰਨਾ? ਮੈਂ ਜਿਹੜੀ ਗੱਲ ਪੁੱਛਣਾ ਚਾਹੁੰਦਾ, ਜ਼ਰਾ ਧਿਆਨ ਨਾਲ ਮੇਰੀ ਗੱਲ ਦੀ ਵੰਡ ਕਰੀ, ਉਹਦੀ ਮੈਂ ਸੁਣਾਉਣਾ ਨਹੀਂ ਚਾਹੁੰਦਾ, ਸਿਰਫ ਵੰਡ ਕਰਾਉਣਾ ਚਾਹੁੰਦਾ। ਜੰਨਤ ਵਿੱਚ 72 ਹੋਰਾਂ ਲੱਭਣ ਗਈਆਂ ਅੱਲਾ ਦੀ ਰਹਿਮਤ ਨਾਲ, ਸਰਕਾਰ ਦੀ ਬਰਕਤ ਨਾਲ। ਦੁਆ ਕਰੋ ਕਿ ਅੱਲਾ ਕਰੇ ਮਕਾਮੇ ਜੰਨਤ ਹੋਵੇ, ਜਹੰਨਮ ਵਿੱਚ ਨਾ ਜਾਈਏ, ਕਿਉਂਕਿ ਭੈੜੀ ਜਗ੍ਹਾ ਹੈ। ਜੰਨਤ ਆਲਾ ਜਗ੍ਹਾ ਹੈ ਕਿ ਜਿੱਥੇ ਸਰਕਾਰ ਦੀ ਜ਼ਿਆਰਤ ਹੋਵੇਗੀ, ਹਜ਼ੂਰ ਦੇ ਚੌਂ ਯਾਰਾਂ ਦੀ ਜ਼ਿਆਰਤ ਹੋਵੇਗੀ, ਹਸਨ ਹੁਸੈਨ ਦੀ ਜ਼ਿਆਰਤ ਹੋਵੇਗੀ, ਜੰਨਤ ਦੀ ਸਰਦਾਰੀ ਹਸਨ ਹੁਸੈਨ ਕੋਲ ਹੋਵੇਗੀ। ਜੰਨਤ ਵਿੱਚ ਤਾਂ ਮਜ਼ੇ ਹੀ ਮਜ਼ੇ ਨੇ, ਜਨਮ 'ਚ ਕੀ ਹੈ? ਜੰਨਤ ਦੀ ਦੁਆ ਮੰਗੋ, ਜੰਨਤ ਦੀ ਖਾਹਿਸ਼ ਦੀ ਆਰਜ਼ੂ ਰੱਖੋ। ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਵੀ ਜੰਨਤ ਵਿੱਚ 72 ਹੋਰਾਂ ਲੱਭਣ ਗਈਆਂ, ਇੱਥੇ ਜਿੰਨੇ ਤੁਸੀਂ ਇੱਜ਼ਤਾਂ ਵਾਲੇ ਬੰਦੇ ਬੈਠੇ ਹੋ, ਤੁਸੀਂ ਭੈਣਾਂ ਦੇ ਭਰਾ ਵੀ ਹੋ ਅਤੇ ਧੀਆਂ ਦੇ ਬਾਪ ਵੀ ਹੋ। ਮੈਂ ਵੀ ਭੈਣਾਂ ਦਾ ਭਰਾ ਵਾਂ, ਧੀਆਂ ਦਾ ਬਾਪ ਹਾਂ। ਮੈਂ ਬੇਟੀ ਦੀ ਸ਼ਾਦੀ ਕਰਨੀ ਹੋਵੇ, ਭੈਣ ਦੀ ਸ਼ਾਦੀ ਕਰਨੀ ਹੋਵੇ, ਤੁਸੀਂ ਬੇਟੀ ਦੀ ਸ਼ਾਦੀ ਕਰਨੀ ਹੋਵੇ, ਧੀ ਦੀ ਸ਼ਾਦੀ ਕਰਨੀ ਹੋਵੇ, ਤਾਂ ਸਭ ਤੋਂ ਪਹਿਲੇ ਕੀ ਖੂਬੀ ਵੇਖਦੇ ਹਾਂ? ਕਿ ਮੁੰਡਾ ਸ਼ਰੀਫ ਹੋਵੇ, ਉਹ ਨੇਕ ਹੋਵੇ, ਕਿਰਦਾਰ ਦਾ ਅੱਛਾ ਹੋਵੇ, 54-58 ਕਮਾ ਕੇ ਕੁੜੀ ਦੀ ਤਲੀ 'ਤੇ ਧਰੇ, ਅਯਾਸ਼ ਨਾ ਹੋਵੇ, ਸ਼ਰਾਬੀ ਨਾ ਹੋਵੇ, ਬਦਮਾਸ਼ ਨਾ ਹੋਵੇ, ਕਿਉਂਕਿ ਜਿਹਦੀ ਧੀ ਸੁਖੀ ਉਹਦੀ ਜ਼ਿੰਦਗੀ, ਉਹਦੀ ਨਸਲ ਸੁਖੀ। ਮੁਲਾਜ਼ਮ ਹੁਸੈਨ ਡੋਗਰ ਬਾਬਿਆਂ ਤੋਂ ਪਰੋਂ ਮੁਕਾਉਣਾ ਚਾਹੁੰਦਾ, ਛੋਰਾਂ ਨੂੰ ਮੇਰੀ ਗੱਲ ਦੀ ਸਮਝ ਨਹੀਂ ਆਏਗੀ। ਜਿਹੜੇ ਸਿਆਣੇ ਬੰਦੇ ਹੋ, ਮੇਰੀ ਗੱਲ ਦੀ ਇਹ ਵੰਡ ਕਰੋ, ਜਿਹਨੂੰ ਤੂੰ ਇੱਕ ਭੈਣ ਦੇਣੀ ਹੈ ਅਤੇ ਮੈਂ ਇੱਕ ਭੈਣ ਦੇਣੀ ਹੈ, ਜਿਹਨੂੰ ਤੂੰ ਇੱਕ ਬੇਟੀ ਦੇਣੀ ਹੈ, ਜਿਸ ਨੂੰ ਮੈਂ ਇੱਕ ਬੇਟੀ ਦੇਣੀ ਹੈ, ਮੈਂ ਤਾਂ ਬੰਦੇ ਵਿੱਚ ਕਿਰਦਾਰ ਵੇਖਾਂਗਾ। ਅਤੇ ਜਿਹੜੇ ਰੱਬ ਨੇ ਸਾਨੂੰ ਜੰਨਤ ਵਿੱਚ 72 ਹੋਰਾਂ ਦੇਣੀਆਂ ਹਨ, ਰੱਬ ਵੀ ਤਾਂ ਵੇਖੇਗਾ ਨਾ ਕਿ ਬੰਦਾ ਸ਼ਰੀਫ ਹੋਣਾ ਚਾਹੀਦਾ। ਤੂੰ ਸ਼ਰਾਫਤ ਵੇਖਣਾ, ਰੱਬ ਸ਼ਰਾਫਤ ਨਹੀਂ ਵੇਖੇਗਾ। ਤੂੰ ਨੇਕੀ ਵੇਖਣਾ, ਰੱਬ ਨੇਕੀ ਨਹੀਂ ਵੇਖੇਗਾ। ਤੂੰ ਚੰਗਾ ਕਿਰਦਾਰ ਵੇਖਣਾ, ਕਿ ਰੱਬ ਚੰਗਾ ਕਿਰਦਾਰ ਨਹੀਂ ਵੇਖੇਗਾ। ਅੱਲਾ ਦੀ ਕਾਇਨਾਤ ਵਿੱਚ ਸਭ ਤੋਂ ਅੱਛਾ ਕਿਰਦਾਰ ਉਸ ਬੰਦੇ ਦਾ ਹੈ ਜਿਹੜਾ ਸਿਰ ਅੱਲਾ ਦੀ ਬਾਰਗਾਹ ਝੁਕਾਉਂਦਾ ਹੈ ਤੇ ਸੁਨਤ ਮਦੀਨੇ ਵਾਲੇ ਮੁਸਤਫਾ ਦੀ ਜ਼ਿੰਦਾ ਪਿਆ ਕਰਦਾ। ਆਪਣੇ ਨਬੀ ਦੀ ਇਤਬਾਹ ਕਰੋ ਤੇ ਆਪਣੇ ਨਬੀ ਦੀ ਤਾਬਿਆਦਾਰੀ ਕਰੋ। ਹਜ਼ੂਰ ਦੀ ਇਤਬਾਹ ਤੋਂ ਬਗੈਰ ਕਿਸੇ ਦੀ ਇਤਬਾਹ ਨਹੀਂ ਕਰਨੀ, ਇਤਬਾਹ ਹਜ਼ੂਰ ਦੀ ਕਰਨੀ ਹੈ। ਅੱਲਾ ਦੀ ਵਹਦਾਨੀਅਤ, ਮੁਹੰਮਦ ਮੁਸਤਫਾ ਦੀ ਇਤਬਾਹ, ਦਿਲ ਵਿੱਚ ਮਹਿਬੂਬ ਨੂੰ ਰੱਖਣਾ, ਸਿਰ ਅੱਲਾ ਦੀ ਬਾਰਗਾਹ ਝੁਕਾਉਣਾ। ਉਦੋਂ ਬੰਦਾ ਸੱਜ ਜਾਂਦਾ ਹੈ ਜਦੋਂ ਆਪਣਾ ਸਿਰ ਅੱਲਾ ਦੀ ਬਾਰਗਾਹ ਵਿੱਚ ਝੁਕਾ ਕੇ ਅਰਸ਼ ਵਾਲੇ ਰੱਬ ਦੀਆਂ ਤਸਬੀਹਾਂ ਬਿਆਨ ਕਰਦਾ। ਅੱਲਾਹੁ ਅਕਬਰ, ਅੱਲਾਹੁ ਅਕਬਰ। ਅਗਰ ਖੁਦ ਨਮਾਜ਼ ਪੜ੍ਹੇਗਾ, ਔਲਾਦ ਵੀ ਪੜ੍ਹੇਗੀ। ਕੋਸ਼ਿਸ਼ ਕਰੋ ਕਿ ਜਦੋਂ ਨਮਾਜ਼ ਪੜ੍ਹਨ ਵਾਸਤੇ ਮਸਜਿਦ ਵਿੱਚ ਆਓ, ਵਜ਼ੂ ਘਰੋਂ ਕਰੋ। ਮਸਜਿਦ ਵਿੱਚ ਵਜ਼ੂ ਕਰ ਸਕਦੇ ਹੋ, ਨਜਾਇਜ਼ ਨਹੀਂ, ਤੇ ਮੈਂ ਨਾ ਨਜਾਇਜ਼ ਪਿਆ ਨਾ, ਮੈਂ ਮਸ਼ਵਰਾ ਪਿਆ ਦਿੰਦਾ। ਵਜ਼ੂ ਕਰ ਕਰਕੇ ਆ, ਤਾਂ ਕਿ ਘਰ ਵਜ਼ੂ ਕਰੇਗਾ, ਤੇਰੀ ਔਲਾਦ 'ਤੇ ਅੱਛਾ ਅਸਰ ਪਏਗਾ। ਕੋਸ਼ਿਸ਼ ਕਰਕੇ ਸੁਨਤ ਆਪਣੇ ਘਰ ਵਿੱਚ ਅਦਾ ਕਰ, ਕੁਰਾਨੇ ਪਾਕ ਦੀ ਤਿਲਾਵਤ ਘਰ ਵਿੱਚ ਪੜ੍ਹ, ਫਿਰ ਆ ਕੇ ਅਰਸ਼ ਵਾਲੇ ਰੱਬ ਦੀ ਇਬਾਦਤ ਕਰ। ਹਜ਼ੂਰ ਨੇ ਫਰਮਾਇਆ, ਆਪਣੇ ਘਰਾਂ ਨੂੰ ਕਬਰਸਤਾਨ ਨਾ ਬਣਾਓ। ਸੁਹਾਬਾ ਅਰਜ਼ ਕੀਤੀ, ਆਕਾ ਘਰ ਵੀ ਕਬਰਸਤਾਨ ਨੇ? ਫਰਮਾਇਆ, ਜਿਹੜੇ ਘਰ ਵਿੱਚ ਰੱਬ ਦੇ ਕੁਰਾਨ ਦੀ ਤਿਲਾਵਤ ਨਾ ਹੋਵੇ, ਉਹ ਕਬਰਸਤਾਨਾਂ ਦੀ ਤਰ੍ਹਾਂ ਹੁੰਦਾ। ਟਾਈਮ ਬਹੁਤ ਹੋ ਗਿਆ, ਗੱਲ ਮੇਰੇ ਜ਼ਿਹਨ 'ਚ ਆ ਗਈ, ਮੈਂ ਪੇਸ਼ ਕਰਾਂ। ਅੱਜ ਕੱਲ੍ਹ ਢੇਰ ਸਾਰੇ ਬੰਦੇ ਸ਼ਿਕਵਾ ਕਰਦੇ ਨੇ ਕਿ ਯਾਰ ਪਤਾ ਨਹੀਂ ਲੱਗਦਾ ਸਾਡੇ ਘਰ ਵਿੱਚ ਜਿੰਨਾਤ ਦਾ ਅਸਰ ਹੈ, ਅਤੇ ਬੜੇ ਬੜੇ ਪੀਰਾਂ ਫਕੀਰਾਂ ਕੋਲ ਅਤੇ ਮੌਲਵੀਆਂ ਕੋਲ ਅਤੇ ਆਲਮਾਂ ਕੋਲ ਅਤੇ ਹਾਫਜ਼ਾਂ ਕੋਲ ਗਏ ਹਾਂ, ਅਤੇ ਜਿੰਨ ਜਿੰਦ ਨਹੀਂ ਛੱਡਦੇ। ਮੈਂ ਮੁਲਾਜ਼ਮ ਹੁਸੈਨ ਨਿਹਾਇਤ ਇਹਤਰਾਮ ਨਾਲ, ਨਿਹਾਇਤ ਅਦਬ ਨਾਲ ਪਹਿਲੇ ਹੱਥ ਬੰਨ ਲਵਾਂ ਤਾਂ ਕਿ ਕਿਸੇ ਨੂੰ ਬਲੱਡ ਪ੍ਰੈਸ਼ਰ ਨਾ ਹੋਵੇ। ਇਹ ਗੱਲ ਅੱਜ ਤੱਕ ਮੈਨੂੰ ਸਮਝ ਹੀ ਨਹੀਂ ਆਈ, 46-47 ਸਾਲ ਦਾ ਮੈਂ ਬੰਦਾ, ਮੈਨੂੰ ਨਹੀਂ ਸਮਝ 'ਚ ਆਈ ਕਿ ਬੰਦਾ 5 ਵਕਤ ਦਾ ਨਮਾਜ਼ੀ ਹੋਵੇ, ਕੁਰਾਨ ਦੀ ਤਿਲਾਵਤ ਕਰਦਾ ਹੋਵੇ, ਨਬੀ ਦਾ ਆਸ਼ਿਕ ਹੋਵੇ, ਹਜ਼ੂਰ 'ਤੇ ਦਰੂਦ ਪੜ੍ਹੇ, ਜਿੰਨ ਦਾ ਕੰਮ ਕੀ ਹੈ ਕਿ ਮੁਹੰਮਦ ਦੇ ਗੁਲਾਮ ਨੂੰ ਤੰਗ ਕਰ ਜਾਏ? ਬੋਲੇ ਨਹੀਂ ਸਾਰੇ ਬੰਦੇ ਤੁਸਾਂ, ਮੈਨੂੰ ਅੱਜ ਤੱਕ ਇਹ ਗੱਲ ਕੋਈ ਸਮਝਾਏ ਯਾਰ, ਇਹ ਮੇਰੀ ਨਹੀਂ ਸਮਝ 'ਚ ਆਉਂਦੀ ਕਿ ਜਿਹੜਾ ਬੰਦਾ 5 ਵਕਤ ਦਾ ਨਮਾਜ਼ੀ ਹੈ, ਵਜੂਦ ਪਾਕ ਰੱਖਦਾ, ਕੁਰਾਨ ਦੀ ਤਿਲਾਵਤ ਕਰਦਾ, ਹਜ਼ੂਰ 'ਤੇ ਦਰੂਦ ਪੜ੍ਹਦਾ, ਜਿੰਨ ਦੀ ਤਾਕਤ ਕੀ ਹੈ ਕਿ ਐਸੇ ਬੰਦੇ ਨੂੰ ਤੰਗ ਕਰੇ? ਔਰ ਫਿਰ ਮਜ਼ੇ ਵਾਲੀ ਗੱਲ ਇਹ ਵੇ ਬਾਬਾ ਜੀ, ਜਿੰਨ ਬੰਦਿਆਂ ਨੂੰ ਘੱਟ ਜੇ, ਬੀਬੀਆਂ ਨੂੰ ਬਹੁਤ ਨੇ, ਔਰ ਮਗਰਬ ਤੋਂ ਬਾਅਦ ਸਾਰਾ ਦਿਨ ਠੀਕ ਹੈ, ਮਗਰਬ ਤੋਂ ਬਾਅਦ ਜਿੰਨ, ਜਦੋਂ ਰੋਟੀ ਪਕਾਉਣ ਦਾ ਟਾਈਮ ਹੈ ਜਿੰਨ, ਤਾਂ ਕਿ ਰੋਟੀ ਕੋ ਕਿਉਂ ਖਾ ਲਵੇ ਹੱਥ ਦੀ ਪੱਕੀ।
ਮੈਨੂੰ ਇੱਕ ਬੰਦਾ ਕਹਿਣ ਲੱਗਿਆ ਗਵੇੜੀ ਆਦਮੀ ਹੈ, ਇਹ ਗਵੇੜ ਕਰਕੇ ਹੀ। ਮੈਂ ਕਿਹਾ ਬੰਦੇ ਬੀਬੀਆਂ ਨੂੰ ਜਿੰਨ ਬਹੁਤ ਕਿਉਂ ਨਾ, ਮੈਂ ਕਿਹਾ ਮੈਂ ਇਸ ਨਤੀਜੇ 'ਤੇ ਪਹੁੰਚਿਆ ਵੀ ਜਿਹੜੀ ਔਰਤ ਦਾ ਦਿਲ ਚਾਹਿਆ ਨਾ, ਵੀ ਮੈਂ ਘਰ ਵਾਲੇ ਕੋ ਕੁੱਟਾਂ ਅਤੇ ਪੱਤਾ ਹੀ ਕਹਿ ਕੋ ਨਾ ਲੱਗੇ। ਜਿਹੜਾ ਜਿਹੜਾ ਨਹੀਂ ਬੋਲੇਗਾ ਉਹ ਚੰਗਾ ਨਹੀਂ ਰਹੇਗਾ। ਮੈਂ ਇੱਕ ਵਾਰੀ ਦੁਬਾਰਾ ਪਿਆਰ ਨਾ, ਮੈਂ ਨਾ ਛੋਰਾ ਨਾ ਬਾਲਾ ਨਾ ਕੱਲ ਪਰਸੋਂ ਬਾਅਦ ਸ਼ੁਰੂ ਕੀਤਾ, ਗੱਲ ਤੋਲ ਕੇ ਪਿਆ ਕਰਨਾ, ਅੱਗੇ ਇਹਦਾ ਨਤੀਜਾ ਐਸਾ ਦਿਆਂਗਾ ਮਜ਼ਾ ਆ ਜਾਏਗਾ। ਜਿਹੜੀ ਔਰਤ ਦਾ ਇਹ ਦਿਲ ਚ ਆਇਆ ਨਾ ਵੀ ਮੈਂ ਖੱਲੇ ਛੱਲੇ ਮਾਰ ਗਿੰਨਾ ਤੇ ਪਤਾ ਹੀ ਕਹਿ ਕੋ ਨਾ ਲੱਗੇ, ਉਹਨੇ ਆਖਿਆ ਮੈਨੂੰ ਜਿੰਨ ਨੇ, ਤੇ ਜਿੰਨਾਂ ਦਾ ਬਹਾਨਾ ਬਣਾ ਕੇ ਉਹਨੇ ਮਰਦ ਨੂੰ ਕੁੱਟਿਆ। ਔਰ ਫਿਰ ਜਿਹਨੂੰ ਇਹਦੇ ਖੱਲੇ ਪਾਇਆ ਨਾ, ਤੇ ਉਹਨੂੰ ਜਦੋਂ ਦੋਸਤਾਂ ਆਖਿਆ ਵੀ ਤੂੰ ਜਨਾਨੀ ਤੂੰ ਖੱਲੇ ਖਾਨੇ, ਉਹ ਵਿਚਾਰਾ ਐਡਾ ਪੋਲਾ ਉਹ ਕਹਿੰਦਾ ਸੀ ਹੂੰ ਸ਼ੋਦੀ ਦਾ ਤਾਂ ਕਸੂਰ ਹੀ ਕਹਿ ਨਹੀਂ, ਉਹ ਤਾਂ ਮੇਰੀ ਤਾਬੇਦਾਰ ਹੀ ਵੱਡੀ ਹੈ, ਜਿੰਨ ਖੱਲੇ ਮਾਰ ਗਏ। ਮੈਂ ਮਸ਼ਵਰਾ ਪਿਆ ਦਿੰਦਾ ਤੇ ਫਿਰ ਜ਼ਿੰਦਗੀ ਦੇ ਮੇਲੇ, ਆਹ ਮੇਰੇ ਸਿਰ ਦੀ ਟੋਪੀ ਹੈ, ਤੇਰੇ ਪੈਰਾਂ ਵਿੱਚ ਰੱਖ ਕੇ ਮਸ਼ਵਰਾ ਪਿਆ ਦਿੰਦਾ, ਕੋਈ ਮੌਲਵੀ ਇਸ ਤਰ੍ਹਾਂ ਤੇਰੀ ਮਿੰਨਤ ਕਰਕੇ ਗੱਲ ਕਰੇ, ਉਹਦਾ ਐਡਰੈਸ ਦੱਸ, ਆਪਾਂ ਉਹਦੀ ਗੱਡੀ ਦੇ ਟਾਇਰ ਧੋਈਏ। ਮੈਂ ਤੈਨੂੰ ਮਸ਼ਵਰਾ ਦਿੰਦਾ, ਮੇਰੇ ਮਸ਼ਵਰੇ 'ਤੇ ਅਮਲ ਵੀ ਕਰ ਅਤੇ ਗੌਰ ਨਾਲ ਸੁਣ। 5 ਵਕਤ ਦੀ ਨਮਾਜ਼ ਸ਼ੁਰੂ ਕਰ, ਸੁਬਾਹ ਨੂੰ ਤਿਲਾਵਤ ਕੁਰਾਨੇ ਪਾਕ ਕਰ, ਸੈਯਦ ਫਕੀਰ ਦਾ ਇਹਤਰਾਮ ਕਰ, ਆਕਾ 'ਤੇ ਦਰੂਦ ਪੜ, ਮਾਂ ਬਾਪ ਦੀ ਖਿਦਮਤ ਕਰ, ਤੇਰੇ ਵਿਹੜੇ ਵਿੱਚ ਵੀ ਜਿੰਨ ਆ ਜਾਣ ਅਤੇ ਮੈਨੂੰ ਮੁਹੰਮਦ ਦਾ ਨੌਕਰ ਨਾ ਆ। ਅੱਲਾ ਦੇ ਬੰਦੇ ਅੱਠ ਅੱਠ ਦਿਨ ਗੁਸਲ ਨਾ ਕਰੇ, ਮਸਜਿਦ ਵਿੱਚ ਤੂੰ ਨਾ ਆਏ, ਸਰਕਾਰ ਦਾ ਜ਼ਿਕਰ ਤੂੰ ਨਾ ਕਰੇ, ਕੁਰਾਨੇ ਪਾਕ ਮਹੀਨੇ ਗੁਜ਼ਰ ਗਏ, ਸਾਲ ਗੁਜ਼ਰ ਗਏ, ਤੂੰ ਜ਼ਿਆਰਤ ਤੱਕ ਨਾ ਕਰੇ, ਤੇ ਫਿਰ ਐਸੇ ਘਰ ਦੇ ਅੰਦਰ ਕੋਈ ਜਿੰਨ ਹੀ ਆ ਸਕਦੇ ਨੇ, ਐਸੇ ਘਰ ਦੇ ਅੰਦਰ ਕੋਈ ਬਲਾ ਹੀ ਆ ਸਕਦੀ ਏ। ਮੈਨੂੰ ਵਾਕਿਆ ਯਾਦ ਆ ਜਾਂਦਾ, ਹਜ਼ਰਤ ਇਮਾਮ ਮੁਹੰਮਦ ਬਿਨ ਹੰਬਲ ਦਾ ਜ਼ਮਾਨਾ ਸੀ, ਅਤੇ ਬਾਦਸ਼ਾਹ ਦੀ ਬੇਟੀ ਜਾਂ ਬਾਦਸ਼ਾਹ ਦੀ ਬੀਵੀ ਨੂੰ ਜਿੰਨਾ ਦਾ ਅਸਰ ਹੋ ਗਿਆ, ਅਤੇ ਬਾਦਸ਼ਾਹ ਬੰਦਾ ਭੇਜਿਆ ਇਮਾਮ ਮੁਹੰਮਦ ਬਿਨ ਹੰਬਲ ਕੋਲ ਕਿ ਇਮਾਮ ਸਾਹਿਬ ਆਹ ਨਮਾਜ਼ੀ ਅਸਰ ਪੜ੍ਹਾ ਕੇ ਆਓ, ਅਤੇ ਮੇਰੀ ਬੀਵੀ ਜਾਂ ਮੇਰੀ ਬੇਟੀ ਨੂੰ ਜਿੰਨਾ ਦਾ ਅਸਰ ਹੈ ਕੋਈ ਦਮ ਦਰੂਦ ਕਰ ਦਿਓ। ਇਮਾਮ ਮੁਹੰਮਦ ਬਿਨ ਹੰਬਲ ਅਸਰ ਦੀ ਨਮਾਜ਼ ਪੜ੍ਹਾ ਕੇ ਨਿਕਲੇ, ਅਤੇ ਉਹ ਬਾਦਸ਼ਾਹ ਦਾ ਪੈਗਾਮ ਆ ਗਿਆ ਕਿ ਇੰਝ ਪਹਿਨਦੇ ਨੇ ਆਹ, ਭਾਵੇਂ ਜੁੱਤੀ ਪਾ ਰਹੇ ਸਨ ਅਤੇ ਐਵੇਂ ਜੁੱਤੀ ਲਾਹ ਕੇ ਨਾ, ਅਤੇ ਉਹ ਬਾਦਸ਼ਾਹ ਦਾ ਜਿਹੜਾ ਬੰਦਾ ਆਇਆ ਉਹਨੂੰ ਕਹਿਣ ਲੱਗਿਆ ਜੁੱਤੀ ਲੈ ਜਾ, ਅਤੇ ਜਿੰਨ ਨੂੰ ਜਾ ਕੇ ਵਿਖਾ, ਉਹਨੂੰ ਕਹਿ ਕੇ ਆ ਇਮਾਮ ਮੁਹੰਮਦ ਬਿਨ ਹੰਬਲ ਪਿਆਂਦਾ ਕਿ ਮੁਹੰਮਦ ਦੇ ਗੁਲਾਮ ਦੀ ਜੁੱਤੀ ਏ, ਇਹਨੂੰ ਵੇਖ ਕੇ ਵਾਪਸ ਚਲਿਆ ਜਾ, ਅਤੇ ਜੇ ਮੈਂ ਆ ਗਿਆ ਤਾਂ ਜੁੱਤੀਆਂ ਤੇਰੇ ਸਿਰ 'ਚ ਮਾਰਾਂਗਾ, ਫਿਰ ਤੈਨੂੰ ਛੁਡਾਉਣ ਵਾਲਾ ਕੋਈ ਨਹੀਂ ਆਉਣਾ। ਕਿਤਾਬਾਂ ਦੇ ਅੰਦਰ ਲਿਖਿਆ ਜਦੋਂ ਜੁੱਤੀ ਵਿਖਾਈ ਗਈ ਅਤੇ ਜਿੰਨ ਦੌੜ ਗਿਆ, ਬਾਦਸ਼ਾਹ ਆਖਿਆ ਦੌੜਿਆ ਕਿਉਂ ਏ, ਜੁੱਤੀ ਵੇਖ ਕੇ ਕਿਉਂ ਭੱਜੇ ਹੈ? ਉਹ ਸਕਿਆ ਜਿਹੜਾ ਮੁਹੰਮਦ ਦਾ ਗੁਲਾਮ ਬਣ ਜਾਏ ਨਾ, ਅਸੀਂ ਤੇ ਉਹਦੀਆਂ ਜੁੱਤੀਆਂ ਦਾ ਵੀ ਇਹਤਰਾਮ ਕਰਦੇ। ਐਸੇ ਮੁਜਾਹਿਦ ਬੰਦੇ ਮੈਂ ਅੱਖਾਂ ਨਾਲ ਵੇਖੇ ਨੇ, ਅੱਠ ਅੱਠ ਦਿਨ ਨਹੀਂ ਜੇ ਨਹਾਉਂਦੇ, ਅੱਠ ਅੱਠ ਦਿਨ। ਇੱਕ ਬੰਦਾ ਕਹਿਣ ਲੱਗਿਆ ਸੀ ਸਿਰ ਮੇਰਾ ਭਾਰੀ ਭਾਰੀ ਰਹਿੰਦਾ, ਰਾਤ ਦਾ ਮੇਰੇ ਕੋਲ ਢੇਰ ਗੰਦੇ ਗੰਦੇ ਖਿਆਲ ਆਉਂਦੇ ਨੇ, ਕੋਈ ਫੁੱਲ ਤਵੀਜ਼। ਮੈਂ ਕਿਹਾ ਮਾਸ਼ਾ ਗਾ ਗੁਸਲ, ਉਹ ਆਖਾ ਗੁਸਲ ਤਾਂ ਕੋਈ ਡਾ 12 ਡੀ ਠੀਕ ਹੈ ਕੀਤਾ ਸੇ। ਮੈਂ ਕਿਹਾ ਨਿਮਾਜ਼, ਉਹ ਕਹਿੰਦਾ ਨਿਮਾਜ਼ ਹੀ ਇਵੇਂ ਕੂੜ ਮੈਂ ਨਹੀਂ ਮਰਦਾ, ਯਾਨੀ ਨਮਾਜ਼ ਨਹੀਂ ਪੜ੍ਹਦਾ ਤੇ ਇਮਾਨ ਅਜੇ ਲਈ ਫਿਰਦਾ। ਉਹ ਕਹਿੰਦਾ ਕੂੜ ਮੈਂ ਨਹੀਂ ਮਰਦਾ ਰੋਜ਼ਾ, ਉਹ ਕਹਿੰਦਾ ਇਹ ਹੀ ਮੈਂ ਕੂੜ ਨਹੀਂ ਮਰਦਾ, ਰੋਜ਼ਾ ਛੋਦਾ ਕੋਈ ਨਾ। ਅਤੇ ਮੈਂ ਕਿਹਾ 8-10 ਦਿਨ ਜਿਹੜਾ ਬੰਦਾ ਨਾ ਨਹਾਵੇ ਅਤੇ ਨਮਾਜ਼ ਨਾ ਪੜ੍ਹੇ ਉਹਦੇ ਵਾਸਤੇ ਤਾਂ ਆਪਣੀ ਨੁਸਤ ਹੀ ਕਾਫੀ ਹੈ, ਹੋਰ ਕਿਸੇ ਉਹਨੂੰ ਫੁੱਲ ਕੀ ਕਰਨੇ ਨੇ। ਮੈਂ ਤੇਰੇ ਸਾਹਮਣੇ ਮਿਹਨਤ ਪਿਆ ਕਰਨਾ, ਮੈਂ ਇਹ ਵੀ ਤਜਰਬਾ ਨਹੀਂ ਕਰ ਸਕਿਆ। ਕਈ ਵਾਰੀ ਗੁਸਲ ਬੰਦੇ 'ਤੇ ਫਰਜ਼ ਹੋ ਜਾਏ ਅਤੇ ਬੰਦਾ ਇੱਕ ਲੰਮੇ ਵੀ ਬਗੈਰ ਗੁਸਲਾ ਨਹੀਂ ਰਹਿ ਸਕਦਾ, ਮਲੂਮ ਹੁੰਦਾ ਜਿਸਮ ਭਾਰਾ ਹੋ ਗਿਆ, ਪਤਾ ਨਹੀਂ ਕੀ ਹੋ ਗਿਆ। ਕਮਾਲ ਹੈ ਵੀ ਉਹਨਾਂ ਬੰਦਿਆਂ ਦੀ ਜਿਹੜੇ 8-8 ਦਿਨ ਗੁਸਲ ਹੀ ਨਹੀਂ ਕਰਦੇ ਅਤੇ ਫਿਰ ਤੁਰੇ ਫਿਰਦੇ ਨੇ। ਗੁਸਲ ਤੇਰੇ 'ਤੇ ਜ਼ਰੂਰੀ ਹੈ, ਤੂੰ ਮੁਹੰਮਦ ਦਾ ਗੁਲਾਮ ਹੈ, ਆਪਣੇ ਆਪ ਨੂੰ ਪਾਕ ਸਾਫ਼ ਰੱਖ, ਤੂੰ ਸਰਕਾਰ ਦਾ ਗੁਲਾਮ ਹੈ। ਜਿਹੜਾ ਬੰਦਾ ਸੁਬਾਹ ਦੀ ਇਬਤਦਾ ਐਵੇਂ ਕਰੇ, ਸੁਬਾਹ ਦੀ ਨਮਾਜ਼ ਬਾਅਦ ਜਮਾਤ ਪੜ੍ਹੇ, ਉੱਥੇ ਬਹਿ ਕੇ ਕੁਰਾਨੇ ਪਾਕ ਦੀ ਜ਼ਿਆਰਤ ਕਰੇ, ਉੱਥੇ ਬਹਿ ਕੇ ਹਜ਼ੂਰ 'ਤੇ ਤਸਬੀਹ ਦਰੂਦ ਦੀ ਪੜ੍ਹੇ, ਆਪਣੇ ਮਾਂ ਬਾਪ ਦੇ ਚਿਹਰੇ ਦੀ ਜ਼ਿਆਰਤ ਕਰੇ, ਫਿਰ ਜਿਹੜਾ ਕੰਮ ਕਰਦਾ ਉਹ ਕਰੇ। ਜਿਹੜਾ ਬੰਦਾ ਸੁਬਾਹ ਦੀ ਇਬਤਦਾ ਇੰਝ ਕਰੇਗਾ, ਸਾਰਾ ਦਿਨ
انشاءاللہ رب دی رحمت او دی اتے چادر دی طرح تن جائے گی جی دی ابتدا چنگی ہے او دی انتہا بھی انشاءاللہ بہتر ہوگی۔ ماں باپ زندہ ہیں تے انہاں دے وی چہرے دی زیارت کر، کیونکہ ایک واری باپ دا چہرہ ویکھنا تے اج دا ثواب مل جاندا ہے۔ جنہاں دے ماں باپ زندہ ہیں اج دا ثواب لو، جنہاں دے دنیا تے زندہ نہیں رہے ہن قبر دی زیارت کر، ہن ماں باپ دے دوستاں نال پیار کر، ہن ماں باپ دے رشتہ داراں نال پیار کر۔ جی دی اتے امی ابا ناراض نے او نماز نہ پڑھے، فضول ایویں ٹائم ضائع نہ کرے، قبول نہیں ہونی۔ جی دی اتے امی تے ابا راضی ہے، دنیا دے کسے میدان وچ اودی کنڈ لان والا بندہ جمیا ہی کوئی نہیں انشاءاللہ۔ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਇੱਕ ਵਾਰੀ ਮੈਂ ਮੰਡੀ ਬਾਉਦੀਨ ਦੇ ਇਲਾਕੇ ਤਕਰੀਰ ਕੀਤੀ ਅਤੇ ਮੈਂ ਗੱਲ ਬਿਆਨ ਕੀਤੀ, ਮੈਂ ਕਿਹਾ ਮਾਂ ਬਾਪ ਦਾ ਚਿਹਰਾ ਵੇਖੋ ਅਤੇ ਅੱਜ ਦਾ ਸਵਾਬ ਹੈ। ਉਹ ਦੂਜੇ ਦਿਨ ਕਿਬਲਾ ਮੈਂ ਆਇਆ ਅਤੇ ਮਗਰਬ ਦੇ ਟਾਈਮ ਮੇਰਾ ਮੋਬਾਈਲ ਜਦੋਂ ਖੁੱਲ੍ਹਿਆ ਤਾਂ ਇੱਕ ਮੁੰਡੇ ਦਾ ਫੋਨ ਆ ਗਿਆ। ਉਹਨੇ ਕਿਹਾ ਮੈਂ ਮੰਡੀ ਬਾਉਦੀਨ ਨੂੰ ਬੋਲਦਾ। ਮੈਂ ਕਿਹਾ ਜੀ ਰਾਤ ਅਖੇ ਤੁਸੀਂ ਤਕਰੀਰ ਕੀਤੀ ਸੀ। ਮੈਂ ਕਿਹਾ ਜੀ ਉਹ ਅਖੇ ਤੁਸੀਂ ਆਖਿਆ ਸੀ ਵੀ ਪਿਓ ਦਾ ਚਿਹਰਾ ਵੇਖੋ ਅਤੇ ਅੱਜ ਦਾ ਸਵਾਬ ਹੈ। ਮੈਂ ਕਿਹਾ ਹਾਂਜੀ। ਅਖੇ ਬਸ ਸਿਰਫ ਇਹ ਪੁੱਛਣਾ ਚਾਹੁੰਦੇ ਵੀ ਸਾਡਾ ਪਿਓ ਸੁਬਾਹ 9 ਵਜੇ ਤੱਕ ਰਜ਼ਾਈ 'ਚੋਂ ਮੂੰਹ ਬਾਹਰ ਨਿਕਲਦਾ, ਹੱਜ ਰਜ਼ਾਈ ਚੁੱਕ ਕੇ ਉੱਥੇ ਕਰ ਲਈਏ ਜਾਂ ਕਾਬੇ ਦੇ ਉੱਠਣ ਦਾ ਇੰਤਜ਼ਾਰ ਕਰੀਏ। ਅੱਬਿਆਂ ਨੂੰ ਵੀ ਆਖਾਂਗਾ ਖੁਦਾ ਦਾ ਨਾਂ ਹੈ, ਤੁਹਾਡਾ ਮੂੰਹ ਵੇਖਣ ਨਾਲ ਹੱਜ ਦਾ ਸਵਾਬ ਹੈ, ਅਤੇ ਤੁਸੀਂ ਵੀ ਕਾਬਿਓ ਸੁਬਹਾ ਸੁਬਹਾ ਮਸਜਿਦ ਵਿੱਚ ਚਲੇ ਜਾਇਆ ਕਰੋ। ਹਾਜੀ ਵਿਚਾਰਾ ਲੱਭਦਾ ਫਿਰੇ ਅਤੇ ਕਾਬਾ ਰਜ਼ਾਈ ਦੇ ਵਿੱਚ ਹੋਵੇ, ਵੀ ਤੁਸੀਂ ਵੀ ਮਿਹਰਬਾਨੀ ਕਰੋ ਯਾਰ। ਇਸ ਵਾਸਤੇ ਉਸ ਤੋਂ ਪਹਿਲੇ ਨਮਾਜ਼ ਪੜ੍ਹੋ ਦੋਸਤੋ ਕਿ ਸਾਡੀ ਨਮਾਜ਼ ਪੜ੍ਹੀ ਜਾਏ। ਮੇਰੀ ਸਾਰੀ ਤਬਲੀਗ ਦਾ ਮਕਸਦ ਇਹ ਵੇ, ਨਮਾਜ਼ ਨਹੀਂ ਤਾਂ ਕੋਈ ਕਾਬਲੇ ਕਬੂਲ ਅਮਲ ਨਹੀਂ। ਜਿਹੜਾ ਮੌਲਵੀ ਤੁਹਾਨੂੰ ਆਉਂਦਾ ਵੀ ਫੱਕਾ ਚਾਵਲਾਂ ਦਾ ਪਕਾ ਲਓ ਅਤੇ ਸਰਕਾਰ ਦਾ ਜ਼ਿਕਰ ਕਰਾਓ ਅਤੇ ਸਾਰੀ ਜੰਨਤ ਲੱਭ ਗਈ, ਉਹ ਤੁਹਾਨੂੰ ਗਲਤ ਫਹਿਮੀ ਵਿੱਚ ਪਿਆ ਪਾਉਂਦਾ ਅਤੇ ਤੁਹਾਨੂੰ ਹਨੇਰੇ ਵਿੱਚ ਪਿਆ ਰੱਖਦਾ। ਨਮਾਜ਼ ਫਰਜ਼ ਏ। ਜਦੋਂ ਜ਼ਹਰਾ ਦੇ ਬਾਬੇ ਨੇ ਮਸਜਿਦ ਬਣਾ ਦਿੱਤੀ ਅਤੇ ਨਮਾਜ਼ ਮੇਰੀ ਸਰਕਾਰ ਨੇ ਪੜ੍ਹ ਕੇ ਵਿਖਾ ਦਿੱਤੀ, ਸੁਹਾਬਾ ਨਬੀ ਦੇ ਸੁਹਾਬਾ ਨੂੰ ਮਾਫ਼ ਕੋਈ ਨਹੀਂ, ਕਰਬਲਾ ਦੇ ਟਿੱਬੇ 'ਤੇ 72 ਦੇ ਕੇ ਵੀ ਹੁਸੈਨ ਨੇ ਨਮਾਜ਼ ਪੜ੍ਹੀ ਏ। ਬੰਦਾ ਮੁਰੀਦ ਹੁਸੈਨ ਦਾ ਹੋਵੇ ਅਤੇ ਕੰਮ ਯਜ਼ੀਦ ਵਾਲੇ ਕਰੇ, ਇਹ ਗੱਲ ਨਹੀਂ ਬਣਦੀ। ਜੇ ਹੁਸੈਨੀ ਏ ਕੰਮ ਵੀ ਹੁਸੈਨ ਵਾਲੇ ਕਰ, ਤਾਂ ਕਿ ਪਤਾ ਚੱਲੇ ਮੁਰੀਦ ਹੁਸੈਨ ਏ। ਅੱਲਾ ਸਾਨੂੰ 5 ਟਾਈਮ ਬਾ ਜਮਾਤ ਨਮਾਜ਼ ਅਦਾ ਕਰਨੇ ਦੀ ਤੋਫੀਕ ਅਤਾ ਫਰਮਾਏ। ਮਾਸ਼ਾਅੱਲਾ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ। ਮੈਨੂੰ ਭਾਈ ਮੁਲਾਜ਼ਮ ਹੁਸੈਨ ਸਾਹਿਬ ਦੱਸਦੇ ਸਨ ਪਰ ਮੇਰੇ ਆਮ ਨਾਮ ਨੇ ਕਿ ਸਾਲ ਵਿੱਚ 4 ਮਹਿਫਲਾਂ ਹੁੰਦੀਆਂ ਜੇ ਆਹ ਮਿਲਾਦ ਕਮੇਟੀ 4 ਮਹਿਫਲਾਂ ਕਰਾਉਂਦੀਆਂ ਨੇ। ਪੂਰਾ ਪਾਕਿਸਤਾਨ ਫਿਰਨ ਵਾਲਾ ਬੰਦਾ ਅੱਲਾ ਨੂੰ ਜਾਣ ਦੇਣੀ ਹੈ, ਕਿਸੇ ਜਗ੍ਹਾ 'ਤੇ 1 ਕਮੇਟੀ 4 ਮਹਿਫਲਾਂ ਸਾਲ 'ਚ ਕੋਈ ਨਹੀਂ ਕਰਾਉਂਦੀ। ਜਿੱਥੇ ਵੀ ਕਮੇਟੀਆਂ ਬਣੀਆਂ, ਨਕੀਬ ਸਾਹਿਬ ਤੁਸੀਂ ਪੂਰੇ ਮੁਲਕ ਦੇ ਨਾਮਵਰ ਬੰਦੇ ਹੋ, ਅੱਲਾ ਤੁਹਾਨੂੰ ਹੋਰ ਇੱਜ਼ਤਾਂ ਦੇਵੇ, ਤਬੀਅਤ ਬਹੁਤ ਅੱਛੀ ਹੈ ਜਨਾਬ ਦੀ, ਅੱਲਾ ਹੋਰ ਸ਼ਾਨਾ ਦੇਵੇ। ਮੈਂ ਆਹਨਾ ਵੀ ਕਿਸੇ ਜਗ੍ਹਾ 'ਤੇ ਵੀ ਕਮੇਟੀ ਬਣੀ ਹੈ ਅਤੇ ਮਿਲਾਦ ਇੱਕੋ ਹੀ ਹੁੰਦਾ, ਸਾਲ ਤੋਂ ਬਾਅਦ ਸਲਾਨਾ ਜਲਸਾ ਇੱਕੋ ਹੀ ਹੁੰਦਾ। 4 ਮਹਿਫਲਾਂ 'ਤੇ ਇਹ ਮਿਲਾਦ ਕਮੇਟੀ ਕਰਾਉਂਦੀ ਹੈ ਅਤੇ ਫਿਰ ਹੋਰ ਕਈ ਮਹਿਫਲਾਂ ਇੱਥੇ ਹੁੰਦੀਆਂ ਹਨ, ਉਹ ਸਾਰੀਆਂ ਗਿਣੀਆਂ ਜਾਣ ਅਤੇ ਕਾਫੀ ਸਾਰੀਆਂ ਮਹਿਫਲਾਂ ਹਨ। ਫਿਰ ਅਗਲੀ ਮੈਨੂੰ ਬੜੀ ਖੁਸ਼ੀ ਹੋਈ ਹੈ ਵੀ ਹਰ ਮਸਲਕ ਅਤੇ ਹਰ ਅਕੀਦੇ ਦਾ ਬੰਦਾ ਤਾਮਨ ਵੀ ਕਰਦਾ ਅਤੇ ਮੁਹੱਬਤ ਵੀ ਕਰਦਾ ਅਤੇ ਪਿਆਰ ਵੀ ਕਰਦਾ, ਇਹ ਬਹੁਤ ਖੁਸ਼ੀ ਹੈ। ਇਸ ਮਹਿਫਲ ਵਿੱਚ ਵੀ ਕਿਸੇ ਅਕੀਦੇ ਦਾ ਬੰਦਾ ਆ ਗਿਆ, ਅਸੀਂ ਉਹਨੂੰ ਸਲਾਮ ਪੇਸ਼ ਕਰਨੇ ਹਾਂ, ਕਿਉਂਕਿ ਜਿਹੜਾ ਹਜ਼ੂਰ ਦੀ ਮਹਿਫਲ 'ਚ ਆ ਗਿਆ ਉਹ ਸਾਡਾ ਮਹਿਮਾਨ ਨਹੀਂ, ਉਹ ਜ਼ਹਰਾ ਦੇ ਬਾਬੇ ਦਾ ਮਹਿਮਾਨ। ਬਹੁਤ ਜ਼ਿਆਦਾ ਖੁਸ਼ੀ ਹੋਈ ਹੈ। ਹਾਜੀ ਸਾਹਿਬ ਪਿਛਲੇ ਵਾਰੀ ਮਾਸ਼ਾਅੱਲਾ ਐਸਾ ਇਤਫਾਕ ਬਣਿਆ ਕਿ ਮੈਂ ਵੀ ਈਦ ਮਦੀਨੇ ਪਾਕ ਕੀਤੀ ਹੈ ਅਤੇ ਮੇਰੇ ਹਾਜੀ ਅਲਤਾਫ ਸਾਹਿਬ ਵੀ ਈਦ ਮਦੀਨੇ ਪਾਕ ਕੀਤੀ ਹੈ। ਇਸ ਸਾਲ ਮੇਰਾ ਭਤੀਜਾ ਮਦੀਨੇ ਪਾਕ ਹੈ। ਇਸ ਬੰਦੇ ਨਾਲ ਸਾਡਾ ਜਿਹੜਾ ਤਲਕ ਹੈ ਅਲਹਮਦੁਲਿਲਾ ਸੁਮਾ ਅਲਹਮਦੁਲਿਲਾ, ਉਹ ਇੱਕ ਬੜਾ ਪਿਆਰਾ ਤਲਕ ਹੈ। ਸੌਂਡ ਵਾਲੇ ਜਿਤਨੇ ਵੀ ਦੋਸਤ ਹਨ ਸਾਰੇ ਕਾਬਲ ਇਹਤਰਾਮ ਨੇ। ਸੌਂਡ ਕੈਮਰਾ ਮੌਲਵੀ ਇਹ ਸਾਡੀ ਕੋਈ ਗੱਲ ਹੁੰਦੀ ਹੈ, ਨਾਤ ਖਾਂ ਨਕੀਬ ਅਸੀਂ ਫੈਮਿਲੀ ਦੀ ਤਰ੍ਹਾਂ ਹੁੰਦੇ ਹਾਂ, ਲੇਕਿਨ ਇਹ ਬੰਦਾ ਆਸ਼ਕੇ ਰਸੂਲ ਆਦਮੀ ਹੈ ਅਤੇ ਆਪਣੇ ਅਕੀਦੇ ਅਤੇ ਮਸਲਕ ਦਾ ਪੱਕਾ ਆਦਮੀ ਹੈ। ਚਿਹਰੇ 'ਤੇ ਹਜ਼ੂਰ ਦੀ ਸੁਨਤ ਹੈ। ਇਹ ਆਪਣਾ ਸਿਲਸਿਲਾ ਵੀ ਕਰ ਰਿਹਾ ਲੇਕਿਨ ਆਪਣੇ ਅਕੀਦੇ ਤੋਂ ਵੀ ਸੂਤਰ ਬਰਾਬਰ ਅੱਗਾ ਪਿੱਛਾ ਨਹੀਂ ਕਰਦਾ। ਪੱਕਾ ਸੁਣੀ ਹੈ ਅਤੇ ਟਣਾ ਟਣ ਸੁਣੀ ਹੈ ਅਤੇ ਟਣਾ ਟਣ ਸੁਣੀ ਹੈ। ਅੱਲਾ ਦੀ ਜ਼ਾਤ ਪਾਕ ਹਾਜੀ ਮੇਰੇ ਨੂੰ ਹੋਰ ਜ਼ਿਆਦਾ ਇਜ਼ਤਾ ਅਤਾ ਫਰਮਾਏ, ਇਹਦੇ ਲੰਗਰ 'ਚ ਇਜ਼ਾਫਾ ਕਰੇ। ਤੁਸੀਂ ਜਿਤਨੇ ਹਜ਼ੂਰ ਦੇ ਆਸ਼ਕ ਦੂਰੋਂ ਨਜ਼ਦੀਕੋਂ ਚੱਲ ਕੇ ਆਏ ਹੋ, ਅੱਲਾ ਸਾਰਿਆਂ ਦੀ ਆਮਦ ਕਬੂਲ ਫਰਮਾਏ, ਸਾਡੇ ਗੁਨਾਹ ਮਾਫ਼ ਫਰਮਾਏ, ਸਾਡੇ ਵਾਲਦੈਨ ਦੇ ਗੁਨਾਹ ਮਾਫ਼ ਫਰਮਾਏ। ਆ ਬਈ ਮੇਰੇ ਨਾਲ ਇੱਕ ਸਾਥੀ ਹੈ ਅਤੇ ਬੜੇ ਅਰਸੇ ਤੋਂ ਮੇਰਾ ਖਿਦਮਤ ਗੁਜ਼ਾਰ ਹੈ। ਆਖਿਰ 'ਚ ਮੈਂ ਇਹਨੂੰ ਕੋਲ ਇੱਕ ਨਾਤ ਪੜ੍ਹਾਇਆ ਕਰਨਾ, ਇੱਕ ਨਾਤ ਪੜ੍ਹੇਗਾ, ਤੁਸੀਂ ਮੁਹੱਬਤ ਨਾਲ ਸੁਣੋਗੇ, ਫਿਰ ਦਰੂਦੋ ਸਲਾਮ ਪੜ੍ਹਾਂਗੇ, ਦੁਆ ਹੋਵੇਗੀ।